ਬੇਬੇ ਕੋਈ ਚੀਜ਼ ਖਾਣ ਨੂੰ ਜੀ ਕਰਦਾ ਜੇ ਮੈਨੂੰ ਦੱਸ ਦੇ ਕੁਛ ਨਹੀਂ ਖਾਣਾ ਪੁੱਤ ਮੈਂ ਤਾਂ ਦਵਾਈ ਤਾਂ ਲੈ ਲਈ ਹੈ ਨਾ ਤੂੰ ਹਾਂ ਦਵਾਈ ਲੈ ਲਈ ਪੁੱਤ ਮੈਂ ਠੀਕ ਹਾਂ ਹੁਣ ਤੇ ਤੂੰ ਆਪਣੀ ਪੜ੍ਹਾਈ ਫਰੂ ਦਾ ਖਿਆਲ ਰੱਖ ਕੋਈ ਨਾ ਬੇਬੇ ਹੁਣ ਤਾਂ ਛੁੱਟੀਆਂ ਹੋ ਗਈਆਂ ਪਾਵਾਂ ਛੁੱਟੀਆਂ ਹੋ ਗਈਆਂ ਪੁੱਤ ਫਿਰ ਵੀ ਜਿਹੜਾ ਕੰਮ ਕਮਾ ਹੋਆ ਕੀਤਾ ਨਾ ਬੱਚਿਆਂ ਨੂੰ ਕਰਾਉਣਾ ਚਾਹੀਦਾ ਤੇ ਕਰ ਲਾ ਆਪਦਾ ਜਾ ਕੋਈ ਨਾ ਬੇਬੇ ਕਰ ਲੂੰਗੀ ਮੇਰਾ ਧਿਆਨ ਨਾ ਮਨ ਨਹੀਂ ਕਰਦਾ ਤੈਨੂੰ ਪਰਾਂ ਮਾੜਾ ਵੀ ਛੱਡ ਕੇ ਜਾ ਠੀਕ ਆ ਅੱਗੇ ਨੂੰ ਫਰਕ ਹੈ ਬਹੁਤ ਆਰਾਮ ਹੈਗਾ ਠੀਕ ਹੈ ਕੋਈ ਨਾ ਬੇਬੇ ਹੋ ਜਾਣਗੇ ਠੀਕ ਆ ਲੱਤਾਂ ਘੁੱਟਾਂ ਕੋਈ ਨਹੀਂ ਪੁੱਤ ਤੂੰ ਆਲਾ ਕੰਮ ਕਰ ਕਿਵੇਂ ਭੈਣੇ ਠੀਕ ਹੈ ਹਾਂ ਠੀਕ ਆ ਪੁੱਤ ਦਵਾਈ ਤਾਂ ਲੈਂਦੀ ਸੀ ਚਾਚੀ ਹਾਂ ਚਾਚੀ ਬ੍ਰੈਡ ਜੇ ਖਾਏ ਸੀ ਸਵੇਰੇ ਦਲੀਆ ਦੁਲੀਆ ਮੈਂ ਬਣਾ ਲਿਆਉਂਦੀਆਂ ਘਰੋਂ ਨਹੀਂ ਕੋਈ ਨਹੀਂ ਠੀਕ ਆ ਮੈਨੂੰ ਭੁੱਖ ਨਹੀਂ ਕਾਸੇ ਦੀ ਅੱਛਾ ਦਵਾਈ ਲੈ ਲਈ ਬਸ ਚਲ ਕੋਈ ਨਹੀਂ ਕਰ ਕੋਈ ਨਾ ਫਿਕਰ ਨਾ ਕਰਿਆ ਕਰ ਕੋਈ ਨਹੀਂ ਹੋਈ ਹੋਈ ਹੋ ਜੂ ਠੀਕ ਮੈਂ ਹਾਂ ਹੋ ਜੂ ਪੁੱਤ ਠੀਕ ਕੋਈ ਨਹੀਂ ਰੀਤ ਪਰਮਾਤਮਾ ਹੀ ਕੋਈ ਗਾ ਹੋ ਨਾਲੇ ਮੇਰੀ ਗੱਲ ਸੁਣ ਬੁਲਬੁਲ ਨੂੰ ਭੇਜ ਦੂੰ ਮੈਂ ਤੇਰੀ ਭਾਬੀ ਨੂੰ ਭੇਜ ਦੂੰ ਮੈਂ ਇੱਧਰ ਕੋਲੇ ਤੇਰੇ ਸਹਾਰਾ ਜਾ ਹੋ ਜੂਗਾ ਕੱਲੀ ਜੀ ਮਨ ਜਾ ਡੋਲ ਜਾਂਦਾ ਤੇਰਾ ਕੋਈ ਨਾ ਚਾਚੀ ਭੇਜ ਹਾਂ ਆ ਜੂਗੀ ਭਾਬੀ ਤੇ ਕੋਈ ਚੀਜ਼ ਦੀ ਲੋੜ ਹੋਈ ਨਾ ਮੈਨੂੰ ਦੱਸ ਦੀ ਨਾ ਕੋਈ ਗੱਲ ਨਹੀਂ ਦੱਸ ਦੂੰਗੀ ਵੈਸੇ ਹਜੇ ਤਾਂ ਕੋਈ ਚੀਜ਼ ਦੀ ਲੋੜ ਹੈ ਹਾਂ ਠੀਕ ਹੈ ਨਾ ਚੱਲ ਮੈਂ ਭੇਜੂਗੀ ਉਹਨੂੰ ਚੰਗਾ ਰੀਤ ਪੁੱਤ ਫਿਕਰ ਨਾ ਕਰ ਮੈਂ ਤੇਰੀ ਭਾਬੀ ਨੂੰ ਭੇਜ ਦਿਆਂ ਠੀਕ ਹੈ ਕੋਈ ਨਾ ਚਾਚੀ ਭੇਜ ਚੰਗਾ ਮਾ ਦਲੀਆ ਖਾਣੇ ਨਹੀਂ ਉਹ ਤਾਂ ਲੋੜ ਨਹੀਂ ਕਾਸੇ ਦੀ ਚਲ ਜਾ ਕੇ ਬੁਲਬੁਲ ਨੂੰ ਦੱਸਾਂ ਮੈਂ ਹੋਰ ਭੇਜ ਦੂੰ ਨਾਲੇ ਅਈ ਲੋਟ ਆਊਗਾ ਕੰਮ ਬੁਲਬੁਲ ਖੜੀ ਹੋ ਜਾ ਕੀ ਗੱਲ ਹੋ ਗਈ ਮਾਂ ਉਹ ਬੁਲਬੁਲ ਤੇਰੀ ਤਾਈ ਬਿਮਾਰ ਹੈ ਆਪਾਂ ਨੂੰ ਮੌਕਾ ਮਿਲ ਗਿਆ ਜ਼ਮੀਨ ਲੈਣ ਦਾ ਉਹ ਕਿਵੇਂ ਮਾਂ ਪੁੱਤ ਐਂ ਕਿਹਾ ਮੈਂ ਉਹਨਾਂ ਨੂੰ ਕਹਿ ਕੇ ਆਈ ਆ ਮੈਂ ਲਿਆਉਣੀ ਆ ਆਪਦੀ ਨੂੰਹ ਨੂੰ ਆਪਦੀ ਬਹੂ ਨੂੰ ਤੇ ਜੇ ਰੀਤ ਦਵਾਈ ਦੇਣ ਲੱਗੀ ਨਾ ਬਹਾਨੇ ਨਾਲ ਨਾ ਆਪ ਤਾਂ ਦਵਾਈ ਦੇਣ ਬਹਿ ਜੀ ਨਾਲੇ ਰੀਤ ਨੂੰ ਕਹਿੰਦੀ ਜਾ ਦੀਦੀ ਆਹ ਸਮਾਨ ਲੈ ਆ ਖਾਣ ਪੀਣ ਨੂੰ ਲੈ ਆ ਬਹਾਨੇ ਨਾਲ ਦਵਾਈ ਆਪਾਂ ਉਹਨੂੰ ਦੇਣੀ ਨਹੀਂ ਰਾਜੀ ਨਹੀਂ ਹੋਣ ਦੇਣਾ ਹੈਗਾ ਤੇ ਜ਼ਮੀਨ ਆਪਣੇ ਹੱਥ ਲੱਗਦੀ ਹੋ ਜੂਗੀ ਪਰ ਆ ਫਾਹਾ ਵੱਟਿਆ ਜਾਊਗਾ ਤੇਰੀ ਤਾਈ ਦਾ ਉਹਦਾ ਮੇਰੀ ਗੱਲ ਸੁਣ ਮਾਂ ਆਪਾਂ ਨੂੰ ਪਾਪ ਲੱਗੂਗਾ ਆਪਾਂ ਇਹੋ ਜਿਹਾ ਕੁਛ ਨਹੀਂ ਕਰਦੇ ਹੈਗੇ ਨਹੀਂ ਪੁੱਤ ਕਿਹੜੇ ਪਾਪ ਦੀ ਗੱਲ ਕਰਦੀ ਆ ਉਹ ਵੀ ਅੱਜ ਦੇ ਟਾਈਮ 'ਚ ਕੁਛ ਨਹੀਂ ਹੁੰਦਾਗਾ ਜਾ ਤੂੰ ਜਿਹੜੇ ਤੈਨੂੰ ਗੱਲ ਕਹੀਦੀ ਮੈਂ ਉਹ ਪੂਰੀ ਕਰਤੀ ਹੁਣ ਮਿਲ ਕੇ ਰਹੀ ਵਿੱਚ ਤੂੰ ਉਹਨਾਂ ਦੇ ਐ ਨਾ ਹੋਵੇ ਮੈਂ ਦਵਾਈ ਇੱਥੋਂ ਦਵਾਂ ਨਾ ਉਹ ਪੂਰੀ ਨਾ ਹੋਵੇ ਓਹੋ ਕੁਛ ਨਹੀਂ ਹੁੰਦਾ ਤੂੰ ਸਿਹਾਰੀ ਜੇ ਨਾਲ ਰੱਖੀ ਮਾੜੀ ਜੀ ਸਿਹਾਰੀ ਰੱਖੀ ਕੋਈ ਉਹਨੂੰ ਦਵਾਈ ਦੇਣ ਦੀ ਸੇਵਾ ਕਰਨੀ ਆਹ ਸੇਵਾ ਇਹੋ ਜਿਹੇ ਸਾਹਿਬ ਦੀ ਸੇਵਾ ਕਰਨੀ ਆ ਉਹ ਸੇਵਾ ਨਹੀਂ ਕਰਨੀ ਕਿ ਉਹਦੇ ਲੱਤਾਂ ਘੁੱਟੀ ਜਾਵੇਂ ਤੂੰ ਜਾਂ ਉਹਨੂੰ ਦਵਾਈਆਂ ਬੂਟੀਆਂ ਦੇਈ ਜਾਵੇਂ ਉਹ ਸੇਵਾ ਨਹੀਂ ਕਰਨੀ ਚੱਲ ਮੇਰੀ ਗੱਲ ਸੁਣ ਮੈਂ ਜਾਂਦੀ ਹਾਂ ਉਹਨਾਂ ਦੇ ਘਰੇ ਜਿੰਨਾ ਮੇਥੋਂ ਹੋਇਆ ਮੈਂ ਕਰ ਲਾਂਗੀ ਆਪਦੇ ਹਿਸਾਬ ਨਾਲ ਮੈਂ ਨਾ ਦੇਖ ਕੇ ਉਹਨੂੰ ਚੜਾਈ ਕਰਾ ਦਾਂਗੀ ਤੇ ਕੁੜੀ ਨਾ ਥੋੜੀ ਜਿਹੀ ਹੁਸ਼ਿਆਰ ਹੈ ਮਿੱਠੀ ਜੀ ਰਹੀ ਉਹਦੇ ਨਾਲ ਉਹ ਤਾਂ ਤੈਨੂੰ ਪਤਾ ਹੀ ਹੈ ਮੈਂ ਕਿੰਨੀ ਹੁਸ਼ਿਆਰ ਆ ਉਹਦੇ ਨਾਲ ਤਾਂ ਵੱਧ ਹੁਸ਼ਿਆਰ ਮੈਂ ਆ ਕੋਈ ਨਾ ਆ ਕੰਮ ਤੂੰ ਮੇਰੇ ਤੇ ਛੱਡ ਦੇ ਬਸ ਫਿਰ ਆਪਣੇ ਨਾ ਜ਼ਮੀਨ ਪੁੱਤ ਹੱਥ ਲੱਗ ਜੂਗੀ ਫਿਰ ਚੱਲ ਕੋਈ ਨਾ ਮਾਂ ਮੈਂ ਜਾਣੀ ਆ ਘਰ ਦਾ ਮਾੜਾ ਮੋਟਾ ਜਿਹੜਾ ਕੰਮ ਰਹਿ ਗਿਆ ਨਾ ਉਹ ਕਰ ਲਈ ਚੱਲ ਠੀਕ ਹੈ ਜਾ ਠੀਕ ਚੱਲ ਆ ਤਾਂ ਕੰਮ ਹੋ ਜੂ ਹੁਣ ਤਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਹੈ ਪੁੱਤ ਖਾਸੀ ਬਿਮਾਰ ਜੀ ਹੋ ਗਈ ਪਹਿਲੇ ਤਾਂ ਠੀਕ ਸੀਗੀ ਆ ਮਹੀਨੇ ਕੋ ਪਹਿਲਾਂ ਤਾਂ ਅੱਛਾ ਰੀਤ ਕਿੱਥੇ ਹੈ ਰੀਤ ਇੱਧਰ ਨੂੰ ਵੱਜ ਗਈ ਰੀਤ ਆਈ ਭਾਬੀ ਕਿਵੇਂ ਆ ਹਾਂ ਠੀਕ ਹੈ ਭਾਬੀ ਆ ਗਏ ਹਾਂ ਹਾਂ ਆ ਗਈ ਪਾਣੀ ਲਿਆਵਾ ਨਾ ਨਾ ਕੋਈ ਚੱਕਰ ਨਹੀਂ ਮੈਂ ਪੀ ਕੇ ਆਈ ਸੀਗੀ ਮੈਂ ਤਾਂ ਐਂ ਕਹਿੰਦੀ ਸੀਗੀ ਵੀ ਤੇਰੀ ਮਾਂ ਇੰਨੀ ਬਿਮਾਰ ਕਿਵੇਂ ਹੋ ਗਈ ਬਸ ਭਾਬੀ ਪਤਾ ਹੀ ਨਹੀਂ ਲੱਗਦਾ ਕਦੇ ਬੀਪੀ ਲੋ ਹੋ ਜਾਂਦਾ ਹੈ ਕਦੇ ਸੈੱਲ ਘਟ ਜਾਂਦੇ ਨੇ ਕਦੇ ਵਧ ਜਾਂਦੇ ਨੇ ਸਮਝ ਹੀ ਨਹੀਂ ਆਉਂਦੀ ਸਾਨੂੰ ਵੀ ਅੱਛਾ ਅੱਛਾ ਆ ਦੇਖ ਲੈ ਕਿੰਨਾ ਗੰਦ ਪਿਆ ਹੋਇਆ ਲਿਆ ਝਾੜੂ ਮੈਂ ਸਫਾਈ ਕਰ ਦਿੰਨੀ ਆ ਉਹ ਕੋਈ ਨਾ ਭਾਬੀ ਤੂੰ ਬਹਿ ਜਾ ਮੈਂ ਆਪੇ ਕਰ ਲੂੰਗੀ ਚੱਲ ਕੋਈ ਨਾ ਪਰਲ ਮਿਲ ਕੇ ਕਰ ਲਾਂਗੇ ਮਾਂ ਨੇ ਮੈਨੂੰ ਤਾਂ ਹੀ ਭੇਜਿਆ ਸੀ ਵੀ ਜਾ ਕੇ ਤਾਈ ਨੂੰ ਦੇਖਿਆ ਵੀ ਕੀ ਹਾਲ ਚਾਲ ਹੈ ਦਵਾਈ ਦਵਾਈ ਟਾਈਮ ਨਾਲ ਲਈ ਜਾਂਦੀ ਹੈ ਤਾਈ ਹਾਂ ਦਵਾਈ ਤਾਂ ਲਈ ਜਾਂਦੀ ਹੁਣ ਟਾਈਮ ਹੋ ਗਿਆ ਦਵਾਈ ਦਾ ਦੇ ਦਿੰਦੇ ਨੇ ਹਾਂ ਅੱਛਾ ਚੱਲ ਰੀਤ ਮੈਨੂੰ ਦੱਸ ਦੀ ਵੀ ਜਦੋਂ ਦਵਾਈ ਦਾ ਟਾਈਮ ਹੋਇਆ ਉਦੋਂ ਮੈਂ ਆਪੇ ਦੇ ਦਾਂਗੀ ਠੀਕ ਹੈ ਕੋਈ ਨਾ ਭਾਬੀ ਦਵਾਈ ਤਾਂ ਮੈਂ ਦੇ ਦਿੰਨੀ ਹੈ ਤੁਸੀਂ ਬਹਿ ਜਾਓ ਕੋਈ ਗੱਲ ਨਹੀਂ ਤੇ ਤਾਈ ਮੈਂ ਕਹਿੰਦੀ ਸੀਗੀ ਹੁਣ ਤੇਰੀ ਜਾਣ ਦੀ ਉਮਰ ਹੋ ਗਈ ਦੇਖ ਲੈ ਤੇਰੀ ਉਮਰ ਕਿੰਨੀ ਹੋ ਗਈ ਹਨਾ
ਰੱਬ ਦਾ ਕੋਈ ਪਤਾ ਨਹੀਂ ਕਦੋਂ ਸੁਨੇਹਾ ਆ ਜੇ ਹਨਾ ਇਹ ਨਹੀਂ ਕਹਿੰਦੇ ਭਾਬੀ ਐਂ ਕਿਉਂ ਕਹਿੰਨੀ ਆ ਮੇਰੀ ਗੱਲ ਸੁਣ ਰੀਤ ਹੁਣ ਦੇਖ ਲਾ ਮਾਂ ਦੀ ਹਾਲਤ ਤੂੰ ਆਪੇ ਦੇਖੀ ਜਾਂਦੀ ਆ ਨਾ ਉੱਠ ਬੈਠਦੀ ਆ ਨਾ ਕੁਛ ਹਨਾ ਕਿੰਨਾ ਕੁ ਚਿਰ ਦਵਾਈਆਂ ਤੇ ਚੱਲੀ ਆਊਗੀ ਮੈਂ ਤਾਂ ਤਾਂ ਹੀ ਐਂ ਕਹਿੰਦੀ ਸੀ ਵੀ ਰੀਤ ਦਾ ਹੁਣ ਵਿਆਹ ਕਰ ਦੇ ਤੂੰ ਔਖੇ ਸੌਖੇ ਦੇਖ ਲੋ ਕੁਛ ਦਿਨ ਤੁਹਾਡੀ ਦਾਦੀ ਆ ਮੈਨੂੰ ਤਾਂ ਮੇਰਾ ਦਿਮਾਗ ਨਹੀਂ ਕੰਮ ਕਰਦਾ ਮੇਰਾ ਛੱਟ ਨਹੀਂ ਗਾ ਹਾਂ ਦੇਖ ਲਾ ਤੂੰ ਆਪਣੇ ਮੂੰਹੋਂ ਹੀ ਗੱਲਾਂ ਸੁਣੀ ਜਾਂਦੀ ਆ ਆਪਦੀ ਮਾਂ ਦੀ ਤੂੰ ਮਾਂ ਵੱਲ ਤਾਂ ਦੇਖ ਕਿੰਨੀ ਔਖੀ ਆ ਉਹ ਕੋਈ ਨਾ ਭਾਬੀ ਸਾਰੀ ਉਮਰ ਪਈ ਆ ਵਿਆਹ ਕਰਾਉਣ ਚ ਕਰਾ ਲੂੰਗੀ ਵਿਆਹ ਪਹਿਲਾਂ ਮਾਂ ਨੂੰ ਤਾਂ ਠੀਕ ਹੋ ਜਾਂਦੇ ਹਲੇ ਨਹੀਂ ਮੈਂ ਕਰਾਉਣਾ ਪਰ ਚੱਲ ਕੋਈ ਨਾ ਠੰਡੇ ਦਿਮਾਗ ਨਾਲ ਕੰਮ ਲਈ ਤੂੰ ਠੀਕ ਆ ਆਇਆ ਤੇ ਨਾ ਮੈਂ ਕੰਮ ਕਰਾ ਦਾਂ ਤਾਈ ਚੱਲ ਮੈਂ ਕੰਮ ਕਰਾ ਦਾਂ ਇਹਦੇ ਨਾਲ ਕਰ ਲਓ ਪੁੱਤ ਹਾਂ ਆ ਜਾ ਓਹੋ ਥੱਕ ਗਈ ਆ ਭਾਬੀ ਹੋਰ ਬਾਲਾ ਸਾਰਾ ਕੰਮ ਵਧਾਇਆ ਹੋਇਆ ਸੀ ਤੂੰ ਤਾਂ ਫਿਰ ਭਾਬੀ ਕੱਲੀ ਜਾਣੀ ਕੀ ਕਰਾਂ ਤੇ ਬੇਬੇ ਨੂੰ ਸਾਂਭਾ ਕੇ ਘਰ ਦੇ ਕਰਾਂ ਹਨਾ ਹਾਂ ਚੱਲ ਕੋਈ ਨਾ ਹੁਣ ਮੈਂ ਆ ਗਈ ਨਾ ਮੈਂ ਕਰ ਲਿਆ ਕਰਾਂਗੀ ਕੋਈ ਨਾ ਭਾਬੀ ਸੱਚ ਮੇਰੇ ਤਾਂ ਦਿਮਾਗ ਚੋਂ ਨਿਕਲ ਗਿਆ ਬੇਬੇ ਨੂੰ ਦਵਾਈ ਵੀ ਦੇਣੀ ਆ ਉਹ ਦਿੰਨੀ ਆ ਅੱਜ ਚੱਲ ਕੋਈ ਨਾ ਮੈਂ ਦੇ ਦਿੰਨੀ ਅੱਜ ਅੱਜ ਦੀ ਰਹਿ ਗਈ ਮਤਲਬ ਬਸ ਆ ਇੱਕ ਡੰਗ ਦੀ ਹੋਈ ਆ ਸ਼ਾਮ ਵਾਸਤੇ ਹੈ ਨਹੀਂ ਲਿਆਣੀ ਪਊਗੀ ਚੱਲ ਮੇਰੀ ਗੱਲ ਸੁਣ ਤੂੰ ਜਾ ਕੇ ਦਵਾਈ ਲਿਆ ਠੀਕ ਹੈ ਡਾਕਟਰ ਤੋਂ ਪੁੱਛ ਲਈ ਜੇ ਹੋਰ ਕਿਸੇ ਚੀਜ਼ ਦੀ ਲੋੜ ਹੋਈ ਉਹ ਵੀ ਲਿਆਈ ਠੀਕ ਹੈ ਤੇ ਮੈਂ ਬੇਬੇ ਨੂੰ ਦਵਾਈ ਦੇ ਦਿੰਨੀ ਆ ਦੇ ਦੇਂਗੀ ਬੱਬੀ ਦਵਾਈ ਹਾਂ ਹਾਂ ਮੈਂ ਦੇ ਦਾਂਗੀ ਕੋਈ ਨਾ ਧਿਆਨ ਨਾਲ ਦੇ ਰਹੀ ਹੈ ਅੰਦਰ ਹੀ ਪਈ ਹੈ ਰਸੋਈ ਚ ਹਾਂ ਹਾਂ ਕੋਈ ਚੱਕਰ ਨਹੀਂ ਹੈ ਪਾਣੀ ਚ ਪਾ ਕੇ ਦੇ ਦਿਓ ਹੈ ਠੀਕ ਹੈ ਠੀਕ ਹੈ ਚਲੋ ਫਿਰ ਮੈਂ ਲਿਆਵਾਂ ਬੱਬੀ ਦਵਾਈ ਹਾਂ ਹਾਂ ਲਿਆ ਕੋਈ ਨਾ ਟਾਈਮ ਨਾਲ ਆ ਜੀ ਜਲਦੀ ਹਾਂਜੀ ਲੈ ਇਹ ਤਾਂ ਗਈ ਹੁਣ ਰੀਤ ਮੈਨੂੰ ਲੱਗਦਾ ਘੰਟਾ ਡੇਢ ਘੰਟਾ ਤਾਂ ਲਾ ਕੇ ਆਊਗੀ ਮੈਂ ਬੇਬੇ ਨੂੰ ਦਵਾਈ ਦੇਣੀ ਹੈ ਦਵਾਈ ਵੀ ਕਾਹਤੋਂ ਦੇਣੀ ਹੈ ਇੱਕ ਮੌਕਾ ਹੀ ਹੈ ਤਾਂ ਸ਼ੋਅ ਕਰਕੇ ਦਿਖਾਉਣਾ ਕਰਤੀ ਇਹਦਾ ਵੀ ਕੰਮ ਹੈ ਦਵਾਈ ਡੋਲਦਾ ਅੱਧੀ ਜਿਹਦੇ ਨਾਲ ਪਤਾ ਲੱਗੇ ਰੀਤ ਨੂੰ ਕਿ ਦਵਾਈ ਸੱਚੀ ਉਹ ਬੇਬੇ ਨੂੰ ਦਿੱਤੀ ਹੈ ਬੇਬੇ ਉੱਠ ਖੜ ਦਵਾਈ ਲੈ ਲਾ ਉੱਠ ਜਾ ਉੱਠ ਜਾ ਆਰਾਮ ਨਾਲ ਉੱਠ ਜਾ ਲੈ ਦਵਾਈ ਕੁੱਟ ਕੋ ਹੋਰ ਪੀ ਲਾ ਚੱਲ ਜੇ ਕਿਸੇ ਹੋਰ ਚੀਜ਼ ਦੀ ਲੋੜ ਪਈ ਮੈਨੂੰ ਹਾਕ ਮਾਰ ਲਈ ਮੈਂ ਹੋ ਰਹੀ ਹਾਂ ਰਸੋਈ ਚ ਭਾਬੀ ਚੱਲ ਗਈ ਮਾਂ ਕਿਤੇ ਭਾਬੀ ਚੱਲ ਗਈ ਨਾ ਨਾ ਮੈਂ ਕਿੱਥੇ ਜਾਣਾ ਆ ਗਈ ਤੂੰ ਹਾਂਜੀ ਦੇਤੀ ਸੀ ਬੇਬੇ ਨੂੰ ਦਵਾਈ ਹਾਂ ਹਾਂ ਮੈਂ ਦੇਤੀ ਸੀਗੀ ਦਵਾਈ ਤੂੰ ਟੈਨਸ਼ਨ ਨਾ ਲੈ ਠੀਕ ਹੈ ਭਾਬੀ ਆ ਰਸੋਈ ਚ ਰੱਖ ਦੋ ਠੀਕ ਹੈ ਬੇਬੇ ਲੈ ਲਈ ਦਵਾਈ ਬੇਬੇ ਬੇਬੇ ਭਾਬੀ ਕੀ ਗੱਲ ਹੋ ਗਈ ਰੀਤ ਬੇਬੇ ਨੂੰ ਕੀ ਹੋ ਗਿਆ ਬੇਬੇ ਬੋਲਦੀ ਨਹੀਂ ਉਹ ਸੋ ਰਹੀ ਹੋਵੇ ਨਹੀਂ ਬੁਲਬੁਲ ਦੇਖਦਾ ਬੇਬੇ 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 ਉੱਠ ਉਹ ਇੱਕ ਮਿੰਟ ਦੇਖਣ ਤਾਂ ਦੇ ਮੈਨੂੰ ਹਾਂ ਤਾਂ ਚੱਲਦੇ ਨਹੀਂ ਪਏ ਬੇਬੇ ਦੇ ਬੇਬੇ 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 ਉੱਠ ਬੇਬੇ ਉੱਠ ਬੇਬੇ ਬੇਬੇ ਐਵੇਂ ਕਿਵੇਂ ਹੋ ਗਿਆ ਸਾਰਾ ਕੁਛ ਹੁਣ ਇਹ ਤਾਂ ਚੰਗੀ ਭਲੀ ਸੀਗੀ ਮੇਰੇ ਨਾਲ ਸਾਰੀਆਂ ਗੱਲਾਂ ਕਰੀਆਂ ਨੇ ਇਹਨੇ ਪਤਾ ਨਹੀਂ ਕੀ ਹੋ ਗਿਆ ਮੈਂ ਤਾਂ ਹੀ ਨਹੀਂ ਗੱਲੀ ਨੂੰ ਛੱਡ ਕੇ ਜਾਂਦੀ ਸੀ ਬੇਬੇ ਬਹੁਤ ਮਾੜਾ ਹੋਇਆ ਤੇਰੇ ਨਾਲ ਤੂੰ ਐ ਕਰ ਰਹੀ ਤਾਂ ਮੇਰੀ ਮਾਂ ਨੂੰ ਫੋਨ ਲਾ ਦੇ ਸਾਰੇ ਜਣੇ ਉਰੇ ਆ ਜਾਣਗੇ ਚੱਲ ਰੀਤ ਤੂੰ ਰਹਿਣ ਦੇ ਮੈਂ ਹੀ ਬੁਲਾ ਕੇ ਲਿਆਉਂਦੀ ਹਾਂ ਮਾਂ ਨੂੰ ਬੇਬੇ ਆ ਸੋ ਰਹੀ ਹੈ ਮੇਰੀ ਮਾਂ ਉੱਠ ਜਾ ਹੁਣ ਹਾਂ ਪੁੱਤ ਤੈਨੂੰ ਵਧਾਈਆਂ ਹੋਣ ਲੱਡੂ ਵੰਡ ਹੁਣ ਕਾਹਦੀਆਂ ਕਾਹਦੀਆਂ ਹਜੇ ਪੁੱਛਦੀ ਆ ਕਾਹਦੀਆਂ
ताई पूरी होगी सच्ची शुक्र है फाहा बढ़िया गया होर बढ़िया हो गया हाय हाय चल चलिए रोना पौगा जाके दिखावा करना ही पौ चंगा हो गया फाहा बढ़िया गया चलो भाई कोई गल नी जेड़ा कुछ होना सी ओह हो गया तुसीं ऐ करो रिश्तेदारां नूं फोन ला दे पुत्त ठीक है आहो ते मैं करदा इंतजाम कोई नहीं खबर लैणा जेड़ा करना गल ने बणना सी तां बणी गई हुण बस तां हुण परमात्मा दे हत्थ हुंदा एवें आहो चिंता ना करो तुसीं इस गल दी मैं जाणा मां वरगे बस चुप कर तुसीं आ करो मैं लैवां चार बंदे छत्त के करां चुप हो जा ते रब दे हत्थ कुछ नहीं कर सकदे आपां भाई हैगा करे कोई हाँ हाँ मेरे आजा लग गया बस बैठा भेने ते भेने मैं तो कम आया सी हाँ मेरे दस मैं सुना तुसी इत्थे ठेकेदार बदलना है जमीन का हाँ मेरे बदलना तो हैगा ते फिर असी घरे रह कीती सी भी सानू दे दो जमीन तुसी ठेके ते ਵੀਰੇ ਮੈਂ ਤਾਂ ਨਾ ਸਰਪੰਚ ਸਾਹਿਬ ਨੂੰ ਪੁੱਛ ਕੇ ਫੇਰ ਠੇਕੇ ਤੇ ਜ਼ਮੀਨ ਚੜਾਉਂਗੀ ਅੱਛਾ ਤੇ ਉਹ ਕੀ ਕਰਨ ਸੀਗਾ ਪੈਸੇ ਪੂਸੇ ਨਹੀਂ ਟੈਕਸ ਦਿੰਦਾ ਸੀ ਉਹ ਨਹੀਂ ਵੀਰੇ ਪੈਸੇ ਵੀ ਦੇ ਦਿੰਦਾ ਸੀ ਬਸ ਹੁਣ ਤੈਨੂੰ ਪਤਾ ਹੀ ਆ ਮਾਂ ਤਾਂ ਹੈ ਨਹੀਂ ਹਾਂ ਤੇ ਮਾਂ ਤੋਂ ਬਾਅਦ ਮੈਨੂੰ ਵੀ ਇੰਨਾ ਹਿਸਾਬ ਕਿਤਾਬ ਜਿਹਾ ਹੈ ਨਹੀਂਗਾ ਅੱਛਾ ਹੁਣ ਜਿਹੜੇ ਬੰਦੇ ਤੇ ਯਕੀਨ ਆ ਉਹਦੇ ਥਰੂ ਹੀ ਮੈਂ ਜ਼ਮੀਨ ਠੇਕੇ ਤੇ ਦੇਵਾਂਗੀ ਹਾਂ ਉਹ ਤਾਂ ਗੱਲ ਸੋਧੀ ਠੀਕ ਹੈ ਪਹਿਲਾਂ ਤਾਂ ਮਾਂ ਵਿਚਾਰੀ ਘੱਟੇ ਵੱਧੇ ਕਰੀ ਜਾਂਦੀ ਚਲ ਉਹਦਾ ਜੋ ਮਾਲਕ ਨੂੰ ਮਨਜ਼ੂਰ ਸੀ ਬਣੇ ਉਹੀ ਹੋਇਆਗਾ ਤੇ ਮੈਂ ਇਹ ਕਹਿੰਦਾ ਸੀਗਾ ਵੀ ਤੁਸੀਂ ਪੈਸੇ ਭਵੇਂ ਐਡਵਾਂਸ ਚ ਫੜ ਲਿਆ ਕਰੋ ਵੀ ਤੁਸੀਂ ਸਾਨੂੰ ਦੇ ਦਿਓ ਠੇਕੇ ਤੇ ਨਾ ਨਾ ਵੀਰੇ ਪੈਸੇ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਬਸ ਮੈਂ ਸਰਪੰਚ ਨੂੰ ਪੁੱਛ ਕੇ ਜ਼ਮੀਨ ਠੇਕੇ ਤੇ ਚੜਾਉਂਗੀ ਅੱਛਾ ਐਂ ਤਾਂ ਵੀਰੇ ਫਿਰ ਮੈਂ ਦੇ ਨਹੀਂ ਸਕਦੀ ਸਰਪੰਚ ਨੂੰ ਤਾਂ ਕੀ ਪੁੱਛਣਾ ਹੈ ਜੀ ਵੀਰੇ ਸਾਡੀ ਵਧੀਆ ਲਿਹਾਜ਼ ਆ ਵਧੀਆ ਘਰ ਮੰਗੋ ਵਰਤਦੇ ਨੇ ਜੇ ਅੱਜ ਨਾ ਪੁੱਛਿਆ ਕੱਲ ਨੂੰ ਕਿਸੇ ਨੇ ਠੇਕਾ ਮਾਰ ਲਿਆ ਫਿਰ ਮੈਂ ਕਿਹਨੂੰ ਕਹੂੰਗੀ ਠੇਕਾ ਤਾਂ ਬਈ ਹੁਣ ਕਿੱਥੇ ਮਾਰਾ ਗਿਆ ਸੀ ਤੁਹਾਡੇ ਗਵਾਂਢੀ ਤਾਂ ਹੈਗੇ ਆ ਬਈ ਐ ਤਾਂ ਸਾਰੇ ਕਰਦੇ ਨੇ ਇੱਕ ਵਾਰ ਤਾਂ ਅਗਲਾ ਐਡਵਾਂਸ ਫੜਾ ਦਿੰਦਾ ਹੈ ਬਾਅਦ ਵਿੱਚ ਤੈਨੂੰ ਨਹੀਂ ਪਤਾ ਕਿੰਨਾ ਔਖਾ ਹੁੰਦਾ ਹੈ ਕੋਈ ਨਾ ਮੇਰੇ ਬਾਕੀ ਪੁੱਛ ਕੇ ਦੱਸ ਦੂੰਗੀ ਆਪਣਾ ਕਿਹੜਾ ਕੋਈ ਬੈਰ ਆ ਜੇ ਉਹਨਾਂ ਨੇ ਕਹਿਤਾ ਆਪਾਂ ਤੁਹਾਨੂੰ ਠੇਕੇ ਤੇ ਲਾ ਦਾਂਗੇ ਜ਼ਮੀਨ ਤੇ ਚਾਹ ਪਾਣੀ ਬਈ ਜੇ ਮੈਂ ਇੱਕ ਰਸਾ ਪੰਚ ਨੂੰ ਬੁਲਾ ਲਿਆ ਮੈਂ ਫੇਰ ਕੋਈ ਨਾ ਵੀਰੇ ਮੈਂ ਤੈਨੂੰ ਆਪੇ ਦੱਸ ਦੂੰਗੀ ਚਲੋ ਠੀਕ ਹੈ ਤੁਸੀਂ ਗੌਰ ਕਰਿਓ ਪਹਿਲ ਸਾਡੀ ਰੱਖਿਓ ਅਰਜੀ ਕੋਈ ਗੱਲ ਨਹੀਂ ਹਾਂ ਪੈਸੇ ਕੁਸੇ ਦੀ ਚਿੰਤਾ ਨਾ ਕਰਿਓ ਭਾਵੇਂ ਆਰਤੀ ਜ਼ਰੂਰ ਲੈ ਲਿਆ ਕਰੋ ਭਾਵੇਂ ਸਰਪੰਚ ਜ਼ਰੂਰ ਲੈ ਲਿਆ ਕਰੋ ਭਾਵੇਂ ਸਿੱਧੇ ਚੈੱਕ ਲੈ ਲਿਆ ਕਰੋ ਕੋਈ ਨਾ ਵੀਰੇ ਮੈਂ ਦੱਸ ਦੂੰਗੀ ਠੀਕ ਹੈ ਹੋ ਹੋ ਆ ਗਏ ਤੁਸੀਂ ਬਸ ਪੁੱਛਣਾ ਕੀ ਹੋ ਗਿਆ ਓਏ ਮੰਦੀ ਨਹੀਂ ਹੋ ਟਿੱਡੀ ਜੀ ਪਤਾ ਨਹੀਂ ਕੀ ਖਾਧਾ ਉਹਨੇ ਕਿਉਂ ਬਸ ਹੁਣ ਮਾਂ ਮਰ ਗਈ ਮਰਾ ਗਈ ਦੱਸ ਕੀ ਕਹਿੰਦੀ ਸੀ ਕਹਿੰਦੀ ਹਾਂ ਹਾਂ ਕਿ ਮੈਂ ਤਾਂ ਸਰਪੰਚ ਤੋਂ ਪੁੱਛੇ ਨਾ ਪੈਰ ਨਹੀਂ ਪੜਦੀ ਹੈਗੀ ਉਹ ਤਾਂ ਸਰਪੰਚ ਦੀਆਂ ਉਂਗਲਾਂ ਤੇ ਚੜੀ ਹੋਈ ਆ ਦੱਸ ਆਪਾਂ ਪੈਸੇ ਨੱਪਦੇ ਸੀਗੇ ਤੁਸੀਂ ਇੱਕ ਗੱਲ ਕੀ ਕੀਤੀ ਸੀ ਉਹਦੇ ਕੋਲ ਜਾ ਕੇ ਉਹਨੂੰ ਮੈਂ ਆਖਿਆ ਮੈਂ ਹਾਂ ਦੇਖ ਪੈਣੇ ਵੀ ਐਂ ਕਰਕੇ ਜ਼ਮੀਨ ਤੂੰ ਸਾਨੂੰ ਦੇ ਦੇ ਠੇਕੇ ਤੇ ਹਾਂ ਵੀ ਅਸੀਂ ਵੀ ਪਹਿਲਾਂ ਬਥੇਰੀ ਜ਼ਮੀਨ ਕਰ ਦੇਾਂਗੇ ਵੀ ਨਾ ਘਰ ਦੀ ਗੱਲ ਨਾ ਆਪਾਂ ਗਵਾਂਢੀ ਆਂਗੇ ਹਾਂ ਕਹਿੰਦੀ ਹਾਂ ਹਾਂ ਕਿ ਮੈਂ ਤਾਂ ਸਰਪੰਚ ਤੋਂ ਪੁੱਛੇ ਬਿਨਾਂ ਪੈਰ ਨਹੀਂ ਪੜਦੀ ਮੈਂ ਉਸ ਨੂੰ ਪੁੱਛ ਕੇ ਦੇਵਾਂਗੀ ਜ਼ਮੀਨ ਵੀ ਕਿਹਨੂੰ ਦੇਣੀ ਆ ਸਾਡਾ ਕੋਈ ਹਿਸਾਬ ਕਿਤਾਬ ਰਹਿੰਦਾ ਸੌ ਕੁਛ ਕਰਦੀ ਸੀ ਮੈਂ ਤਿੰਨ ਚਾਰ ਵਾਰੀ ਕਿਹਾ ਭਾਈ ਪਹਿਲ ਸਾਡੀ ਹੈ ਪਹਿਲ ਸਾਡੀ ਹੈ ਕਹਿੰਦੀ ਨਹੀਂ ਨਹੀਂ ਮੈਂ ਤਾਂ ਪੁੱਛੇ ਬਿਨਾਂ ਨਹੀਂ ਉਹ ਕਰਦੀ ਚਲ ਕੋਈ ਨਾ ਐਂ ਕਰੋ ਮੈਂ ਜਾ ਕੇ ਹੋਣੀ ਆ ਤੀਵੀਆਂ ਤੋਂ ਤੀਵੀਂ ਸੂਤ ਆਉਂਦੀ ਆ ਮੈਂ ਜਾ ਕੇ ਪੁੱਛਦੀ ਆ ਨਾਲੇ ਕਹਿੰਦੇ ਆ ਵੀ ਹਾਂ ਭਾਈ ਕੀ ਗੱਲ ਸੀ ਮੇਰੇ ਘਰ ਨੂੰ ਤੂੰ ਐਂ ਬੋਲੀ ਹੈ ਹੋਰ ਮੈਨੂੰ ਤਾਂ ਐਂ ਹੈਗਾ ਵੀ ਚੱਲ ਜੇ ਆਪਾਂ ਠੇਕੇ ਤੇ ਲੈ ਲਈਏ ਕੋਈ ਵਿੱਚੋਂ ਕਰ ਲਿਆ ਕਰਾਂਗੇ ਠੁੱਤਾ ਹਾਂ ਇਹ ਤਾਂ ਹੈ ਤਿੰਨ ਕਿੱਲੇ ਜ਼ਮੀਨ ਆ ਜੋ ਤੇਰੇ ਸਿਰ ਵਰਗੀ ਜ਼ਮੀਨ ਹੈਗੀ ਨਾਲੇ ਉਹ ਪਤਾ ਨਹੀਂ ਗੋਸਲਾਂ ਵਾਲਾ ਪਤਾ ਨਹੀਂ ਗਿੱਲਾਂ ਵਾਲਾ ਉਹ ਲੈਂਦਾਗਾ ਉਹ ਤਾਂ ਪੈਸੇ ਵੀ ਨੱਪ ਜਾਂਦਾਗਾ ਹੁਣ ਖੈਰ ਨੱਪਣੇ ਤਾਂ ਆਪਾਂ ਵੀ ਐ ਪਰ ਆਪਾਂ ਇਹ ਨਹੀਂ ਨੱਪਣੇ ਹੈਗੇ ਆਪਾਂ ਥੋੜੇ ਘੱਟ ਦੇ ਦਿਆ ਕਰਾਂਗੇ ਹਾਂ ਹੁਣ ਕੱਲੀ ਦਾ ਉਹਦਾ ਕੀ ਖਰਚਾ ਦੱਸ ਮਾੜਾ ਮੋਟਾ ਪੜਦੀ ਹੈ 20 30000 ਰੁਪਏ ਖਰਚਾ ਉਹਨੇ ਕੀ ਸੱਚ ਮਾਰਨੇ ਨੇ ਪੈਸੇ ਪੜਾਈ ਦਾ ਖਰਚਾ ਦੇ ਦਿਆ ਕਰਾਂਗੇ ਚਲ ਜਾ ਕੇ ਆ ਮਾੜਾ ਇਹ ਕਰੀ ਲਾ ਹਾਂ ਚਲ ਮੈਂ ਜਾ ਕੇ ਆਉਣੀ ਠੀਕ ਹੈ ਮੈਂ ਚਾਹ ਬਣਾ ਦੀ ਆ ਕੇ ਫਿਰ ਮਿਲਦੇ ਹਾਂ ਕੀ ਕਰੀ ਅੰਨੀ ਰੀਤਾ ਕੁਛ ਨਹੀਂ ਭਾਬੀ ਬਸ ਪੜਦੀ ਸੀਗੀ ਅੱਛਾ ਅੱਛਾ ਅੱਜ ਮੈਂ ਤੁਹਾਡੇ ਘਰੇ ਕੀ ਕਰਨ ਆਇਆ ਸੀ ਉਹ ਤਾਂ ਜ਼ਮੀਨ ਠੇਕੇ ਤੇ ਲੈਣ ਨੂੰ ਪੁੱਛਦਾ ਸੀ ਉਹ ਵੀ ਆਂਟੀ ਮੈਨੂੰ ਜ਼ਮੀਨ ਠੇਕੇ ਤੇ ਦੇ ਦਿਓ ਅੱਛਾ ਫਿਰ ਤੂੰ ਦੇਤੀ ਜ਼ਮੀਨ ਠੇਕੇ ਤੇ ਨਹੀਂ ਨਹੀਂ ਬੱਬੀ ਅੱਛਾ ਕੀ ਗੱਲ ਹੋ ਗਈ ਭਲਾ ਗੱਲ ਤਾਂ ਕੀ ਹੋਣੀ ਆ ਮੈਂ ਸਰਪੰਚ ਨਾਲ ਹੀ ਗੱਲ ਕਰੂੰਗੀ
ਉਹੀ ਦਊਗਾ ਕਿ ਠੇਕੇ ਤੇ ਜ਼ਮੀਨ ਜੀ ਨੂੰ ਵੀ ਦੇਣੀ ਹੋਈ। ਅੱਛਾ ਤੇ ਪਹਿਲੇ ਵਾਲੇ ਨਾਲ ਕੀ ਗੱਲਬਾਤ ਹੋ ਗਈ? ਬਸ ਪਹਿਲੇ ਵਾਲੇ ਨਾਲ ਕੀ ਹੋਣਾ ਭਾਬੀ, ਹੁਣ ਆ ਜੀਵਨ ਵੀ ਪੁੱਛਦਾ ਸੀ, ਹੁਣ ਕੀ ਦੱਸਾਂ। ਅਗਲਾ ਬਾਬਾ ਪਿੰਡ 'ਚ ਸਾਨੂੰ ਭੰਡੀ ਜਾਂਦੇ ਨੇ, ਹੈ ਪਹਿਲਾਂ 2-3 ਵਾਰੀ ਉਹ ਪੈਸੇ ਦੱਬ ਗਿਆ ਸੀ, ਮਸਾਂ ਕਢਵਾਏ ਨੇ, ਹਜੇ ਵੀ ਅੱਧ ਪਚੱਧ ਤਾਂ ਰਹਿ ਹੀ ਗਏ। ਅੱਛਾ ਅੱਛਾ, ਮੈਂ ਤਾਂ ਤੈਨੂੰ ਐਂ ਕਹਿੰਦੀ ਸੀਗੀ ਵੀ ਅਸੀਂ ਤਾਂ ਤੇਰੇ ਆਪਣੇ ਆ, ਸਾਨੂੰ ਠੇਕੇ ਤੇ ਜ਼ਮੀਨ ਦੇ ਦੇ, ਤੇਰਾ ਬਾਈ ਬੀਜ ਲਿਆ ਕਰੂਗਾ। ਵੈਸੇ ਭਾਬੀ ਇਸ ਚੀਜ਼ ਬਾਰੇ ਮੈਂ ਹਜੇ ਕੁੱਝ ਸੋਚਿਆ ਨੀਗਾ, ਬਾਕੀ ਜਿਵੇਂ ਸਰਪੰਚ ਕਰੂਗਾ ਨਾ ਉਵੇਂ ਹੋ। ਕੋਈ ਗੱਲ ਨੀ, ਜੇ ਉਹਨਾਂ ਨੇ ਕਹਿਤਾ ਤਾਂ ਤੁਸੀਂ ਲੈ ਲਿਓ, ਮੈਨੂੰ ਕੋਈ ਇਤਰਾਜ਼ ਨਹੀਂ। ਲੈ ਸਰਪੰਚ ਕਿਹੜਾ ਤੇਰਾ ਆਪਦਾ, ਅਸੀਂ ਤਾਂ ਤੇਰੇ ਆਪਦੇ ਹਾਂ, ਮਾੜੇ ਸਮੇਂ 'ਚ ਤੇਰੇ ਨਾਲ ਖੜਦੇ ਹਾਂ ਹਮੇਸ਼ਾ। ਕੋਈ ਨਾ, ਅਸੀਂ ਤੂੰ ਨਾ ਐਂ ਕਰ, ਸਾਨੂੰ ਠੇਕੇ ਤੇ ਜ਼ਮੀਨ ਦੇ ਦੇ, ਤੈਨੂੰ ਪੈਸੇ ਵੀ ਟਾਈਮ ਸਿਰ ਦੇ ਦਿਆ ਕਰਾਂਗੇ, ਤੇਰੀ ਪੜ੍ਹਾਈ ਲਿਖਾਈ ਦਾ ਜਿਹੜਾ ਵੀ ਕੁਛ ਹੋਇਆ ਅਸੀਂ ਕਰਿਆ ਕਰਾਂਗੇ, ਤੇਰੇ ਵਿਆਹ ਦੀ ਉਹ ਤੂੰ ਟੈਨਸ਼ਨ ਬਿਲਕੁਲ ਨਾ ਲੈ, ਤੇਰਾ ਵਿਆਹ ਵੀ ਅਸੀਂ ਆਪ ਹੀ ਕਰਾਂਗੇ। ਉਹ ਤਾਂ ਭਾਬੀ ਕੋਈ ਗੱਲ ਨੀ, ਹੁਣ ਬੇਬੇ ਆਪਣੇ ਸਰਪੰਚ ਨਾਲ ਵਧੀਆ ਵਰਤਦੀ ਸੀ, ਵਧੀਆ ਸਹਿਚਾਰਾ ਸੀਗਾ, ਜੇ ਮੈਂ ਉਹਨਾਂ ਦੇ ਉੱਤੋਂ ਦੀ ਹੋ ਕੇ ਇਹ ਗੱਲ ਕਰਤੀ ਫਿਰ ਕੱਲ੍ਹ ਨੂੰ ਉਹਨਾਂ ਨੇ ਵੀ ਨਾਲ ਨਹੀਂ ਖੜਨਾ, ਕਿਉਂ ਪਹਿਲਾਂ ਸਾਡੇ ਨਾਲ ਬਣ ਗਈ। ਚਲੋ ਹੈਗੇ ਤਾਂ ਤੁਸੀਂ ਆਪਣੇ ਹੋ, ਪਹਿਲ ਤਾਂ ਤੁਹਾਨੂੰ ਹੀ ਦੇਵਾਂਗੇ, ਇੱਕ ਵਾਰੀ ਸਰਪੰਚ ਦਾ ਫੈਸਲਾ ਸੁਣ ਲਈ ਵੀ ਉਹ ਕੀ ਕਹਿੰਦੇ ਨੇ। ਚੱਲ ਦੇਖ ਲਾ ਰੀਤ, ਜਿਵੇਂ ਤੂੰ ਕਹੇ ਤੇਰੀ ਮਰਜ਼ੀ ਹੈ, ਪਰ ਮੈਂ ਤਾਂ ਐਂ ਕਹਿੰਦੀ ਸੀ ਦੇਖ ਲਾ, ਹੁਣ ਜੇ ਸਰਪੰਚ ਨੇ ਕਿਸੇ ਨੂੰ ਕਹਿਤਾ ਵੀ ਠੇਕੇ ਤੇ ਤੁਸੀਂ ਰੱਖ ਲਓ, ਕੱਲ ਨੂੰ ਉਹ ਵੀ ਇਹੋ ਜਿਹੇ ਕੰਮ ਕਰ ਗਿਆ, ਪੈਸੇ ਨੱਪ ਗਿਆ, ਫਿਰ ਕੀ ਕਰੇਂਗੀ? ਫਿਰ ਅਸੀਂ ਤੇਰੇ ਕੰਮ ਨਹੀਂ ਆਉਂਦੇ, ਸਾਡੇ ਹੱਥ ਖੜੇ ਨੇ, ਸਿੱਧੀ ਜਿਹੀ ਗੱਲ ਹੈ। ਫਿਰ ਸਰਪੰਚ ਨੇ ਵੀ ਕੁਛ ਨਹੀਂ ਕਰਨਾ ਹੈਗਾ, ਇਹ ਸੋਚ ਲਈ। ਭਾਬੀ ਸਰਪੰਚ ਇਹੋ ਜਿਹਾ ਬੰਦਾ ਤਾਂ ਹੈ ਨਹੀਂ, ਬਹੁਤ ਚੰਗਾ ਹੈ ਪਿੰਡ 'ਚ ਬਣੀ ਹੋਈ ਆ, ਬਾਕੀ ਦੇਖਦੇ ਹਾਂ ਜੇ ਉੱਧਰੋਂ ਵੀ ਪੈਸੇ ਮਰਨੇ ਹੋਏ ਫਿਰ ਹੁਣ ਇਹ 'ਚ ਮੇਰਾ ਵੀ ਕੀ ਕਸੂਰ ਆ, ਦੇਖੀ ਜਾਊਗੀ। ਹੁਣ ਇੱਕ ਵਾਰ ਤਾਂ ਸਰਪੰਚ 'ਤੇ ਯਕੀਨ ਕਰਨਾ ਪੈਣਾ ਹੈ। ਮੇਰੀ ਗੱਲ ਸੁਣੋ, ਉਹ ਤਾਂ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਕਿ ਸਰਪੰਚ ਵਧੀਆ ਬੰਦਾ, ਹੁਣ ਟਾਈਮ ਦਾ ਕੋਈ ਪਤਾ ਨਹੀਂ ਹੁੰਦਾ ਬੰਦਾ ਕਦੋਂ ਚੇਂਜ ਹੋ ਜੇ, ਬੰਦੇ ਦੇ ਮੂੰਹ 'ਤੇ ਨਹੀਂ ਲਿਖਿਆ ਹੁੰਦਾ ਕਿ ਉਹ ਬੰਦਾ ਚੰਗਾ ਜਾਂ ਮਾੜਾ ਹੈ, ਬਾਕੀ ਤੂੰ ਸੋਚ ਕੇ ਦੱਸਦੀ, ਕੋਈ ਗੱਲ ਨਹੀਂ, ਠੀਕ ਹੈ? ਕੋਈ ਗੱਲ ਨਹੀਂ ਭਾਬੀ, ਹਾਂ ਕੁਛ ਅਜੇ ਸਾਡਾ ਸਰਪੰਚ ਨਾਲ ਥੋੜ੍ਹਾ ਜਿਹਾ ਲੈਣ ਦੇਣ ਜਾਂ ਬਾਕੀ ਆ, ਤਾਂ ਮੈਂ ਕਹਿੰਦੀ ਸੀ, ਮੈਂ ਤਾਂ ਸਰਪੰਚ ਨੂੰ ਹੀ ਕਹਿੰਦੀ ਸੀ ਵੀ ਉਹ ਵੀ ਠੇਕੇ 'ਤੇ ਲੈ ਲਏ, ਬਾਕੀ ਉਹ ਆਪ ਤਾਂ ਕਰਦਾ ਨਹੀਂ, ਕਹਿੰਦਾ ਮੈਂ ਖੇਤੀ ਵੀ ਅੱਗੇ ਜਿਹਨਾਂ ਨੂੰ ਆਪ ਠੇਕੇ 'ਤੇ ਦਿੰਦੇ ਨੇ ਜ਼ਮੀਨ ਉਹਨਾਂ ਨੂੰ ਆਪਾਂ ਦੇ ਦਾਂਗੇ, ਚਲੋ ਨਾਲੇ ਉਹਦੇ ਪੈਸੇ ਕੱਟ ਜਾਣਗੇ ਜਿਹੜੇ ਚੱਲਦੇ ਨੇ। ਚੱਲ ਕੋਈ ਨਾ, ਬਾਕੀ ਤੂੰ ਗੌਰ ਕਰੀ ਮੇਰੀ ਗੱਲ ਦਾ। ਕੋਈ ਨਾ ਭਾਬੀ, ਮੈਂ ਸੋਚ ਕੇ ਦੱਸ ਦੂੰਗੀ। ਤੇਰੇ ਬਾਈ ਨੇ ਸਪੈਸ਼ਲ ਮੈਨੂੰ ਇਸੇ ਕੰਮ ਵਾਸਤੇ ਭੇਜਿਆ। ਕੋਈ ਗੱਲ ਨੀ ਭਾਬੀ, ਹਜੇ ਤਾਂ ਮੈਂ ਕੋਈ ਫੈਸਲਾ ਇੰਨੀ ਜਲਦਬਾਜ਼ੀ 'ਚ ਲੈਂਦੀ ਵੀ ਨੀ, ਮੈਂ ਸੋਚ ਸਮਝ ਕੇ ਹੀ ਫੈਸਲਾ ਲਊਂਗੀ। ਚੱਲ ਠੀਕ ਹੈ, ਮੈਂ ਜਾਂਦੀ ਹਾਂ। ਚਾਹ ਬਣਾਵਾਂ? ਨਾ ਨਾ ਕੋਈ ਗੱਲ ਨੀ, ਬਸ ਤੂੰ ਸੋਚੀ ਉਸ ਗੱਲ ਬਾਰੇ। ਕੋਈ ਨਾ ਭਾਬੀ, ਠੀਕ ਹੈ। ਹਜੇ ਮਾਂ ਮੁੱਕੀ ਨੂੰ 15 ਦਿਨ ਨਹੀਂ ਹੋਏ ਅਤੇ ਜ਼ਮੀਨ ਲੈਣ ਨੂੰ ਲੋਕ ਗੇੜੇ ਵੀ ਬੰਨ ਲਏ। ਐਂ ਤਾਂ ਨਹੀਂ ਸਰਨਾ, ਸਾਡੇ ਤਾਂ ਸਾਰੇ ਸ਼ਰੀਕੇ ਵਾਲਿਆਂ ਨੇ ਗੇੜੇ ਬੰਨੇ ਪਏ ਨੇ। ਇੱਕ ਵਾਰੀ ਸਰਪੰਚ ਨੂੰ ਫੋਨ ਕਰਕੇ ਬੁਲਾਉਂਦੇ ਹਾਂ ਵੀ ਗੱਲ ਕਰਨੀ ਹੈ। ਹੈਲੋ, ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸ੍ਰੀ ਅਕਾਲ ਭਾਈ। ਸਰਪੰਚ ਸਾਹਿਬ ਮਾੜਾ ਜਿਹਾ ਨਾ ਆਪਣੇ ਘਰੇ ਆ ਕੇ ਜਾਣ ਜੀ, ਕੋਈ ਜ਼ਰੂਰੀ ਕੰਮ ਸੀਗਾ। ਕੋਈ ਗੱਲ ਨਹੀਂ, ਬਤਾ ਜਾਣਾ ਵਾ। ਹਾਂਜੀ, ਹੁਣੀ ਆ ਜਾਇਓ ਜੀ ਜੇ ਟਾਈਮ ਹੈਗਾ ਤਾਂ। ਕੋਈ ਨਹੀਂ, ਕੋਈ ਹੁਣੀ ਆ ਜਾਇਓ। ਠੀਕ ਹੈ ਜੀ, ਓਕੇ। ਚਲ ਇੱਥੇ ਆ ਜਾਣਗੇ, ਆਏ ਤੇ ਗੱਲ ਕਰਦੀ ਹਾਂ। ਸਤਿ ਸ਼੍ਰੀ ਅਕਾਲ ਭਾਈ। ਲੈ ਭਾਈ 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 ਕੋਈ ਨਾ ਆ ਜਾ, ਕੋਈ ਚੀਜ਼ ਨਹੀਂ ਹੈ। ਸਰਪੰਚ ਸਾਹਿਬ ਸਾਡੇ ਸਾਰੇ ਸ਼ਰੀਕੇ ਦੇ ਨਾ ਗੇੜੇ ਤੇ ਗੇੜਾ ਬੰਨਿਆ ਬੰਨ ਰੱਖਿਆ ਉਹਨਾਂ ਨੇ, ਕਹਿੰਦੇ ਜ਼ਮੀਨ ਠੇਕੇ ਤੇ ਦੇ ਦੋ, ਤੇ ਮੈਨੂੰ ਵੀ ਇਸ ਤੇ ਯਕੀਨ ਨਹੀਂ ਹੈਗਾ, ਤੁਹਾਨੂੰ ਸੱਚ ਗੱਲ ਦੱਸਾਂ। ਪੁੱਤ ਤੇਰੀ ਗੱਲ ਤਾਂ ਸਹੀ ਆ, ਅੱਜ ਕੱਲ੍ਹ ਵਿਸ਼ਵਾਸ ਤਾਂ ਕਿਤੇ ਕੀਤਾ ਵੀ ਨਹੀਂ ਜਾਂਦਾ, ਮੈਂ ਫਿਰ ਵੀ ਤੈਨੂੰ ਕਹਿਣਾ ਗਾ ਤੁਸੀਂ ਆਪਦੇ ਰਿਸ਼ਤੇਦਾਰਾਂ ਨੂੰ ਬੁਲਾ ਲਿਓ, ਕਿਹੜਾ ਬੁਲਾ ਕੇ ਉਹਨਾਂ ਨਾਲ ਗੱਲ ਕਰ ਲਈ, ਜਿਵੇਂ ਤੈਨੂੰ ਗੱਲ ਚੰਗੀ ਲੱਗੀ ਉਵੇਂ ਮੈਨੂੰ ਦੱਸ ਦਿਓ। ਬਾਕੀ ਸਿਰ ਇਹ ਗੱਲ ਰਹੀ ਜ਼ਮੀਨ ਦੀ, ਤੇ ਜ਼ਮੀਨ ਤੁਸੀਂ ਠੇਕੇ 'ਤੇ ਲਾਉਣੀ ਹੈ, ਰੇਖਾ ਮੈਂ ਤਾਂ ਲਈਦਾ ਨੀਗਾ, ਤੁਹਾਨੂੰ ਪਤਾ ਹੀ ਆ, ਤੁਹਾਡੀ ਜ਼ਮੀਨ ਆਪਾਂ ਪਹਿਲਾਂ ਵੀ ਤੈਨੂੰ ਪਤਾ ਕਿਹਾ ਵਾਰੀ ਪਹਿਲਾਂ ਵੀ ਲਵਾਈ ਸੀਗੀ ਠੇਕੇ 'ਤੇ, ਜੇ ਤੁਸੀਂ ਕਹਿੰਦੇ ਹੋ ਫਿਰ ਮੈਂ ਜ਼ਮੀਨ ਜਿਹਨੂੰ ਮੈਂ ਦਿੰਦਾ ਨਾ ਮੈਂ ਉਹਨਾਂ ਨੂੰ ਦੇ ਦੂੰਗਾ। ਕੋਈ ਨਾ ਜੀ, ਜਿਵੇਂ ਤੈਨੂੰ ਠੀਕ ਲੱਗਦਾ, ਜੇ ਵਧੀਆ ਬੰਦੇ ਨੇ ਤੁਸੀਂ ਉਹਨਾਂ ਨੂੰ ਦੇ ਦਿਓ ਠੇਕੇ 'ਤੇ। ਪੁੱਤ ਤੈਨੂੰ ਪੈਸੇ ਚਾਹੀਦੇ, ਮੈਂ ਅਗਲੇ ਤੋਂ ਲਵਾਂ ਨਾ ਲਵਾਂ, ਤੇਰੇ ਪੈਸੇ ਤੁਸੀਂ ਮੇਰੇ ਤੋਂ ਫੜ ਲਿਆ ਕਰੋ।
ਕੋਈ ਨਾ ਜੀ ਮੈਂ ਤਾਂ ਤੁਹਾਡੇ ਯਕੀਨ ਤੇ ਦੇ ਰਹੀ ਹਾਂ ਦੇਖੋ ਆਪਣੀ ਜ਼ਮੀਨ ਮੈਂ ਭਾਵੇਂ ਦੋ ਕਿਸ਼ਤਾਂ ਕਰਾਂ ਅਗਲੇ ਨਾਲ ਪਰ ਤੈਨੂੰ ਇੱਕ ਕਿਸ਼ਤ ਮਿਲ ਜੇ ਗੁਰੂ ਹਾਂ ਕੋਈ ਗੱਲ ਨਹੀਂ ਹਾਂ ਵੀ ਤੇਰੇ ਪੈਸੇ ਨਹੀਂ ਮੈਂ ਖਰਾਬ ਕਰ ਦਿੰਦਾ ਨਾ ਕੋਈ ਚੱਕਰ ਨਹੀਂ ਜਿਵੇਂ ਤੁਹਾਨੂੰ ਸਹੀ ਲੱਗਦਾ ਉਵੇਂ ਕਰ ਲਓ ਉਹ ਤਾਂ ਸਹੀ ਤਾਂ ਤੁਹਾਡੇ ਨਾਲ ਹੀ ਹੈ ਕਿ ਮੈਨੂੰ ਤਾਂ ਤੁਹਾਡੀ ਸਾਰੀ ਗੱਲਬਾਤ ਦਾ ਪਤਾ ਹੈਗਾ ਫਿਰ ਵੀ ਜੇ ਕੋਈ ਗੱਲਬਾਤ ਹੈਗੀ ਆ ਤਾਂ ਮੈਨੂੰ ਜਦੋਂ ਮਰਜ਼ੀ ਦੱਸਿਓ ਨਾ ਕੋਈ ਨਾ ਸਰਪੰਚ ਸਾਹਿਬ ਤੇ ਬਾਕੀ ਸਿਰਕੇ ਨਾ ਮਾੜੀ ਰਿਸ਼ਤੇਦਾਰਾਂ ਨਾਲ ਵੀ ਗੱਲ ਕਰ ਲਈ ਜ਼ਰੂਰੀ ਹੁੰਦੀ ਹੈ ਕੋਈ ਨਾ ਜੀ ਤਾਂ ਮੇਰੇ ਨਾਨਕਿਆਂ ਨੂੰ ਦੱਸ ਦੂੰਗੀ ਮੈਂ ਤੇ ਭੂਆ ਦੇ ਮੁੰਡੇ ਨਾਲ ਗੱਲ ਕਰ ਲੂੰਗੀ ਭੂਆ ਤਾਂ ਸਾਨੂੰ ਪਤਾ ਹੋਵੇ ਮੁੱਕ ਗਈ ਵਿਚਾਰੀ ਤੁਹਾਨੂੰ ਜ਼ਿਆਦਾ ਪਤਾ ਵੀ ਜਿਹੜਾ ਤੁਹਾਡੇ ਨੇੜੇ ਜਾਦੇ ਆ ਉਹਦੇ ਨਾਲ ਗੱਲ ਕਰ ਲਿਓ ਖਰਾ ਗਾਣਾ ਸਾਨੂੰ ਜਮੀ ਪੁੱਛਣ ਵਾਲੀ ਕੁੜੀ ਮਾੜਾ ਜਿਹਾ ਕਿ ਨਹੀਂ ਨੇੜੇ ਤਾਂ ਤੁਹਾਨੂੰ ਪਤਾ ਹੈ ਉਹ ਤਾਂ ਜਦੋਂ ਆਪਣੇ ਨਾਲ ਕੋਈ ਖੜਦਾ ਹੀ ਨਹੀਂ ਉਹ ਕੀ ਨੇੜੇ ਆ ਆ ਹੁਣ ਕਿੰਨੇ ਦਿਨ ਹੋ ਗਏ ਕਿਸੇ ਨੇ ਆ ਕੇ ਖਬਰਸਾਰ ਨਹੀਂ ਲਈ ਹੈਗੀ ਚਾਚੀ ਹੋਣੀ ਨੇ ਉਹ ਆ ਕੇ ਚੁਗਮੀਆਂ ਗੱਲਾਂ ਕਰਦੇ ਨੇ ਉਹਨਾਂ ਦਾ ਤਾਂ ਤੁਹਾਨੂੰ ਪਤਾ ਹੀ ਆ ਉਹ ਕਹਿੰਦੇ ਸੀ ਜ਼ਮੀਨ ਦੇ ਦਿਓ ਸਾਨੂੰ ਯਕੀਨ ਮੈਨੂੰ ਉਹਨਾਂ ਤੇ ਵੀ ਚਲੋ ਕੋਈ ਗੱਲ ਨਹੀਂ ਪਰ ਬਾਕੀ ਸਿਰੇ ਰਹੀ ਗੱਲ ਜ਼ਮੀਨ ਦੀ ਜ਼ਮੀਨ ਦਾ ਤੁਸੀਂ ਮੈਨੂੰ ਦੱਸ ਦਿਓ ਜੇ ਲਾਉਣੀ ਮੈਂ ਆਪਾਂ ਨਾਲ ਹੀ ਲਾ ਦੇ ਠੀਕ ਹੈ ਨਾ ਕੋਈ ਨਹੀਂ ਜੀ ਬਸ ਦੱਸਣਾ ਕੀ ਹੈ ਤੁਸੀਂ ਆਪਣੇ ਨਾਲ ਹੀ ਲਾ ਦੇ ਹੁਣ ਠੇਕੇ ਤੇ ਚਲੋ ਫਿਰ ਮਾਂ ਦੇ ਨਾਲ ਹੀ ਲਾ ਦੇ ਤੁਸੀਂ ਠੀਕ ਹੈ ਹਾਂ ਜੇ ਕਈ ਵਾਰੀ ਕੋਈ ਤੇ ਹੋਰ ਗੱਲ ਹੋਵੇ ਜਾਂ ਬੀਜੀ ਨੂੰ ਜਾਂ ਕਿਸੇ ਨੂੰ ਹੋਰ ਲਾਉਣੀ ਹੋਵੇ ਤਾਂ ਫਿਰ ਮੈਨੂੰ ਤੁਸੀਂ ਪਹਿਲਾਂ ਦੱਸ ਦਿਆ ਕਰੋ ਤੇ ਨਹੀਂ ਮਾਂ ਦੇ ਨਾਲ ਹੀ ਲਾ ਦਿਆ ਕਰੋ ਨਾ ਕੋਈ ਗੱਲ ਨਹੀਂ ਸਰਪੰਚ ਸਾਹਿਬ ਠੀਕ ਹੈ ਬਸ ਐਤ ਕੀ ਤਾਂ ਦੇਖਨੇ ਆਪਾਂ ਨਾਲੇ ਪਤਾ ਲੱਗ ਜੂਗਾ ਵੀ ਉਹ ਵੀ ਬੰਦੇ ਕਿਵੇਂ ਦੇ ਨੇ ਚਲੋ ਠੀਕ ਹੈ ਹਾਂ ਜੀ ਹਾਂ ਠੀਕ ਹੈ ਚਲੋ ਆਹੀ ਗੱਲ ਸੀ ਬੱਤਾ ਨਹੀਂ ਮੈਂ ਕਿਹਦੇ ਪਿੱਛੇ ਪਿੱਛੇ ਫਿਰਦੀ ਰਹਿੰਦੀ ਵੀ ਠੇਕਾ ਦੇ ਦਿਓ ਹੁਣ ਇਹਨਾਂ ਦਾ ਯਕੀਨ ਤਾਂ ਹੈਗਾ ਨਹੀਂ ਰੀਤਾ ਨਾ ਮੈਂ ਗੱਲ ਸੁਣਨੀ ਮੇਰੀ ਨਾ ਮੇਰੇ ਘਰ ਅੰਦਰ ਕੀ ਵਿਗਾੜਤਾ ਹੁਣ ਤੇਰੀ ਬੇਇੱਜ਼ਤੀ ਕਰਕੇ ਤੋੜਤਾ ਤੇ ਭਾਬੀ ਮੈਂ ਕੀ ਬੇਇੱਜ਼ਤੀ ਕਰਤੀ ਤੇਰੇ ਘਰ ਵਾਲੇ ਦੀ ਨਹੀਂ ਬੇਇੱਜ਼ਤੀ ਨੂੰ ਤੇਰੇ ਤੋਂ ਜ਼ਮੀਨ ਪੁੱਛਣ ਆਇਆ ਸੀ ਤੇ ਤੂੰ ਉਹਦੀ ਰਾਹ ਪਾ ਕਰਤੀ ਕੁੜੇ ਭਾਬੀ ਤੈਨੂੰ ਕੀ ਪਤਾ ਨਾ ਤੈਨੂੰ ਕੀ ਜਾ ਕੇ ਲੁੱਤੀਆਂ ਬੁੱਤੀਆਂ ਸੋ ਸੋ ਲਾਤੀਆਂ ਮੈਨੂੰ ਇਹ ਕਿਹਾ ਵੀ ਵੀਰੇ ਪਹਿਲ ਤੁਹਾਨੂੰ ਆ ਕੋਈ ਗੱਲ ਨਹੀਂ ਦੇ ਦਾਂਗੇ ਜ਼ਮੀਨ ਠੇਕੇ ਤੇ ਪਰ ਮੈਂ ਪਹਿਲਾਂ ਇੱਕ ਵਾਰੀ ਸਰਪੰਚ ਨੂੰ ਪੁੱਛ ਲਾ ਇਹ ਜੀ ਮੈਂ ਉਹਨੂੰ ਕੀ ਮਾੜਾ ਕਹਿਤਾ ਇਹ ਤਾਂ ਸਾਰੇ ਸਰਪੰਚ ਸਰਪੰਚ ਨਾਲ ਰੱਖਦੀ ਐ ਨਾ ਇਹੋ ਜਿਹਾ ਕੀ ਐ ਸਰਪੰਚ ਨਾਲ ਭਾਬੀ ਮੂੰਹ ਸੰਭਾਲ ਕੇ ਬੋਲ ਇਹ ਨਾ ਸੋਚੀ ਵੀ ਮੇਰੀ ਮਾਂ ਨਹੀਂ ਕਿਤੇ ਮੈਂ ਤਾਂ ਹੋਰ ਨਾ ਇੱਥੇ ਰਿਪੇਅਰ ਕਰਾ ਕੇ ਚੱਲਦੀ ਜ਼ਮੀਨ ਤੇਰੀ ਤੇ ਸਰਪੰਚ ਕੀ ਲੱਗਦਾ ਜ਼ਮੀਨ ਦਾ ਸਾਰਾ ਕੁਝ ਹੀ ਐ ਸਾਡਾ ਸਾਡਾ ਉਹਦੇ ਨਾਲ ਨਾ ਬਹੁਤ ਸਾਲ ਪਹਿਲਾਂ ਦਾ ਸਹਿਚਾਰ ਐ ਅਸੀਂ ਤਾਂ ਉਹਨੂੰ ਪੁੱਛ ਰਸ ਕੇ ਗੱਲ ਕਰਦੇ ਆ ਤੁਹਾਨੂੰ ਕੀ ਐ ਤੁਹਾਨੂੰ ਕੀ ਆ ਕੇ ਫਿਰ ਇਹਦਾ ਮਤਲਬ ਇਹ ਥੋੜੀ ਵੀ ਤੂੰ ਮੇਰੇ ਘਰ ਦੀ ਲਾਪਾ ਕਰੇਗੀ ਮੈਂ ਨਹੀਂ ਹੋਣ ਦਿੰਦੀ ਹੈਗੀ ਲਾਪਾ ਹੁਣ ਤਾਂ ਹੋ ਗਈ ਜਿਹੜੀ ਹੋਣੀ ਸੀ ਹੋਣ ਨਹੀਂ ਦਿੰਦੀ ਲਾਪਾ ਉਦੋਂ ਆਪ ਆ ਜਾਂਦੀ ਨਾਲ ਆਪ ਆ ਜਾਂਦੀ ਨਾਲ ਉਹਦੀ ਇੱਜ਼ਤ ਦੀ ਪਰਵਾਹ ਮਾੜੀ ਮੋਟੀ ਇੱਜ਼ਤ ਕਰਨੀ ਸਿੱਖ ਲੈ ਬੜਾ ਸਰਪੰਚ ਸਰਪੰਚ ਕਰਦੇ ਨੇ ਨਾ ਸਰਪੰਚ ਤੇਰੇ ਖਾਣ ਨੂੰ ਸਿੱਟ ਕੇ ਜਾਂਦਾ ਤੁਸੀਂ ਕਿਹੜਾ ਖਾਣ ਨੂੰ ਸਿੱਟ ਕੇ ਜਾਂਦੇ ਹੋ ਆ ਫੇਰ ਅਸੀਂ ਨਹੀਂ ਸਿੱਟ ਕੇ ਜਾਂਦੇ ਸਾਨੂੰ ਤਾਂ ਕਹਿੰਦੀ ਨਹੀਂ ਹੈਗੀ ਵੀ ਹਾਂ ਭਾਈ ਇਹਨਾਂ ਨੂੰ ਪੁੱਛ ਲੈ ਮੈਂ ਫੇਰ ਜ਼ਮੀਨ ਦੋਗੀ ਸਾਰੇ ਸਰਪੰਚ ਨੂੰ ਪੁੱਛਣਾ ਜੀ ਮੈਂ ਮੇਰੀ ਗੱਲ ਸੁਣ ਲੈ ਭਾਬੀ ਬਾੜਾ ਨਾ ਬੋਲ ਤੇਰੀ ਜੀਬ ਜੀ ਵਿੱਚ ਨੂੰ ਮੈਂ ਬਾੜਾ ਲੱਗਾ ਤੂੰ ਆ ਜਾ ਆ ਜਾ ਤੂੰ ਹਾਂ ਕੀ ਲੈ ਸਰਪੰਚ ਸਰਪੰਚ ਤੁਹਾਡੇ ਹੀ ਲੱਗਦਾ ਹੋਣਾ ਕੁਝ ਗਲਤ ਰਿਸ਼ਤਾ ਹੋਣਾ ਜੀ ਮੇਰੇ ਤਾਂ ਬਾਪ ਵਰਗਾ ਉਹ ਸਮਝ ਨਹੀਂ ਮੈਨੂੰ ਪਤਾ ਹੈ ਬਾਪ ਵਰਗਾ ਰਿਸ਼ਤਾ ਤੇਰਾ ਵੱਡੀ ਆਈ ਨੇ ਤੂੰ ਸਿਆਣੀ ਮੈਨੂੰ ਸਮਝਾਉਣ ਜੇ ਬੱਚ ਇੱਥੋਂ ਅਸੀਂ ਨਹੀਂ ਦਿੰਦੇ ਠੇਕੇ ਤੇ ਜ਼ਮੀਨ ਜਾ ਕਰ ਲੈ ਨਾ ਦੇ ਤੇ ਜ਼ਮੀਨ ਲੈ ਇੱਧਰ ਹੀ ਕੌਣ ਹੈ ਸਰਪੰਚ ਹੀ ਆਉ ਤੇਰੇ ਨਾਲ ਆਈ ਹੈ ਆਹੋ ਸਰਪੰਚ ਹੀ ਆਉ ਤੇਰੇ ਨਾਲ ਆਈ ਹੈ ਜੜੀ ਉਖੜੀ ਕਾਲੇ ਮੂੰਹ ਵਾਲੀ ਨੰਗਣੀ ਚੰਦਰੀ ਸੜੇ ਮੂੰਹ ਵਾਲੀ ਸੌਂਗੇ ਜਗਾ ਕੇ ਪੁੱਛਦੀ ਆ ਕਿ ਸੌਂਗੇ ਕਿਉਂ ਹੋ ਗਿਆ ਕੰਮ ਗੱਡੇ ਹੀ ਮੈਂ ਤਾਂ ਝੰਡਾ ਓਏ ਹਾਏ ਨਜ਼ਾਰਾ ਲਿਆਤਾ ਤੂੰ ਤਾਂ ਕੀ ਨਜ਼ਾਰਾ ਲਿਆਤਾ ਮੰਨੀ ਨਹੀਂ ਹੈਗੀ ਉਹ ਤਾਂ ਉਹ ਤੇਰੀ ਭਲੀ ਹੋ ਜੇ ਮੈਂ ਕਹਿੰਦੀ ਮੈਂ ਝੰਡੇ ਗੱਡੇ ਹੀ ਹੋਰ ਹੀ ਤੇਰਾ ਵੀ ਮੈਂ ਝੰਡਾ ਪਾਇਆ ਗੱਡੇ ਉਹਦੀ ਲਾਹ ਪਾ ਚੰਗੀ ਕਰਕੇ ਆਈ ਅੱਜ ਤਾਂ ਮੈਂ ਓ ਤੇਰੇ ਦਿਮਾਗ ਤੇ ਠੀਕਰਾ ਮੁੱਦਾ ਵੱਜ ਗਿਆ ਉਹਨੂੰ ਲੜਨਾ ਨਹੀਂ ਸੀ ਉਹਦੇ ਨਾਲ ਹਾਂ ਉਹ ਤੈਨੂੰ ਕੁਝ ਮਰਜ਼ੀ ਬੋਲੀ ਜਾਂਦੀ ਤੇ ਮੈਂ ਉਹਨਾਂ ਨਾਲ ਲੜਨਾ ਨਹੀਂ ਸੀ ਉਹ ਝੋਟੇ ਦੇ ਸਿਰ ਵਰਗੀ ਜ਼ਮੀਨ ਸੀ 3 ਕਿੱਲੇ ਤੈਨੂੰ ਕੀ ਪਤਾ ਹੈ ਉਹੀ ਗੱਲ ਜ਼ਮੀਨ ਜ਼ਮੂਨ ਦਾ ਮੈਨੂੰ ਨਹੀਂ ਪਤਾ ਉਹ ਤਾਂ ਸਰਪੰਚ ਦੀਆਂ ਉਂਗਲਾਂ ਤੇ ਚੜੀ ਹੋਈ ਹੈ ਇਹ ਸਰਪੰਚ ਨੂੰ ਬਿਨਾਂ ਪੁੱਛੇ ਮੇਰਾ ਡੱਕਾ ਨਹੀਂ ਤੋੜਦੀ ਹੈਗੀ ਉਹ ਤੈਨੂੰ ਕੀ ਕਹਾਂ ਮੈਂ ਹੁਣ ਕੋਠੇ ਤੇ ਕਣਕ ਬੀਜਿਆ ਕਰਾਂਗੇ ਉਹੀ ਗੱਲ ਕਰਤੀ ਹੁਣ ਸਰਪੰਚ ਦੀਆਂ ਮਿੰਨਤਾਂ ਕਰਨੀਆਂ ਪੈਣਗੀਆਂ ਮੈਨੂੰ ਤਾਂ ਨਾ ਤੇਰਾ ਮਤਲਬ ਕੀ ਹੈ ਮੈਂ ਤਾਂ ਪੈਰਾਂ 'ਚ ਡਿੱਗ ਪੈਂਦੀ ਮੇਰੇ ਤੋਂ ਨਹੀਂ ਡਿੱਗਿਆ ਜਾਂਦਾ ਉਹ ਤੁਹਾਨੂੰ ਤੀਵੀਆਂ ਤਾਂ ਉਹੀ ਗੱਲ ਵਿੱਚੀ ਪਿੱਛੇ ਮਤ ਹੁੰਦੀ ਹੈ ਲੇਲੇ ਫੇਪੇ ਕਰ ਲੈਂਦੀ 3 ਕਿੱਲੇ ਜ਼ਮੀਨ ਸੀ ਮੇਰੇ ਤੋਂ ਨਹੀਂ ਹੁੰਦੇ ਲੇਲੇ ਫੇਪੇ ਗਈ ਤਾਂ ਗਈ ਜ਼ਮੀਨ
ਕੀ ਸਮਝਾਵਾਂ ਮੈਂ ਤੈਨੂੰ ਯਾਰ, ਠੀਕ ਕਰਾ ਮੁੱਦਾ ਵੱਜਿਆ ਤੇਰੇ ਤਾਂ ਦਿਮਾਗ ਤੇ। ਮੈਂ ਤਾਂ ਹੁਣ ਸਰਪੰਚ ਕੋਲੇ ਜਾਣਾ, ਤੂੰ ਤਾਂ ਉਹੀ ਗੱਲ ਕਰ। ਜਾ ਜਾ ਤੂੰ ਜਾ ਸਰਪੰਚ ਕੋਲੇ। ਨਾ ਚਾਹ ਨਾ ਪਾਣੀ ਸਾਰਾ ਦਿਨ ਉਹਨਾਂ ਦੇ ਪਿੱਛੇ ਲੱਗੇ ਰਹੋ ਨਾ। ਲਾ ਦੋ ਤੈਨੂੰ ਨਿਕੜੂ ਕੰਮ ਦੀ। ਤੁਰ ਜਾ ਤੁਰ ਜਾ, ਬਹੁਤਾ ਦਿਮਾਗ ਖਾਂਦਾ ਮੇਰਾ। ਅੱਗੇ ਸਰਪੰਚ ਕੋਲੇ ਮੈਂ ਜਾਣਾ, ਤੂੰ ਸਰਪੰਚ ਕੋਲ ਜਾ ਕੇ ਦੱਸ ਕੀ ਕਰਨਾ। ਸਰਪੰਚ ਦੇ ਤਾਂ ਪਹਿਲੀ ਮੰਗ ਲੱਗੀ ਹੋਈ ਆ, ਉਹ ਮੋਟੇ ਦਿਮਾਗ ਦਾ। ਅੱਛਾ ਜਾ ਹੀ ਆ ਗਏ ਅੱਜ, ਜਿਹੜਾ ਕੰਮ ਹੋ ਜਾ ਉਹਦੇ ਨਾਲ ਦੀ ਕਰੀਸ ਆ। ਸਰਪੰਚ ਸਾਹਿਬ ਘਰੇ ਹੋ? ਘਰੇ ਆ ਜੀ। ਕੌਣ ਆ ਜੀ? ਆ ਜਾਓ। ਜੀਵਨ ਆ ਮੈਂ ਤਾਂ। ਆ ਵੀ ਜੀਵਨ ਸਿੰਘ ਆ। ਹੋਰ ਜੀ ਠੀਕ ਹੋ? ਠੀਕ ਆ ਵਧੀਆ, ਤੂੰ ਦੱਸਾ? ਵਧੀਆ ਵਧੀਆ। ਤੇ ਮਾਰਾ ਕਿਹੜਾ? ਸਰਪੰਚ ਸਾਹਿਬ ਮੈਂ ਇੱਕ ਗੱਲ ਪੁੱਛਣੀ ਸੀ ਉੱਥੋਂ। ਹਾਂਜੀ ਪੁੱਛੋ। ਵੀ ਤੁਹਾਡੀ ਤਾਂ ਹੈਗੀ ਆਉਣੀ ਜਾਣੀ ਵਾਹਵਾ, ਉਹ ਜਿਨ੍ਹਾਂ ਦੀ ਬੁੜੀ ਮਰ ਗਈ ਸੀ ਰੀਤ ਕਹਿੰਦੀ। ਹਾਂ ਜੈਲੇ ਕੀ ਉਹ ਜੈਲਾ ਤੈਨੂੰ ਪਤਾ ਪਹਿਲਾਂ ਪੂਰਾ ਹੋ ਗਿਆ ਸੀਗਾ, ਤੇ ਉਹਦੀ ਘਰ ਵਾਲੀ ਆ ਪਿੱਛੇ ਜੇ ਪੂਰੀ ਹੋਈ ਆ, ਬਿਮਾਰ ਜੀ ਰਹਿੰਦੀ ਸੀ। ਤੇ ਮੈਂ ਇਹ ਕਹਿੰਦਾ ਸੀ ਵੀ ਉਹਨਾਂ ਦੀ ਜ਼ਮੀਨ ਆ ਜਿਹੜੇ ਉਹ ਗਿੱਲ ਗੋਸਲ ਵਾਲੇ ਪਹਿਲਾਂ ਲੈਂਦੇ ਹੁੰਦੇ ਸੀ ਠੇਕੇ, ਤੈਨੂੰ ਪਤਾ ਹੀ ਆ। ਮੈਂ ਵੀ ਸੁਣਿਆ ਗਾ ਉੜਦੀ ਗੱਲ ਵੀ ਐਤਕੀ ਉਹਨਾਂ ਨੇ ਠੇਕੇਦਾਰ ਬਦਲਣਾ ਗਾ, ਕਹਿੰਦੇ ਉਹ ਪੈਸੇ ਪੂਸੇ ਨੱਪ ਜਾਂਦਾ ਵਿੱਚ ਦੱਬ ਦੁੱਬ ਜਾਂਦਾ। ਬਦਲਣਾ ਨੀ, ਉਹ ਤਾਂ ਬਦਲਤੀ। ਆਹੋ ਸਮਝ ਗਿਆ ਮੈਂ ਗਿਆ ਸੀ ਉਹਨਾਂ ਦੇ ਘਰੇ। ਹਾਂ ਉਹ ਭੈਣ ਕੋਲੇ ਗਿਆ ਸੀ ਮੈਂ, ਮਹਾਂ ਭਾਈ ਸਾਨੂੰ ਠੇਕੇ ਤੇ ਦੇ ਦਿਓ ਐਤਕੀ। ਤੇ ਮੈਂ ਤਾਂ ਤੁਹਾਡੇ ਕੋਲੇ ਆਇਆ ਗਾ, ਉਹ ਕਹਿੰਦੀ ਭਾਈ ਸਾਰਾ ਵੀ ਕਰਤਾ ਤਾਂ ਸਾਡੇ ਦਾ ਸਰਪੰਚ ਹੀ ਹੈਗਾ, ਤਾਂ ਕਰਕੇ ਮੈਨੂੰ ਐਂ ਦੱਸੋ ਸਰਪੰਚ ਸਾਹਿਬ ਹੁਣ ਆਪਾਂ ਲੈਣੀ ਹੈ ਠੇਕੇ ਤੇ। ਤੇ ਦੇਖੋ ਆਪਾਂ ਤੁਹਾਡੀ ਪਾਰਟੀ ਦੇ ਬੰਦੇ ਹੈਗੇ, ਤੇ ਆਪਾਂ ਤਾਂ ਠੇਕੇ ਤੇ ਆਪਾਂ ਹੀ ਲੈਣੀ ਆ, ਬਸ ਤੁਸੀਂ ਮਾੜਾ ਜਿਹਾ ਕਹੋ ਉਹਨਾਂ ਨੂੰ ਕੁੜੀਆਂ ਨੂੰ। ਉਹ ਕੁੜੀਆਂ ਨੂੰ ਤਾਂ ਆਪਾਂ ਕੀ ਕਹਿਣਾ ਗਾ, ਗੱਲ ਤਾਂ ਤੂੰ ਥੋੜਾ ਲੇਟ ਹੋ ਗਿਆ। ਲੇਟ ਸਰਪੰਚ ਸਾਹਿਬ? ਉਹ ਕਿਵੇਂ? ਮੇਰੀ ਕੱਲ ਹੀ ਗੱਲ ਹੋਈ ਹੈ। ਕੱਲ ਗੱਲ ਹੋਈ ਹੈ? ਹਾਂ ਮੇਰੀ ਚੰਨੀ ਨਾਲ ਗੱਲ ਹੋ ਗਈ। ਚੰਨੀ ਕੌਣ ਹੈ? ਚੰਨੀ ਆ ਮੇਰੀ ਜ਼ਮੀਨ ਲੈਂਦਾ ਤਾਂ ਠੇਕੇ ਤੇ। ਅੱਛਾ ਨਾਲ ਹੀ ਉਹ ਲਾਤੀ। ਅੱਛਾ ਹਾਂ ਜੇ ਉਹ ਕਿਤੇ ਕੁਦਰਤੀ ਪਹਿਲਾਂ ਤੂੰ ਆਏ ਤਾਂ ਮੈਂ ਤਾਂ ਤੈਨੂੰ ਦੇ ਦਿੰਦਾ। ਉਹ ਸਰਪੰਚ ਸਾਹਿਬ ਉਹਦੇ ਕੋਲ ਤਾਂ ਪਹਿਲੇ 50-60 ਕਿੱਲੇ ਆ ਗਏ, ਸਾਨੂੰ ਕਰ ਲੈਣ ਦੇ, ਐਂ ਕਾਹਤੋਂ ਕਰਦਾ। ਉਹ ਹੁਣ ਜਦੋਂ ਕਿਸੇ ਨੂੰ ਗੱਲ ਜੀ ਹੋ ਜਾਣਾ ਫਿਰ ਤੈਨੂੰ ਪਤਾ ਆ ਔਖਾ ਹੋ ਜਾਂਦਾ ਗਾ, ਜੇ ਤੂੰ ਮੈਨੂੰ ਪਹਿਲਾਂ ਮਾੜਾ ਦੱਸਿਆ ਹੁੰਦਾ ਮੈਂ ਤਾਂ ਤੈਨੂੰ ਦੇ ਕੇ ਹੋਰ ਸੀਗਾ ਨਾ। ਉਹ ਸਰਪੰਚ ਹੁਣ ਆਪਾਂ ਵੀ ਗਵਾਂਢੀ ਹੈਗੇ, ਦੇਖ ਲਾ ਉਹ ਵੀ ਗਵਾਂਢੀ ਹੈਗੇ, ਮਾੜਾ ਮੋਟਾ ਤੂੰ ਲਿਹਾਜ ਕਰ ਲਿਆ ਕਰ ਨਾ, ਪਿੰਡ ਦੀ ਗੱਲ ਪਿੰਡ 'ਚ, ਉਹ ਬਾਹਰਲੇ ਪਿੰਡ ਦਾ ਬੰਦਾ ਦੱਸ ਉਹ ਤਾਂ। ਫਿਰ ਐਂ ਕਰ ਉਹਦੇ ਨਾਲ ਗੱਲ ਕਰਕੇ ਦੇਖ। ਕਿਹਦੇ ਨਾਲ? ਚੰਨੀ ਨਾਲ। ਚੰਨੀ ਨਾਲ ਗੱਲ ਕਰ ਤੂੰ, ਜ਼ਰੂਰੀ ਹੈ ਇਹ, ਆਪਾਂ ਜ਼ਮੀਨ ਤਾਂ ਆਪਾਂ ਹੀ ਲੈਣੀ ਹੈ ਠੇਕੇ ਤੇ, ਮੈਂ ਤੈਨੂੰ ਦੱਸਾਂ। ਚੱਲ ਕੋਈ ਨਹੀਂ ਫਿਰ ਮੈਂ ਚੰਨੀ ਨਾਲ ਗੱਲ ਕਰੂੰ। ਬਾਕੀ ਚੱਲ ਪਰਦੇ ਦੀ ਗੱਲ ਪਰਦੇ, ਆਪਾਂ ਤੇਰਾ ਮਾਨ ਤਾਂ ਕਰ ਦਿਆਂਗੇ ਮਾੜਾ ਮੋਟਾ। ਆਹ ਤੂੰ ਕੀ ਗੱਲਾਂ ਕਰਨ ਲੱਗ ਨਾ, ਤੈਨੂੰ ਚੰਗਾ ਤਾਂ ਪਤਾ ਵੀ ਇਹੋ ਕੰਮਾਂ ਤੋਂ ਮੈਂ ਬਹੁਤ ਦੂਰ ਆਂਗਾ। ਉਹ ਸਰਪੰਚ ਸਾਹਿਬ ਕਿਤੇ ਕਿਤੇ ਖਾ ਲੈਣਾ ਚਾਹੀਦਾ ਪੂਰਾ ਘਿਓ ਦਾ, ਉਹ ਤੂੰ ਤਾਂ ਜੇ ਐਂ ਕਹਿੰਦੇ ਸਰਪੰਚੀ ਖਾਣ ਲੱਗ ਜਾਏ ਫਿਰ ਕੰਮ ਨਹੀਂ ਚੱਲਦਾ। ਉਹ ਤਾਂ ਇੱਕ ਬਸ ਕਹਿੰਦੇ ਕੁੜੀ ਗੱਲੀ ਆਪਣੀ ਆਉਣੀ ਜਾਣੀ ਬਣੀ ਵੀ ਆਪਣੇ ਤੇ ਵਿਸ਼ਵਾਸ ਕਰਦੇ ਆ, ਕਿਸੇ ਦਾ ਵਿਸ਼ਵਾਸ ਨਹੀਂ ਤੋੜਨਾ ਚਾਹੀਦਾ। ਤੇ ਸਰਪੰਚ ਆ ਫਿਰ ਅਸੀਂ ਕਿਹੜਾ ਫਿਰ ਮਾੜੇ ਧੀੜੇ ਹੈਗੇ, ਅਸੀਂ ਵੀ ਤਾਂ ਪੈਸੇ ਟਾਈਮ 'ਤੇ ਦਿੰਦੇ ਹੈਗੇ। ਉਹ ਮੈਂ ਤੈਨੂੰ ਐਂ ਤਾਂ ਨਹੀਂ ਕਿਹਾ ਤੂੰ ਪੈਸੇ ਦਿੰਦੇ, ਮੈਂ ਤਾਂ ਤੈਨੂੰ ਸਮਝ ਕਹੀ ਜਾਂਦਾ ਜੇ ਤੂੰ ਪਹਿਲਾਂ, ਮੈਂ ਤਾਂ ਖੁਸ਼ ਸੀ ਤੈਨੂੰ ਜ਼ਮੀਨ ਦੇ ਕੇ, ਮੈਂ ਤਾਂ ਤੈਨੂੰ ਇਹ ਗੱਲ ਕਹੀ ਨਹੀਂ ਗੀ। ਸਰਪੰਚ ਆ ਹੁਣ ਗਲਤ ਗੱਲ ਹੈ, ਵੈਸੇ ਕੁੜੀ ਨੇ ਮੈਨੂੰ ਕਿਹਾ ਸੀ ਕਹਿੰਦੀ ਭਾਈ ਪਹਿਲ ਤੁਹਾਡੀ ਹੈਗੀ, ਤੇ ਤੂੰ ਬਾਹਰ ਦੀ ਬਾਹਰ ਤੂੰ ਸੌਦਾ ਕਰ ਵੀ ਲਿਆ, ਗਲਤ ਗੱਲ ਹੈ ਸਰਪੰਚ ਸਾਹਿਬ ਮੈਂ ਤੁਹਾਨੂੰ ਦੱਸਾਂ। ਉਹ ਜਦੋਂ ਹੁਣ ਮੇਰੀ ਤਾਂ ਗੱਲ ਤੇਰੇ ਨਾਲ ਹੁਣ ਹੋਈ ਹੈ ਨਾ, ਤੂੰ ਗੱਲ ਨਹੀਂ ਸਮਝਿਆ, ਮੈਂ ਤਾਂ ਤੈਨੂੰ ਫਿਰ ਵੀ ਕਹੀ ਜਾਂਦਾ ਗਾ ਜੋ ਹੋਰ ਬੰਦਾ ਹੁੰਦਾ ਮੈਂ ਤਾਂ ਉਹਦੀ ਕਹਿੰਦਾ ਲੈ ਭਾਈ ਗੱਲ ਹੋ ਗਈ ਬੈਸ ਕੰਮ ਮਿਲ ਗਿਆ, ਜੇ ਤੂੰ ਮੇਰੇ ਨਾਲ ਆਉਣੀ ਜਾਣੀ ਤਾਂ ਹੀ ਤੈਨੂੰ ਮੈਂ ਕਿਹਾ ਭਾਈ ਮੈਂ ਚੰਨੀ ਨਾਲ ਦੁਬਾਰੇ ਗੱਲ ਕਰੂੰਗਾ। ਸਰਪੰਚ ਫਿਰ ਤੂੰ ਤਾਂ ਉਹ ਰੱਖੀ ਨਹੀਂ ਆਉਣੀ ਜਾਣੀ ਵਾਲੀ ਗੱਲ, ਤੂੰ ਤਾਂ ਉਹੀ ਗੱਲ ਕਰਤੀ, ਤੂੰ ਤਾਂ ਉਹਨਾਂ ਦੇ ਪੱਖ ਦਾ ਹੋ ਗਿਆ। ਉਹ ਪੱਖ ਦਾ ਨਹੀਂ ਹੋਇਆ, ਜੇ ਆਉਣੀ ਵਾਲੀ ਰੱਖੀ ਤਾਂ ਹੀ ਕਹਤਾ ਗੱਲ ਕਰੂੰਗਾ, ਤੂੰ ਗੱਲ ਨਹੀਂ ਸਮਝ ਰਿਹਾ ਜੀ ਮਿਲ ਸਿੰਘਾ। ਜੋ ਤੂੰ ਠੇਕਾ ਠੂਕਾ ਹੁਣ ਸਾਈ ਫੜਾਤੀ, ਹੁਣ ਦੱਸੋ ਕਿੱਥੋਂ ਖੜੇ ਦਾ ਚੜ੍ਹਨ ਦੇਊਗਾ ਸਰਪੰਚ ਤੂੰ? ਜੇ ਕੋਈ ਗੱਲ ਦਾ ਰਾਹ ਪੈ ਗਈ ਮੈਂ ਪਾਉਂਗਾ ਕੋਈ ਨਹੀਂ, ਨਾਲੇ ਔਖੇ ਵੇਲੇ ਅਸੀਂ ਕੰਮ ਆਉਣੇ ਆ ਉਹਨਾਂ ਦੇ, ਹੁਣ ਤੁਸੀਂ ਤਾਂ ਐਡੀ ਦੂਰ ਬੈਠੇ ਹੋਗੇ। ਚੱਲ ਮੈਂ ਕੋਈ ਨਾ ਕੁਛ ਨਾ ਕੁਛ ਕਰਕੇ ਦੇਖੂਗਾ, ਨਾਲੇ ਬਗਾਨੇ ਪਿੰਡ ਦਾ ਬੰਦਾ ਕਿੱਥੇ ਕੰਮ ਕਰਦਾ ਸਰਪੰਚ, ਨਾਲੇ ਤੂੰ ਵੀ ਗੌਰ ਕਰ, ਤੂੰ ਆਪਦੀ ਜ਼ਮੀਨ ਵੀ ਸਾਨੂੰ ਦਿਆ ਕਰ ਨਾਲੇ। ਉਹ ਮੈਂ ਤੈਨੂੰ ਆਹੀ ਕਹੀ ਜਾਂਦਾ, ਹੁਣ ਮੈਂ ਆਹੀ ਗੱਲ ਸੋਚੀ ਜਾਂਦਾ ਸੀ, ਛਿਕਣ ਮਾਈ ਤੈਨੂੰ ਆਪਦੀ ਦੇਂਦਾ, ਪਹਿਲਾਂ ਤੂੰ ਨਹੀਂ ਆਇਆ, ਹੁਣ ਗੱਲ ਕੋਈ ਨਹੀਂ ਮੈਂ ਕਰਦਾ, ਕੋਈ ਜਗਾੜ ਕੋਈ ਨਹੀਂ ਫਿਰ। ਚੱਲ ਕਰ ਲੈ ਜੇ ਹੁੰਦਾ ਤਾਂ ਕਰ ਲਈ, ਨਹੀਂ ਫਿਰ ਗਾਹਾਂ ਨੂੰ ਭਾਈ ਸਾਡਾ ਹੱਕ ਪਹਿਲਾਂ ਹੋਣਾ ਚਾਹੀਦਾ, ਮੈਂ ਤੁਹਾਨੂੰ ਦੱਸਾਂ। ਹੁਣ ਤਾਂ ਤੇਰਾ ਪੱਕਾ ਲੈ, ਅੱਜ ਲਿਖਾ ਲਾ ਭਾਵੇਂ। ਹਾਂ ਠੀਕ ਹੈ, ਚੱਲ ਗਾਹਾਂ ਨੂੰ ਭਾਵੇਂ ਮੇਰੇ ਕੋਲੇ ਆਈ ਨਾ ਲਿਖਿਆ ਗਿਆ ਤੇਰਾ, ਬਸ ਠੀਕ ਹੈ। ਪਰ ਐਤਕੀ ਵੀ ਜੇ ਕੁਛ ਹੋਇਆ ਮੈਂ ਜ਼ਰੂਰ ਕਰੂੰਗਾ, ਠੀਕ ਹੈ, ਇਹ ਤੇਰਾ ਨਾ ਵਾਅਦਾ ਰਿਹਾ। ਹਾਂ ਐ ਨਾ ਫਿਰ ਹੁਣ ਦੁਖਦੇ ਸੁਖਦੇ ਆਪਾਂ ਹੀ ਕੰਮ ਆਉਣਾ, ਹੋਰ ਕੀ ਨੇ, ਹੁਣ ਬਗਾਨਾ ਬੰਦਾ ਥੋੜੀ ਚੱਲ ਕੇ ਆਜੂਗਾ। ਉਹ ਮੈਨੂੰ ਤਾਂ ਫਿਰ ਫਿਕਰ ਵੀ ਨਹੀਂ, ਮੈਨੂੰ ਤਾਂ ਤੇਰੇ ਘਰੇ ਜਾਣ ਦੀ ਵੀ ਲੋੜ ਨਹੀਂ, ਵੀ ਠੇਕਾ ਨਹੀਂ ਆਉਣਾ ਤੇਰੇ ਨਾਲ, ਘੜਾ ਅੱਜ ਦਾ ਵਾਹ ਗਾ ਕੋਈ। ਹੋਰ ਅੰਬੋ ਦੀ ਅੰਬੋ ਬੈਠੀ ਸੀ ਪਹਿਲਾਂ, ਚਾਹ ਪਾਣੀ ਦੱਸ, ਇਹ ਤਾਂ ਗੱਲਾਂ ਚੱਲਦੀਆਂ ਰਹਿਣੀਆਂ। ਬਸ ਬਸ ਸਰਪੰਚ ਚਾਹ ਤਾਂ ਕੀ ਆ, ਅੰਬੋ ਕਿੱਧਰ ਕੀ, ਅੰਬੋ ਬੈਠੀ ਸੀ ਬਾਹਰ ਗਈ ਨਹੀਂ ਗਈ।
ਨਹੀਂ ਪੁੱਤ ਅੱਡੇ ਤਸਵੀਰ ਲੱਗੀ ਵੀ ਸੀ ਪਾਣੀ ਤਾਂ ਮੈਂ ਪੀ ਕੇ ਆਈ ਹਾਂ ਅੱਛਾ ਅੱਛਾ ਹਾਂ ਉਹ ਸਾਡੇ ਲਾਉਂਦੇ ਹੁੰਦੇ ਨੇ ਸਾਲ ਬਾਅਦ ਹਾਂ ਤੂੰ ਆਪਦਾ ਦੱਸ ਠੀਕ ਠਾਕ ਹੈ ਬਸ ਮੰਮੀ ਤੈਨੂੰ ਪਤਾ ਹੀ ਆ ਮਾਂ ਦੇ ਜਾਣ ਤੋਂ ਬਾਅਦ ਤਾਂ ਕਿਹੜਾ ਠੀਕ ਹੁੰਦਾ ਹੈ ਨਾ ਬੱਚਾ ਹਾਂ ਇਹ ਤਾਂ ਹੈ ਪੁੱਤ ਬਸ ਤੁਹਾਡੇ ਸਾਰੇ ਨਾਲ ਜੀ ਜਾਨੀ ਆ ਤੁਸੀਂ ਆ ਜਾਇਆ ਕਰੋ ਨਾਲੇ ਗੇੜਾ ਮਾਰ ਜਾਇਆ ਕਰੋ ਜਲਦੀ ਜਲਦੀ ਨਾ ਕੋਈ ਨਾ ਪੁੱਤ ਬਸ ਰੱਬ ਨੂੰ ਵੀ ਕੀ ਚੰਗਾ ਲੱਗਿਆ ਹਨਾ ਤੈਨੂੰ ਬਾਹਰੋਂ ਉਠਾ ਜਾਂਦੀ ਫੇਰ ਤਾਂ ਚੱਲ ਸਾਰਾ ਕੁਛ ਉਹ ਹੋ ਜਾਂਦਾ ਤੇਰਾ ਫਿਕਰ ਨਹੀਂ ਸੀਗਾ ਰੱਬ ਦੇ ਭਾਣੇ ਨੂੰ ਕੌਣ ਮੋੜ ਸਕਦਾ ਹੈ ਨਾ ਹਾਂ ਇਹ ਤਾਂ ਹੈ ਪੁੱਤ ਚੱਲ ਕੋਈ ਨਾ ਫਿਕਰ ਨਾ ਕਰ ਰੀਤ ਤੈਨੂੰ ਵੀ ਕਿੰਨੇ ਵਾਰੀ ਕਿਹਾਗਾ ਵੀ ਪੁੱਤ ਸਾਡੇ ਨਾਲ ਵਗ ਜਾ ਇੱਥੇ ਕੱਲੀ ਦਾ ਕੀ ਟਾਈਮ ਪਾਸ ਹੁੰਦਾ ਤੇਰਾ ਉੱਥੇ ਨਾ ਆਪਣਾ ਸਾਰਾ ਪਰਿਵਾਰ ਹੈਗਾ ਵਧੀਆ ਜੀ ਲੱਗਿਆ ਰਹੂਗਾ ਤੇਰਾ ਨਾ ਉੱਥੇ ਚੰਗਾ ਰਿਸ਼ਤਾ ਦੇਖ ਕੇ ਤੇਰਾ ਕੋਈ ਵਿਆਹ ਕਰ ਦਾਂਗੀ ਤੂੰ ਵੀ ਨਾ ਹਿੰਡ ਫੜੀ ਬੈਠੀ ਹੈਗੀ ਤੂੰ ਕਹਿੰਦੀ ਆ ਮੇਰੇ ਮਾਂ ਬਾਪ ਦੀ ਨਿਸ਼ਾਨੀ ਹੈਗੀ ਕੁਛ ਨੀ ਹੁੰਦਾ ਪੁੱਤ ਆਪਾਂ ਜ਼ਮੀਨ ਠੇਕੇ ਤੇ ਦੇ ਦਾਂਗੇ ਤੂੰ ਸਾਡੇ ਨਾਲ ਚੱਲ ਮੰਮੀ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਵੀ ਮੈਨੂੰ ਮਜਬੂਰ ਨਾ ਕਰਿਆ ਕਰੋ ਤੁਹਾਡੇ ਨਾਲ ਜਾਣ ਵਾਸਤੇ ਇੱਥੇ ਬੇਬੀ ਬਾਪੂ ਦੀਆਂ ਯਾਦਾਂ ਨੇ ਜਿਨ੍ਹਾਂ ਦੇ ਸਹਾਰੇ ਮੈਂ ਰਹੀ ਜਾਂਦੀ ਹਾਂ ਮੈਨੂੰ ਹੋਰ ਘਰ 'ਚ ਤਾਂ ਨੀਂਦ ਹੀ ਨਹੀਂ ਆਉਂਦੀ ਨਾਲੇ ਮੰਮੀ ਐਵੇਂ ਮੇਰੀ ਪੜ੍ਹਾਈ ਰੁਲ ਜੂਗੀ ਆ ਹੁਣ 1 ਸਾਲ ਰਹਿ ਗਿਆ 2 ਸਾਲ ਤੁਹਾਨੂੰ ਪਤਾ ਮੈਂ ਕਰ ਲਏ ਨੇ ਬੀਏ ਦੇ ਤੇ ਫਿਰ ਕਿੱਥੇ ਉੱਥੇ ਪੜ੍ਹਾਉਣ ਲਾਉਂਗੇ ਤੁਸੀਂ ਮੈਨੂੰ ਰੋਜ਼ ਰੋਜ਼ ਕਾਲਜ ਵੀ ਤੁਹਾਨੂੰ ਪਤਾ ਚੇਂਜ ਨਹੀਂ ਕੀਤਾ ਜਾਂਦਾ ਕੋਈ ਨਾ ਔਖਾ ਸੌਖਾ ਸਾਲ ਹੀ ਹੈ ਫਿਰ ਸੋਚ ਲਾਂਗੇ ਉਹ ਤਾਂ ਠੀਕ ਹੈ ਪੁੱਤ ਕੋਈ ਨਾ ਪੜ੍ਹਾਈ ਤਾਂ ਤੂੰ ਉੱਥੋਂ ਵੀ ਆ ਜਾਂਦੀ ਐਡੀ ਕਿੱਡੀ ਇੱਕ ਗੱਲ ਹੈਗੀ ਮੰਮੀ ਫਿਰ ਵੀ ਬਾਵਾ ਦੂਰ ਪੈ ਜਾਂਦਾ ਪੁੱਤ ਮੈਂ ਇਹ ਕਹਿੰਦੀ ਸੀ ਮੈਂ ਤੇਰੇ ਮਾਮੇ ਨਾਲ ਰਾਏ ਕੀਤੀ ਸੀਗੀ ਵੀ ਤੂੰ ਪੜ੍ਹਾਈ ਨੂੰ ਰਹਿਣ ਦੇ ਤੇ ਤੇਰਾ ਕੋਈ ਥਾਂ ਦੇਖ ਕੇ ਤੇਰਾ ਰਿਸ਼ਤਾ ਕਰ ਦਿੰਦੇ ਆ ਨਹੀਂ ਨਹੀਂ ਮਾਮੀ ਤੁਸੀਂ ਆ ਕਹੇ ਜੇ ਗੱਲਾਂ ਲੈ ਕੇ ਬਹਿ ਗਏ ਤੇ ਤੁਸੀਂ ਸੋਚ ਵੀ ਕਿਵੇਂ ਲਿਆ ਮੈਂ ਪੜ੍ਹਾਈ ਛੱਡਦਾ ਮੈਂ ਆਪਣੇ ਬੇਬੇ ਬਾਪੂ ਦਾ ਸੁਪਨਾ ਪੂਰਾ ਕਰਨਾ ਮੈਨੂੰ ਹਜੇ ਹੋਰ ਅੱਗੇ ਪੜ੍ਹ ਲੈਣ ਦਿਓ ਜਿਹੜੇ ਹਾਲਾਤਾਂ ਤੇ ਹੈਗੇ ਆ ਨਾ ਪਲੀਜ਼ ਮੈਨੂੰ ਇਕੱਲੀ ਨੂੰ ਛੱਡ ਦਿਓ ਪਰ ਮੈਨੂੰ ਪੜ੍ਹਾਈ ਛੱਡਣ ਬਾਰੇ ਨਾ ਕਹੋ ਨਹੀਂ ਪੁੱਤ ਉਹ ਤਾਂ ਠੀਕ ਹੈ ਪਰ ਨਾਨਕਿਆਂ ਨੂੰ ਦੋਤੇ ਦੋਤੀਆਂ ਸਿੱਟੇ ਨਹੀਂ ਹੁੰਦੇ ਜੇ ਤੇਰੇ ਸਿਰ ਦੇ ਉੱਤੋਂ ਤੇਰੀ ਮਾਂ ਦਾ ਸਾਇਆ ਉੱਠ ਗਿਆ ਤਾਂ ਸਾਨੂੰ ਕਿਹੜਾ ਤੂੰ ਸਿੱਟੀ ਹੈਗੀ ਹੁਣ ਕੋਈ ਗੱਲ ਨਹੀਂ ਮੰਮੀ ਮੈਨੂੰ ਆਹ ਸਾਲ ਪੂਰਾ ਕਰ ਲੈਣ ਦਿਓ ਫਿਰ ਸੋਚਦੇ ਹਾਂ ਕੀ ਬਣਦਾ ਅੱਜ ਘਰ ਤਾਂ ਗੱਲ ਇਹਨਾਂ ਨਾਲ ਚਾਚੀ ਘਰੇ ਆ ਹਾਂ ਹਾਂ ਜੀ ਮੇਰੇ ਘਰੇ ਆ ਬਹਿ ਜਾ ਇੱਥੇ ਆਉਣੀ ਆ ਆ ਜਾ ਆ ਜਾ ਆ ਗਈ ਕਿਵੇਂ ਬਾਹਲੀ ਗਰਮੀ ਚ ਭਖਿਆ ਜਾਂਦਾ ਹੈਗਾ ਉਹ ਕਿਹੜਾ ਪਖਣਾ ਚਾਚੀ ਬਸ ਪੁੱਛਣਾ ਆਪਣੇ ਕਰਮਾਂ ਚ ਤਾਂ ਬਸ ਖੱਚੇ ਰੇੜੇ ਦੀ ਚਾਲ ਆ ਤੁਰੇ ਫਿਰ ਉਧਰ ਵਗ ਜਾ ਉਧਰ ਵਗ ਜਾ ਪੱਟਾਂ ਨਾ ਖੈਂਦੇ ਤੁਰੇ ਫਿਰਦੇ ਆਂਗੇ ਨਾ ਹੁਣ ਕੀ ਗੱਲ ਹੋ ਗਈ ਉਹ ਹੋਣਾ ਕੀ ਆ ਤੇਰੀ ਸਰੀਕਣੀ ਮੈਂ ਗਿਆ ਇਹਨਾਂ ਦੇ ਘਰੇ ਹਾਂ ਕਹਿੰਦੀ ਮੈਂ ਤਾਂ ਹਾਂ ਹਾਂ ਕਿ ਸਰਪੰਚ ਨੂੰ ਪੁੱਛੇ ਬਿਨਾਂ ਜ਼ਮੀਨ ਠੇਕੇ ਨਹੀਂ ਦਿੰਦੀ ਇਹਨੇ ਤਾਂ ਸਰਪੰਚ ਦੀ ਪੂਛ ਫੜ ਰੱਖੀ ਆ ਬਿਨਾਂ ਸਰਪੰਚ ਤੋਂ ਤਾਂ ਮੈਨੂੰ ਲੱਗਦਾ ਇਹ ਰੋਟੀ ਵੀ ਨਹੀਂ ਖਾਂਦੀ ਹੋਣੀ ਇਹਨਾਂ ਨੂੰ ਤਾਂ ਐ ਵੀ ਇਹ ਕਿਹੜਾ ਪੈਸੇ ਦਿੰਦੇ ਹੁਣ ਆਪਾਂ ਨੂੰ 4-5 ਸਾਲ ਹੋ ਗਏ ਜ਼ਮੀਨ ਛੋਟੀ ਠੇਕੇ ਤੇ ਲੈਂਦੇ ਨੂੰ ਉਹੀ ਕਹਿੰਦੀ ਆ ਅੱਜ ਤੱਕ ਚੂਮੀ ਹੋਈ ਆ ਕਿਤੇ ਕੋਈ ਵੀ ਨਹੀਂ ਮੈਂ ਤਾਂ ਇਹ ਆਪ ਤੈਨੂੰ ਕਹਿੰਦੀ ਸੀ ਕਿਸੇ ਲੋਟ ਬਰਿਆ ਲਈਏ ਇਹਨੂੰ ਕਿਹੜਾ ਬਰਾਲਾ ਚਾਚੀ ਮੈਂ ਤਾਂ ਸਰਪੰਚ ਕੋਲੇ ਵੀ ਗਿਆ ਸੀ ਫਿਰ ਕੀ ਕਹਿੰਦਾ ਕਹਿੰਦਾ ਮੈਂ ਤਾਂ ਚੰਨੀ ਨੂੰ ਦੇਤੀ ਪਤਾ ਨਹੀਂ ਕਿੱਥੋਂ ਦਾ ਚੰਨੀ ਆ ਪਤਾ ਨਹੀਂ ਕਿਹੜੇ ਪਿੰਡ ਦਾ ਦੱਸਿਆ ਨਹੀਂ ਮੈਨੂੰ ਤੇ ਸਰਪੰਚ ਮੈਨੂੰ ਤਾਂ ਲੱਗਦਾ ਉਹੀ ਗੱਲ ਇਹਨਾਂ ਦੀ ਤਾਂ ਗੱਲ ਹੀ ਇਹ ਜੀ ਨੇ ਉਹ ਤੂੰ ਆਖੇਗੀ ਮੇਰੇ ਸਾਡੀ ਸਰੀਕਣੀ ਭਤੀਜੀ ਨੂੰ ਕੀ ਕਹਿੰਦਾ ਗਾ ਮੈਨੂੰ ਤਾਂ ਐ ਲੱਗਦਾ ਇਹਨਾਂ ਦਾ ਕੋਈ ਗੁੱਟਰ ਕੋ ਚਲਦੀ ਆ ਸਰਪੰਚ ਨਾਲ ਫਿਰ ਤੂੰ ਆਖੇਗੀ ਕੀ ਕਹਿੰਦਾ ਗਾ ਤੂੰ ਚਲਦੀ ਮੈਂ ਤੁਹਾਨੂੰ ਦੱਸਾਂ ਮੇ ਧੀ ਧਿਆਣੀ ਆ ਐਂ ਤਾਂ ਕਾਹਨੂੰ ਕਹਿਣਾ ਗਾ ਪਰ ਉਹ ਕੁੜੀ ਜੀ ਤੇਜ਼ ਵਾਲੀ ਹੈਗੀ ਉਹ ਚਾਚੀ ਧੀ ਧਿਆਣੀ ਤਾਂ ਹੈਗੀ ਆ ਮੈਂ ਵੀ ਉਹਨੂੰ ਭੈਣ ਕਹਿਣਾ ਗਾ ਪਰ ਗੱਲ ਇਹ ਹੈ ਨਾ ਸਰਪੰਚ ਸਾਰਾ ਦਿਨ ਉਹਨਾਂ ਦੇ ਘਰੇ ਗੇੜੇ ਮਾਰਦਾ ਚੰਗਾ ਨਹੀਂ ਲੱਗਦਾ ਮੈਂ ਤੁਹਾਨੂੰ ਦੱਸਾਂ ਮਾੜੀ ਮੁੱਟੀ ਗੌਰ ਕਰ ਲਾ ਨੂੰਹਾਂ ਧੀਆਂ ਤਾਂ ਤੇਰੇ ਘਰੇ ਵੀ ਹੈਗੀਆਂ ਮੈਂ ਤੈਨੂੰ ਇਹ ਕਹਿਣੀ ਆ ਵੀ ਉਹ ਜ਼ਮੀਨ ਤੇ ਆਪਣੀ ਇਕੱਠੀ ਕਟੱਕ ਹੋ ਜਾਂਦਾ ਬਟਨਾ ਬਟ ਸੀ ਹੁਣ ਕੀ ਕਰੀਏ ਤੂੰ ਦੱਸ ਤੂੰ ਤਾਂ ਉਹ ਗੱਲ ਕਰਤੀ ਹੈ ਕਿ ਪਿੰਡ ਉੱਜੜਿਆ ਜਾਂਦਾ ਕਮਲੀ ਨੂੰ ਕੱਤਣ ਦੀ ਹੋਈ ਪਈ ਹੈ ਜ਼ਮੀਨ ਤਾਂ ਉਹ ਦਿੰਦਾ ਨਹੀਂ ਗਾ ਤੂੰ ਸਿਰ ਟਿੱਕ ਟੱਕ ਕਰਨ ਨੂੰ ਫਿਰਦੀ ਹੈਗੀ ਹੁਣ ਫਿਰ ਕੀ ਕਰੀਏ ਕਰਨਾ ਕੀ ਮੈਂ ਤਾਂ ਕਹਿੰਦਾ ਸਿਰ 'ਚ ਮਾਰ ਕੁਛ ਉਹਦੇ ਹੋਰ ਕੀ ਹੈ ਜਾਂ ਮੇਰੇ ਮਾਰ ਮੈਂ ਤੇਰੇ ਕਿਉਂ ਮਾਰਾਂ ਤੂੰ ਤਾਂ ਘਰ ਦਾ ਜਵਾਕ ਹੈ ਘਰ ਦਾ ਜਵਾਕ ਹੈ ਤੇਥੋਂ ਇੱਕ ਨਿੱਕੀ ਛੋਕਰੀ ਨਹੀਂ ਲੋਟਾਉਂਦੀ ਹੈਗੀ ਫਿਰ ਹੁਣ ਮੈਂ ਗੱਲ ਕਰਾਂ ਤੇ ਤੂੰ ਹੀ ਗੱਲ ਕਰ ਹੁਣ ਮੈਂ ਦੱਸ ਕੀ ਕਰਾਂ ਕੁੜੇ ਬੁਲਬੁਲਾ ਆ ਗਈ ਪਾਣੀ ਦੇ ਕੋਲੇ ਸਤਿ ਸ੍ਰੀ ਅਕਾਲ ਭਾਬੀ ਸਤਿ ਸ੍ਰੀ ਅਕਾਲ ਤਾਂ ਠੀਕ ਹੈ ਲੋ ਫੜੋ ਪਾਣੀ ਪੀਓ ਠੰਡੇ ਹੋਵੋ ਇਹ ਕਾਹਨੂੰ ਠੰਡਾ ਹੁੰਦਾ ਇਹਦਾ ਚੱਲ ਬਸ ਉਹ ਭਾਬੀ ਠੰਡੇ ਵਾਲੀ ਕਿਹੜੀ ਗੱਲ ਹੈਗੀ ਉਹ ਮੈਂ ਤੇਰੀ ਉਹਦੇ ਕੋਲੇ ਗਿਆ ਸੀਗਾ ਤੇਰੀ ਨਣਦ ਕੋਲੇ ਉਹ ਰੀਤ ਕੋਲੇ ਆਪਣੀ ਕੋਲੇ ਹਾਂ ਤੇ ਮੈਂ ਜ਼ਮੀਨ ਬਾਰੇ ਪੁੱਛਿਆ ਤੇ ਕਹਿੰਦੀ ਹਾਂ ਹਾਂ ਮੈਂ ਤਾਂ ਸਰਪੰਚ ਨੂੰ ਪੁੱਛ ਕੇ ਕਰੂੰਗੀ ਜ਼ਮੀਨ ਦਾ ਹੱਲ ਸਾਰਾ ਉਹ ਤਾਂ ਵੀਰੇ ਬਹੁਤ ਭੈੜੀ ਹੈ ਕੁੜੀ ਉਹਨੂੰ ਤਾਂ ਅਸੀਂ ਵੀ ਕਿਹਾ ਸੀਗਾ ਵੀ ਸਾਨੂੰ ਵੀ ਜ਼ਮੀਨ ਠੇਕੇ ਤੇ ਦੇ ਦੇ ਜੇ ਤੂੰ ਜੀਵਨ ਵੀਰੇ ਨੂੰ ਨਹੀਂ ਦੇਣੀ ਹੈਗੀ ਆਖੀ ਕਹਿੰਦੀ ਮੈਂ ਤਾਂ ਸਰਪੰਚ ਨੂੰ ਪੁੱਛ ਕੇ ਜ਼ਮੀਨ ਦਵਾਂਗੀ ਵੀ ਕੀ ਗੱਲ ਉਹ ਤੇ ਵਿਸ਼ਵਾਸ ਤੈਨੂੰ ਜ਼ਿਆਦਾ ਹੈ ਸਾਡੇ ਤੇ ਕੋਈ ਵਿਸ਼ਵਾਸ ਨਹੀਂ ਜਦ ਕਿ ਅਸੀਂ ਆਪਣੇ ਆ ਬਸ ਪੁੱਛ ਮੈਂ ਤਾਂ ਨਾ ਸਰਪੰਚ ਕੇ ਘਰੇ ਗਿਆ ਸੀ ਮੈਨੂੰ ਆਈ ਸੀ ਅੰਬੋ ਨੂੰ ਉਂਗਲ ਲਾ ਕੇ ਆਉਂ ਮਾੜੀ ਮੋਟੀ ਨਾ ਤਾਂ ਅੰਬੋ
ਝੁਕਦੇ ਪੱਲੜੇ ਦੇ ਆ ਲੋਕ ਨਾਲੇ ਆ ਸਰਪੰਚ ਦਾ ਤਾਂ ਬਸ ਪੁੱਛੀ ਨਾ ਇਹਦਾ ਤਾਂ ਹਾਲ ਤੋਂ ਪਤਾ ਨੀ ਇਹਨੂੰ ਵੋਟਾਂ ਕਿਹਨੇ ਪਾ ਕੇ ਜਿਤਾਤਾ ਕਿਹਨੇ ਪਾ ਕੇ ਜਿਤਿਆਤਾ ਫਿਰ ਹੁਣ ਕੋਈ ਹੱਲ ਕੱਢੀ ਆਪਾਂ ਕੋਈ ਮਾੜੇ ਮੋਟੇ ਲੋਕਾਂ ਦੇ ਆਪਦੇ ਮਸਲੇ ਵੀ ਹੁੰਦੇ ਆਪ ਵੀ ਨਿਬੇੜਦੇ ਸਾਰਾ ਦਿਨ ਵਿੱਚ ਟੰਗ ਡਾਲੂਗਾ ਚਾਤਰਾਗਾ ਇਹ ਤਾਂ ਹਰੇਕ ਦੇ ਵਿੱਚ ਤੁਰਿਆ ਫਿਰਦਾ ਰਹਿੰਦਾਗਾ ਹੁਣ ਇਹਦਾ ਹੱਲ ਕੀ ਹੈ ਕਰਦੇ ਆ ਕੋਈ ਹੱਲ ਫਿਰ ਕੋਈ ਹੱਲ ਤਾਂ ਐ ਕਰੋ ਮੇਰੀ ਗੱਲ ਤਾਂ ਮੰਨੋ ਤੁਸੀਂ ਦੋਨੇ ਜਾਣੀਆਂ ਜਾਓ ਇੱਕ ਵਾਰੀ ਚੱਲ ਨਾਲੇ ਬਗਾਨੇ ਪਿੰਡ ਦਾ ਮੁੰਡਾ ਹੈਗਾ ਕੱਲ ਨੂੰ ਰੱਬ ਨਾ ਕਰੇ ਕੁਛ ਉਨੀ ਕੀ ਹੁੰਦੀ ਆ ਹੁਣ ਉਧਰ ਦੀ ਮਾਂ ਮਰ ਗਈ ਸੀ ਆਪਾਂ ਭੱਜ ਕੇ ਗਏ ਕਿ ਨਹੀਂ ਗਏ ਹੁਣ ਜੇ ਰੱਬ ਨਾ ਕਰੇ ਕੱਲ ਨੂੰ ਕੋਈ ਉਨਵੀਨ ਹੋ ਜੇ ਕੋਈ ਚੋਰੀ ਚੱਪੀ ਹੋ ਜੇ ਆਪਾਂ ਹੀ ਜਾਵਾਂਗੇ ਨਾ ਉਹ ਬਗਾਨੇ ਪਿੰਡੋਂ ਥੋੜੀ ਚੱਲ ਕੇ ਆਜੂ ਬੰਦਾ ਮੈਂ ਤਾਂ ਉਹੀ ਗੱਲ ਬਹੂ ਵੀ ਛੱਡੀ ਜਦੋਂ ਢਿੱਲੀ ਸੀਗੀ ਮੁੱਕ ਗਈ ਕਰਿਆ ਹੀ ਨਹੀਂ ਵਾਸੀ ਜ਼ਮੀਨ ਉਹੀ ਗੱਲ ਫਿਰ ਉਹ ਕੋਈ ਅਸਲ ਚ ਨਾ ਉਹ ਸਰਪੰਚ ਹੈ ਜਿਹੜਾ ਉਹ ਚੰਨੀ ਨੂੰ ਆਪਦੀ ਜ਼ਮੀਨ ਦੇ ਕੇ ਦਿੰਦਾ ਹੁੰਦਾਗਾ ਅੱਛਾ ਹਾਂ ਉਹ ਉਹਦੀਆਂ ਪੁੱਛਾਂ ਤੇ ਚੜਿਆ ਹੋਇਆਗਾ ਆਹ ਗੱਲ ਹੈ ਦੇਖ ਲਾ ਕੱਲ ਜੇ ਉੱਚੀ ਨੀਵੀਂ ਕਰਤੀ ਉਹਨੇ ਗੱਲ ਫੇਰ ਉਹਨੂੰ ਪਤਾ ਲੱਗੂਗਾ ਨਾਲੇ ਕੱਲੀ ਕਹਿ ਰਹੀ ਹੈ ਕਿਹਦੇ ਨਾਲ ਵਰਤੂਗੀ ਇਹ ਰਿਸ਼ਤੇਦਾਰਾਂ ਨਾਲ ਉਹਦੀ ਨਹੀਂ ਬਣਦੀ ਹੈਗੀ ਸੋਡੇ ਨਾਲ ਉਹਦੀ ਨਹੀਂ ਬਣਦੀ ਹੈਗੀ ਬਣਾਉ ਕਿਹਦੇ ਨਾਲ ਮੈਨੂੰ ਇੱਕ ਸਾਲ ਦੀ ਸਮਝ ਨਹੀਂ ਆਉਂਦੀ ਉਹ ਤਾਂ ਨਾ ਗੱਲ ਨੂੰ ਨਾ ਬਸ ਤੂੰ ਐ ਸਮਝ ਲੈ ਸੁਣਦੀ ਨਹੀਂ ਹੈਗੀ ਸਾਨੂੰ ਪਤਾ ਹੀ ਆ ਉਹਦਾ ਇਹ ਤਾਂ ਰੱਬ ਹੀ ਦੇਖੂਗਾ ਮੈਂ ਤੁਹਾਨੂੰ ਦੱਸਾਂ ਚਾਚੀ ਮੈਂ ਸੋਡਾ ਲਿਆਜ ਕਰੀ ਜਾਂਦਾ ਵੀ ਚੱਲ ਸੋਡਾ ਸਰੀਕਾ ਹੈਗਾ ਤੇ ਤੇਰੀ ਜਠਾਣੀ ਦੀ ਕੁੜੀ ਹੈ ਗੱਲ ਸੁਣ ਲੈ ਮੇਰੀ ਮੈਂ ਤੁਹਾਨੂੰ ਦੱਸਾਂ ਕੱਲ ਨੂੰ ਮੈਂ ਇੱਥੇ ਚਾਰ ਬੰਦੇ ਬੁਲਾ ਕੇ ਤੇ ਊਣ ਮੀਣ ਕਰਤੀ ਨਾ ਇੱਥੇ ਕੋਈ ਚੋਰੀ ਚੱਪਾ ਕਰਾਤਾ ਫਿਰ ਕੱਲ ਨੂੰ ਝਾਕੇਂਗੀ ਤੂੰ ਮੈਂ ਤੁਹਾਨੂੰ ਦੱਸਾਂ ਕੋਈ ਨਾ ਇੱਕ ਵਾਰੀ ਸਾਡੇ ਤੇ ਛੱਡਦੇ ਅਸੀਂ ਜਾ ਆਵਾਂਗੇ ਨਹੀਂ ਮੈਂ ਟਰੈਕਟਰ ਲੈ ਕੇ ਆਪ ਬਾਹੂੰਗਾ ਜ਼ਮੀਨ ਉਹਨੂੰ ਕਾ ਠੇਕੇ ਦੇਣੀ ਹੈ ਦੇਦਾ ਕੋਈ ਨਾ ਵੀਰੇ ਤੁਸੀਂ ਟੈਨਸ਼ਨ ਨਾ ਲਓ ਠੰਡੇ ਹੋਵੋ ਅਸੀਂ ਆਪੇ ਗੱਲ ਕਰ ਜਾਂਦੇ ਆ ਸਰਪੰਚ ਕੋਲ ਟੈਨਸ਼ਨ ਪਤਾ ਮੈਨੂੰ ਹੋਰ ਗੱਲ ਦੀ ਨਹੀਂ ਹੈਗੀ ਹੁਣ ਦੇਖ ਲੈ ਇੱਕ ਬੱਟ ਛੱਡ ਕੇ ਬਾਹਣਾਗਾ ਪਾਣੀ ਨਾ ਤਾਂ ਜਿਹੜਾ ਉਹ ਠੇਕੇ ਤੇ ਲੂਗਾ ਨਾ ਤਾਂ ਉਹ ਲੰਘਣ ਦੇਵੇ ਆਦੇ ਬਾਹਣ ਦੇ ਦੀ ਪਤਾ ਹੀ ਹੈ ਹਾਂ ਨਹੀਂ ਹੁਣ ਤੂੰ ਜੇ ਮੈਂ ਤੈਨੂੰ ਕਹਾਂ ਵੀ ਸਪੈਸ਼ਲ ਖਾਲ ਪਾ ਕੇ ਦੇ ਖਾਲ ਕਿੱਥੋਂ ਪਾ ਕੇ ਦੇ ਨਾ ਨਾ ਪਹਿਲਾਂ ਉਹਦੀ ਮਾਂ ਜੀ ਨੇ ਮੂਨੀ ਪੈਪਾ ਪਾਉਣ ਦਿੱਤੀਆਂ ਥੱਲੇ ਦੀ ਉਹ ਬਸ ਹੁਣ ਪਾਣੀ ਪਤਾ ਕਿੱਧਰ ਦੀ ਲਿਆਉਣਾ ਪੈਂਦਾ ਲਫਾਫਾ ਪਾਉਣਾ ਪੈਂਦਾਗਾ ਮੈਨੂੰ ਉਹ ਲਫਾਫਾ ਉਂ ਪਾੜ ਜਾਂਦਾ ਇੱਕ ਵਾਰੀ ਚ ਇੱਕ ਪਾਣੀ ਲੱਗਦਾ ਉਹਦੇ ਨਾਲ ਐਡੇ ਐਡੇ ਕਰਚੇ ਉਹਦੇ ਵਿੱਚ ਖੁੱਭ ਜਾਂਦੇ ਪਾੜ ਜਾਂਦਾ ਸਾਰਾ ਵੀ ਤੂੰ ਹੁਣ ਇੰਨਾ ਠੰਡਾ ਰਹਿ ਮਾੜਾ ਜਾ ਸਾਨੂੰ ਜਾ ਆਏ ਚਾਚੀ ਝੋਨਾ ਲਾਉਣਾਗਾ ਮੂਰੇ ਤੈਨੂੰ ਨਹੀਂ ਪਤਾ ਹੈਗਾ ਕੋਈ ਨਾ ਵੀਰੇ ਆਪਾਂ ਜਾ ਆਵਾਂਗੇ ਦੋਨੇ ਜਾਣੀਆਂ ਅਸੀਂ ਜਾ ਜਾਂਦੇ ਸਰਪੰਚ ਸਾਹਿਬ ਕੋਲ ਦੇਖਦੇ ਆਂ ਵੀ ਕੀ ਕਹਿੰਦਾ ਉਹ ਚੱਲ ਤੁਸੀਂ ਸਰਪੰਚ ਕੋਲ ਜਾਓ ਉਹਦੀ ਛੱਡੋ ਫਿਰ ਕਿਉਂਕਿ ਉਹ ਤਾਂ ਉਹਦੀ ਮੰਨਦੀ ਆ ਗਈ ਚੱਲ ਕੋਈ ਨਾ ਜਾ ਚੱਲ ਚੰਗਾ ਚਾਚੀ ਚਾਹ ਬਣਾ ਵੀਰੇ ਨਾ ਨਾ ਬਸ ਚਾਹ ਪੀਤੀ ਪਈ ਹੈ ਚੰਗਾ ਚੱਲ ਆ ਜਾ ਆਪਾਂ ਚੱਲੀ ਆਉਨੇ ਆਂਗੇ ਚੱਲ ਪੁੱਤ ਮੈਂ ਤਾਂ ਤੈਨੂੰ ਕਹਿਣਾ ਸੀ ਕਹਿਤਾ ਅੱਗੇ ਤੇਰੀ ਮਰਜ਼ੀ ਹੈ ਆ ਜਾਓ ਬਾਈ ਜੀ ਅੰਦਰ ਹੀ ਅੱਗੇ ਆ ਜਾਓ ਸਸ਼ੀਕਾ ਸਸ਼ੀਕਾ ਹੋਰ ਕਿਵੇਂ ਠੀਕ ਹੈ ਸਸ਼ੀਕਾ ਹੋਰ ਪੁੱਤ ਠੀਕ ਹੈ ਹਾਂਜੀ ਹਾਂਜੀ ਠੀਕ ਠਾਕ ਜੀ ਪਾਣੀ ਲਿਆਵਾ ਵੀਰੇ ਨਾ ਨਾ ਬਸ ਰੀਤ ਪੀ ਕੇ ਆਇਆ ਸੀ ਤੇ ਕਿਵੇਂ ਆ ਤੂੰ ਠੀਕ ਹੈ ਜੀ ਹਾਂ ਬਾਈ ਠੀਕ ਹਾਂ ਤੂੰ ਦੱਸ ਠੀਕ ਹੈ ਮੈਨੂੰ ਤਾਂ ਬੜਾ ਪਛਤਾਵਾ ਹੈਗਾ ਹੁਣ ਜਦੋਂ ਮਾਮੀ ਬਿਮਾਰ ਪਈ ਸੀ ਉਹ ਤਾਂ ਆਇਆ ਨਹੀਂ ਗਿਆਗਾ ਉਹ ਤੇ ਆਏ ਤਾਂ ਬਸ ਕਾਹਦਾ ਹੈ ਨਾ ਤੈਨੂੰ ਮਿਲਿਆ ਗਿਆ ਚੰਗੀ ਤਰ੍ਹਾਂ ਉਹ ਤਾਂ ਬਸ ਕਾਲੀ ਕਾਲੀ ਚ ਹੀ ਚੱਲ ਗਈ ਮੇਰਾ ਹੁਣ ਕਿੱਦਾਂ ਦਾ ਦਿਲ ਕਰੀ ਜਾਂਦਾ ਸੀਗਾ ਵੀ ਤੈਨੂੰ ਮਿਲ ਕੇ ਆਵਾਂ ਚੱਲ ਬਾਈ ਵਧੀਆ ਕੀਤਾ ਵੀ ਤੂੰ ਮਿਲ ਗਿਆ ਨਾਲੇ ਮੇਰਾ ਵੀ ਮਨ ਹੌਲਾ ਜਿਹਾ ਹੋ ਜਾਂਦਾ ਹਾਂ ਹਾਂ ਉਹਦਾ ਮੈਨੂੰ ਤੇਰੀ ਨਾ ਭਰਜਾਈ ਆਕੀ ਜਾਂਦੀ ਸੀ ਅੱਗੇ ਤੂੰ ਰੀਤ ਨੂੰ ਨਾਲ ਲਿਆਈ ਉੱਥੇ ਵਿਚਾਰੀ ਦਾ ਇਕੱਲੀ ਦਾ ਜੀ ਨਹੀਂ ਲੱਗਦਾ ਹੋਣਾਗਾ ਚੱਲ ਇੱਥੇ ਆ ਜਾਊਗੀ ਨਾਲੇ ਆਪਣੇ ਨਾਲ ਜੀ ਲੱਗੇ ਰੋ ਘੁਲ ਮਿਲ ਜਾਊਗੀ ਇੱਥੇ ਨਾਲੇ ਤੈਨੂੰ ਵੀ ਹੁਣ ਇਕੱਲੀ ਨੂੰ ਇੱਥੇ ਰਹਿਣਾ ਜਾ ਹੋਊ ਲੱਗਦਾ ਪਹਿਲਾਂ ਤਾਂ ਚੱਲ ਆਇਆ ਸੀਗਾ ਮਾਮੀ ਤੇਰੇ ਕੋਲੇ ਹੁੰਦੀ ਸੀ ਚੱਲ ਪਈ ਦੇ ਹੀ ਸਹਾਰਾ ਸੀਗਾ ਤੈਨੂੰ ਤਾਂ ਚੱਲ ਕੋਈ ਨਾ ਬਾਈ ਆ ਪਹਿਲਾਂ ਮਾਮੀ ਵੀ ਕਹਿ ਕੇ ਹਟੇ ਨੇ ਵੀ ਤੂੰ ਸਾਡੇ ਨਾਲ ਚੱਲ ਪੈ ਐ ਵੀਰੇ ਘਰ ਛੱਡ ਕੇ ਕਿੱਥੇ ਜਾਇਆ ਜਾਂਦਾ ਸੁੱਖ ਨਾਲ ਐਡਾ ਘਰ ਆ ਕਿਹਦੇ ਸਾਰੇ ਛੱਡ ਕੇ ਜਾਵਾਂ ਘਰ ਦਾ ਤਾਂ ਕੀ ਹੈਗਾ ਜਿਹੜਾ ਸਮਾਨ ਹੈਗਾ ਆਪਾਂ ਇੱਥੇ ਜਿੰਦਾ ਲਾ ਦੇਾਂਗੇ ਘਰ ਨੂੰ ਇੱਥੇ ਦੱਸ ਕੰਧਾਂ ਨੂੰ ਕਿਹਨੇ ਲੈ ਜਾਣਾਗਾ ਬਾਈ ਮੇਰਾ ਤਾਂ ਨਾ ਸੱਚ ਪੁੱਛੇ ਜੇ ਇੱਥੋਂ ਬਿਨਾਂ ਜੀ ਨਹੀਂ ਲੱਗਦਾ ਕਿਤੇ ਵੀ ਹੋਰ ਕੋਈ ਗੱਲ ਨਹੀਂ ਤੁਸੀਂ ਗੇੜਾ ਮਾਰਦੇ ਰਿਹਾ ਕਰੋ ਬਸ ਮੇਰੇ ਵਾਸਤੇ ਤਾਂ ਇਹੀ ਬਹੁਤ ਆ ਉਹ ਮੈਂ ਤਾਂ ਐ ਸੋਚਿਆ ਸੀਗਾ ਚੱਲ ਉੱਥੇ ਜਾਏਗੀ ਤੇਰਾ ਪਰਿਵਾਰ ਚ ਮਨ ਲੱਗਿਆ ਰਹੂਗਾ ਇੱਥੇ ਐਵੇਂ ਇਕੱਲੀ ਬੈਠੀ ਸੋਚੀ ਜਾਂਦੀ ਰਹਿੰਦੀ ਹੋਏਗੀ ਸਾਰਾ ਦਿਨ ਤੋਂ ਉੱਥੇ ਚੱਲ ਆਇਆ ਜਿਹੜਾ ਹੁਣ ਦੁੱਖ ਲੱਗ ਗਿਆ ਉਹਦਾ ਤਾਂ ਹੁਣ ਜਿਹੜਾ ਰੱਬ ਨੇ ਲਾਈ ਦਿੱਤਾ ਉਹਦਾ ਤਾਂ ਹੁਣ ਕੋਈ ਬਦਲ ਵੀ ਨਹੀਂ ਸਕਦਾ ਹੈਗਾ ਜਿੰਨੀ ਜਿਹਦੀ ਲਿਖੀ ਹੁੰਦੀ ਹੈ ਦੇਖ ਪਰ ਐਂ ਹੈਗਾ ਵੀ ਚੱਲ ਹਾਂ ਜਦੋਂ ਆਪਦੇ ਨਾਲ ਖੜ ਜਾਣ ਫਿਰ ਫਰਕ ਪੈ ਜਾਂਦਾ ਬਸ ਬਈ ਮੈਨੂੰ ਤਾਂ ਇੰਨਾ ਹੀ ਬਹੁਤ ਹੈ ਵੀ ਤੁਸੀਂ ਆ ਕੇ ਨਾ ਮੇਰੇ ਨਾਲ ਹੀ ਖੜ ਜਿਆ ਕਰੋ ਜਦੋਂ ਲੋੜ ਹੁੰਦੀ ਆ ਹੋਰ ਮੈਨੂੰ ਕਾਸੇ ਦੀ ਲੋੜ ਨਹੀਂ ਕੋਈ ਨਾ ਉਹਦੀ ਟੈਨਸ਼ਨ ਨਾ ਲੈ ਤੂੰ ਅਸ ਤਾਂ ਹਮੇਸ਼ਾ ਤੇਰੇ ਨਾਲ ਹੀ ਖੜੇ ਹਾਂਗੇ ਤੇਰਾ ਚੰਗਾ ਹੀ ਸੋਚਾਂਗੇ ਅਸੀਂ ਤਾਂ ਹੁਣ ਸਾਨੂੰ ਵੀ ਪਤਾ ਹੈਗਾ ਵੀ ਸਾਡੇ ਤੋਂ ਬਿਨਾਂ ਹੋਰ ਹੈ ਵੀ ਕੌਣ ਹੈ ਤੇਰਾ ਇੱਥੇ ਸਹੀ ਗੱਲ ਹੈ ਵੀਰੇ ਇਹੀ ਗੱਲ ਤਾਂ ਪੁੱਤ ਮੈਂ ਤੈਨੂੰ ਕਹਿਣੀ ਹੈ ਵੀ ਤੂੰ ਸਾਡੇ ਨਾਲ ਹੀ ਵਗ ਜਾ ਕੁਛ ਨਹੀਂ ਹੁੰਦਾ ਕੋਈ ਗੱਲ ਨਹੀਂ ਮੰਮੀ ਮੈਨੂੰ ਆਹ ਸਾਲ ਵੀ ਇਹਦਾ ਪੂਰਾ ਕਰ ਲੈਣ ਦੋ ਫਿਰ ਮੈਂ
ਉੱਥੇ ਹੁਣ ਤੇਰੀ ਭਰਜਾਈ ਤੈਨੂੰ ਸਭ ਕੁਛ ਤਿਆਰ ਕਰਕੇ ਦੇ ਦਿਆ ਕਰੂ, ਨਾਲ ਤੂੰ ਟੈਨਸ਼ਨ ਫ੍ਰੀ ਹੋ ਜਾਏਗੀ, ਇਕੱਲੀ ਪੜ੍ਹਾਈ ਕਿੰਨੀ ਧਿਆਨ ਲੱਗ ਜੂਗਾ ਤੇਰਾ। ਚੱਲ ਕੋਈ ਨਾ ਵੀਰੇ, ਫਿਰ ਸੋਚੂਗੀ ਮੈਂ। ਹਾਂ ਸੋਚ ਜ਼ਰੂਰ ਲਈ ਤੂੰ। ਹਾਂ ਕੋਈ ਗੱਲ ਨਹੀਂ, ਨਾਲੇ ਮੰਮੀ ਜਿਹੜੀ ਤੁਸੀਂ ਡਰ ਦੀ ਗੱਲ ਕਰਦੇ ਹੋ, ਆਪਦੇ ਘਰ ਕਾਹਦਾ ਡਰ ਆ। ਨਹੀਂ ਪੁੱਤ, ਫਿਰ ਵੀ ਇਕੱਲੇ ਬੰਦੇ ਦਾ ਬਾਹਲਾ ਔਖਾ ਹੋ ਜਾਂਦਾ। ਨਾ ਮੰਮੀ, ਮੈਨੂੰ ਤਾਂ ਕੋਈ ਔਖ ਨਹੀਂ ਹੈਗੀ, ਬਾਕੀ ਕੋਈ ਨਾ ਮੈਂ ਇੱਕ ਵਾਰੀ ਫਿਰ ਵੀ ਸੋਚ ਕੇ ਦੇਖੂੰਗੀ। ਚਲੋ ਥੋੜੇ ਦਿਨ ਤੁਹਾਡੇ ਕੋਲ ਆਏ, ਕਦੇ ਭੂਆ ਹੋਣਾ ਕੋਲ ਚੱਲ ਗਏ, ਆਈ ਮੇਰਾ ਟਾਈਮ ਲੰਘ ਜੂਗਾ। ਤੇ ਨਾ ਮੈਨੂੰ ਐਂ ਦੱਸ, ਤੇਰੀ ਚਾਚੀ ਵਰਗੀਆਂ ਆ ਜਾਂਦੀਆਂ ਇੱਧਰ? ਬਸ ਤੈਨੂੰ ਪਤਾ ਹੀ ਆ ਮੰਮੀ, ਕਦੇ ਕਦੇ ਮਾਰ ਜਾਂਦੀਆਂ ਨੇ ਗੇੜਾ, ਉਹਨਾਂ ਨੂੰ ਤਾਂ ਜਾਣ ਦੀ ਹੁਣ ਤੁਸੀਂ ਚੰਗੀ ਤਰ੍ਹਾਂ। ਹਾਂ ਇਹ ਤਾਂ ਹੈਗਾ ਹੀ ਹੈ, ਕੌਣ ਕਿਸੇ ਦਾ ਸ਼ਰੀਕ ਖੜਦਾ ਆ ਕੇ। ਪ੍ਰਗਟ ਤੂੰ ਵੀ ਜਾ ਆਈ ਬਈ, ਕਿਤੇ ਫਿਰ ਗੁੱਸਾ ਕਰਨਗੇ, ਹਨਾ? ਨਾ ਨਾ ਜਾ ਕੇ ਤਾਂ ਆਉਂਗਾ ਮੈਂ ਤਾਂ। ਹੋਰ ਮੈਂ ਤਾਂ ਪਹਿਲਾਂ ਤੇਰੇ ਕੋਲ ਹੀ ਆਇਆ ਸੀਗਾ, ਉਹਨਾਂ ਦਾ ਚੱਲ ਹੁਣ ਆਪਾਂ ਨੂੰ ਪਤਾ ਹੀ ਹੈਗਾ। ਹੁਣ ਭਾਬੀ ਇਹ ਦੇਖ ਲੈ, ਚਾਚੀ ਨੂੰ ਐ ਨਹੀਂ ਹੈਗਾ ਵੀ ਭਾਬੀ ਨੂੰ ਭੇਜਿਆ ਕਰਾਂਦੇ ਨੇ। ਹਾਂ ਇਹ ਮੇਰਾ ਜੀ ਲੱਗਿਆ ਰਹਿੰਦਾ ਤੇਰਾ ਨਿਆਣੀ ਦਾ, ਜਮਾ ਨਹੀਂ ਭੇਜਦੀ ਹੈਗੀ। ਚੱਲ ਆਪਾਂ ਨੂੰ ਕੀ ਆ, ਜਿਹੜਾ ਵਕਤ ਪਾਇਆ ਆਪ ਨੂੰ ਇਕੱਠਣਾ ਪਊਗਾ ਰੱਬ ਨੇ, ਹਨਾ? ਕੱਲੀ ਨੂੰ ਕਿਉਂ ਕਰਨਾ ਪਊਗਾ ਪੁੱਤ, ਅਸੀਂ ਤੇਰੇ ਨਾਲ ਹੈਗੇ। ਕੋਈ ਨਾ ਬਾਈ, ਮੰਮੀ ਬਸ ਮੇਰੇ ਵਾਸਤੇ ਤਾਂ ਇਹੀ ਬਹੁਤ ਆ। ਚਾਹ ਬਣਾ ਲਿਆ ਮੈਂ ਥੋੜੀ ਜਿਹੀ, ਆਪਾਂ ਤਾਂ ਗੱਲਾਂ ਗੱਲਾਂ 'ਚ ਭੁੱਲ ਹੀ ਗਏ। ਨਹੀਂ ਕੋਈ ਨਾ, ਬਣਾ ਲਾਂਗੇ, ਮੈਂ ਬਣਾ ਕੇ ਲਿਆਉਣੀ ਆ, ਤੁਸੀਂ ਗੱਲਾਂ ਕਰ। ਹੋਰ ਆਓ ਪੁੱਤ, ਕਿਵੇਂ ਆਏ ਸੀਗੇ? ਹੋਰ ਚਾਹ ਪਾਣੀ ਦੱਸੋ ਪਹਿਲਾਂ। ਬਸ ਸਰਪੰਚ ਸਾਹਿਬ, ਚਾਹ ਪਾਣੀ ਤਾਂ ਪੀਤਾ ਹੀ ਹੈ। ਮੈਨੂੰ ਇਹ ਦੱਸੋ ਤੁਸੀਂ, ਆਹ ਜਿਹੜੀ ਮੇਰੇ ਜੇਠ ਦੀ ਜ਼ਮੀਨ ਹੈ, ਚਲੋ ਤਾਂ ਮੁੱਕਣ ਵਾਲੀ ਤਾਂ ਮੁੱਕ ਗਈ, ਉਹ ਕੁੜੀ ਜੀ ਵੀ ਨਹੀਂ ਆਖੇ ਲੱਗਦੀ, ਤੇ ਹਰ ਸਾਲ ਸਾਡੀ ਜ਼ਮੀਨ ਆਪਣਾ ਜੀਵਨ ਲੈਂਦਾ ਹੁੰਦਾ, ਹੁਣ ਉਹ ਕੁੜੀ ਜੀ ਮੰਨਦੀ ਨਹੀਂ ਹੈਗੀ। ਕਿ ਕੀ ਇਹੋ ਜਿਹਾ ਤੁਸੀਂ ਸੱਚ ਪਾ ਰੱਖਿਆ ਗਾ, ਉਹ ਕਿਸੇ ਗੱਲ 'ਚ ਆਖੇ ਨਹੀਂ ਲੱਗਦੀ, ਥੂਹ ਕਿਹੜਾ ਵੱਜਦਾ ਤੁਹਾਡਾ ਉਹਨਾਂ ਕੋਲ ਵੱਜਦਾ ਗਾ, ਮੈਨੂੰ ਤਾਂ ਹਿਸਾਬ ਨਹੀਂ ਉਹਦਾ, ਇਹ ਕੀ ਗੱਲਬਾਤ ਹੋਈ ਜਾਂਦੀ ਹੈਗੀ। ਭਾਈ ਇਹ ਗੱਲਬਾਤ ਵਾਲੀ ਗੱਲ ਆ, ਉਹ ਮੈਨੂੰ ਜ਼ਮੀਨ ਕਹਿੰਦੇ ਠੇਕੇ ਤੇ ਲਾ ਦੇ ਤੇ ਮੈਂ ਲਾ ਦਿੰਦਾ ਗਾ। ਨਾ ਅਸੀਂ ਤਾਂ ਜੀਵਨ ਨੂੰ ਆਪਣਾ ਠੇਕਾ ਦਵਾਉਣੇ ਹੁੰਦੇ ਆ ਗਿਆ ਇਹ ਸਾਰਾ। ਉਹ ਭਾਈ ਤੁਸੀਂ ਜੀਵਨ ਨੂੰ ਲਵਾ ਦਿੰਦੇ ਸੀ, ਮੈਂ ਚੰਨੀ ਨੂੰ ਦੇ ਦਿੰਦਾ, ਇਹ 'ਚ ਕੀ ਗੱਲ ਹੋਈ? ਨਾ ਚੰਨੀ ਕੀ ਨੇੜੇ ਹੋ ਗਿਆ? ਉਹ ਨੇੜੇ ਵਾਲੀ ਗੱਲ ਨੀ ਭਾਈ, ਬਾਹਰ ਠੇਕੇ ਤੇ ਲਾਉਣਾ ਕਿਸੇ ਨੂੰ ਕੋਈ ਮਰਜ਼ੀ ਲੈ ਲੈ, ਇਹ 'ਚ ਕੀ ਗੱਲ ਹੁੰਦਾ? ਸਰਪੰਚ ਸਾਹਿਬ ਮੇਰੀ ਗੱਲ ਸੁਣੋ, ਤੁਹਾਨੂੰ ਪਤਾ ਨਹੀਂ ਹੈਗਾ ਉਹ ਸਾਡੀ ਜੇੜ ਦੀ ਜ਼ਮੀਨ ਹੈ ਮੰਮੀ ਦੀ, ਤੇ ਜਿਹੜੀ ਜ਼ਮੀਨ ਤੁਸੀਂ ਠੇਕੇ ਤੇ ਚੰਨੀ ਨੂੰ ਦੇਣ ਨੂੰ ਫਿਰਦੇ ਹੋ, ਉਹ ਤੁਸੀਂ ਸਾਨੂੰ ਨਹੀਂ ਦੇ ਸਕਦੇ? ਉਹ ਤਾਂ ਕੁਛ ਲੱਗਦਾ ਵੀ ਨਹੀਂ ਹੈਗਾ ਕੁੜੀ ਦਾ। ਉਹ ਭਾਈ ਇਹ ਜੇ ਗੱਲ ਰਾਣਾ ਹੁੰਦੀ ਹੁੰਦੀ ਆ, ਜੇ ਤੁਸੀਂ ਮੈਨੂੰ ਪਹਿਲਾਂ ਆ ਕੇ ਦੱਸੋਗੇ ਮੈਂ ਫੇਰ ਹੀ ਦੇਊਂਗਾ, ਹੁਣ ਮੈਨੂੰ ਕੀ ਪਤਾ ਜ਼ਮੀਨ ਕਿਹਨੂੰ ਦੇਣੀ ਕਿਹਨੂੰ ਨਹੀਂ। ਦੇਖ ਲੈ ਮੰਮੀ, ਪਹਿਲਾਂ ਆ ਕੇ ਕਿਉਂ ਦੱਸੇ? ਤੁਹਾਨੂੰ ਨਹੀਂ ਪਤਾ ਲੱਗਦਾ ਹੈਗਾ ਸਾਡੀ ਕੀ ਰਿਸ਼ਤੇਦਾਰੀ ਆ ਉਹਨਾਂ ਨਾਲ? ਨਹੀਂ ਬਗਾਨਾ ਸਾਨੂੰ ਨੇੜੇ ਹੋ ਗਿਆ, ਅਸੀਂ ਜਿਹੜੇ ਨੇੜੇ ਸੀ ਦੂਰ ਕਰਤੇ। ਉਹ ਕੋਈ ਭਾਈ ਮੈਂ ਦੂਰ ਨਹੀਂ ਕਰੀ, ਕੋਈ ਮੈਂ ਨੇੜੇ ਨਹੀਂ ਕਰੇ, ਮੈਨੂੰ ਸਾਰੇ ਇੱਕੋ ਜਿਹੇ ਆ। ਮੈਂ ਆਪਦਾ ਵਾਹਨ ਚੰਨੀ ਨੂੰ ਲਾਉਣਾ ਹੁੰਦਾ, ਨਾਲ ਹੀ ਮੈਂ ਉਹ ਵਾਹਨ ਲਾ ਦਿੰਦਾ। ਉਹ ਕਿਹੜਾ ਦੱਸਦੀ ਆ ਆਪਾਂ ਨੂੰ ਕੀ ਕਰਦੀ ਹੈਗੀ, ਪਤਾ ਨਹੀਂ ਕੀ ਗਿੱਟ ਮਿੱਟ ਕਰਦੇ ਰਹਿੰਦੇ ਹੋਗੇ, ਸਮਝ ਤੋਂ ਬਾਹਰ ਹੋਈ ਪਈ ਆ ਗੱਲ। ਹਰ ਵਾਰੀ ਤੁਹਾਡਾ ਉਹਦੇ ਕੋਲ ਲੱਗਦਾ ਕੁੜੀ ਕੋਲ ਗੇੜਾ, ਇਹੋ ਜਿਹੀ ਕਿਹੜੀ ਆਟੇ ਦੀ ਚੱਕੀ ਲੱਗੀ ਜਿਹੜੀ ਤੁਸੀਂ ਆਟਾ ਚੱਕਣ ਜਾਂਦੇ ਹੋ? ਉਹੀ ਭਾਈ ਤੇਰੀ ਸੱਸ ਆ ਗਈ ਸੁਣੀ ਜੀ, ਕੋਲੇ ਬੈਠੀ ਸੁਣੀ ਜਾਂਦੀ ਆ, ਐ ਨਹੀਂ ਮਾੜਾ ਮੋਟਾ ਧੀ ਨੂੰ ਸਮਝਾ ਦਿਆਂ? ਤੇ ਮੇਰੀ ਸੱਸ ਕੀ ਸਮਝਾਵੇ, ਸੱਸ ਨੂੰ ਵੀ ਪਤਾ ਹੀ ਹੈ ਤੇਰੇ ਲੱਛਣ ਕਿਹੋ ਜਿਹੇ ਨੇ। ਉਹ ਭਾਈ ਮੈਂ ਲੱਛਣਾਂ ਨੂੰ ਕੀ ਕਰਤਾ, ਤੁਸੀਂ ਤਾਂ ਹੀ ਤਾਂ ਚੜਦੇ ਜਾਂਦੇ ਹੋ, ਤੁਹਾਡੀ ਹੱਦ ਹੋ ਗਈ। ਤਾਂ ਹੀ ਬੂਥਾ ਚੱਕ ਕੇ ਕੁੜੀ ਕੋਲ ਜਾਂਦੇ, ਸ਼ਰਮ ਕਰ ਲੈ, ਮਾੜੀ ਮੋਟੀ ਦਾੜੀ ਆ ਰਹੀ ਹੈ ਤੇਰੇ। ਉਹ ਭਾਈ ਗੱਲ ਸੁਣ ਮੇਰੀ, ਜੇ ਮੈਂ ਕੁੜੀ ਕੋਲ ਜਾਣਾ, ਮੈਂ ਆਪਦੀ ਧੀ ਬਣਾਇਆ ਤਾਂ ਜਾਣਾਗਾ, ਆ ਤੂੰ ਗੱਲਾਂ ਕਿਵੇਂ ਕਰੀ ਜਾਂਦੀ ਆ? ਧੀ ਬਣਾਈਏ, ਸਾਨੂੰ ਕੀ ਪਤਾ ਵਿਚਲੀ ਗੱਲ ਕੀ ਹੈ, ਇਹ ਮੈਨੂੰ ਲੱਗਦਾ ਸਾਰੀਆਂ ਪੱਟੀਆਂ ਇਹੀ ਪੜਾਉਂਦਾ ਗਾ। ਤਾਂ ਹੀ ਤੇਰੇ ਮਗਰ ਲੱਗੀ ਹੋਈ ਹੈ ਵੀ ਸਰਪੰਚ ਨੂੰ ਕਹਿ ਕੇ ਮੈਂ ਜ਼ਮੀਨ ਦਾ ਦੇਖੂੰਗੀ ਕਿਹਨੂੰ ਦੇਣੀ ਹੈ ਕਿਹਨੂੰ ਨਹੀਂ। ਸੱਚੀ ਗੱਲ ਤਾਂ ਕਹਿੰਦੀ ਆ ਉਹ, ਤਾਂ ਹੀ ਤਾਂ ਸੱਚੀ ਗੱਲ ਤੇ ਮਿਰਚਾਂ ਲੱਗਦੀਆਂ ਇਹਨੂੰ। ਉਹੀ ਤਾਂ ਗੱਲ ਹੈ, ਵਿਸ਼ਵਾਸ ਨਾ ਜੀ ਕੋਈ ਚੀਜ਼ ਹੁੰਦੀ ਆ, ਉਹ ਮੇਰੇ ਤੇ ਵਿਸ਼ਵਾਸ ਕਰਦੀ ਆ। ਅੱਜ ਕੱਲ ਟਾਈਮ ਐਸਾ ਕੋਈ ਪੈਸੇ ਦਿੰਦਾ ਕੋਈ ਨਹੀਂ ਦਿੰਦਾ, ਤੁਸੀਂ ਹੋਰ ਹੀ ਗੱਲਾਂ ਬਣਾਈ ਜਾਂਦੇ ਹੋ। ਬਸ ਬਥੇਰੀਆਂ ਸੁਣ ਲਈਆਂ ਸਰਪੰਚ ਸਾਹਿਬ ਤੇਰੀਆਂ ਗੱਲਾਂ, ਕੁੜੀ ਨੂੰ ਬੁਲਾਓ, ਫੋਨ ਕਰੋ ਉਹਨੂੰ। ਹਾਂ ਮੈਂ ਉਹਨੂੰ ਕੱਲ ਨੂੰ ਤੂੰ ਕਹੇਂਗਾ ਵੀ ਮੈਂ ਕੁੜੀ ਦਾ ਵਿਆਹ ਵੀ ਆਪੇ ਕਰੂੰਗਾ, ਤੂੰ ਤਾਂ ਉਹ ਵੀ ਕਰਵਾ ਦੇਂਗਾ। ਲੈ ਭਾਈ ਜੇ ਆ ਗੱਲ ਆ, ਵਿਆਹ ਦੀ ਵੀ ਛੁੱਟੀਆਂ ਇਹ ਵੀ ਪੂਰੀ ਕਰ ਦੇਣਾ, ਵਿਆਹ ਵੀ ਹੁਣ ਉਹਦਾ ਮੈਂ ਚੰਨੀ ਨਾਲ ਹੀ ਕਰੂੰਗਾ। ਦੇਖ ਲੈ ਅਜੇ ਚੜ ਬੋਲਦਾ, ਜਿਹੜਾ ਜ਼ੋਰ ਲਾਉਣਾ ਲਾ ਲਿਓ, ਮੈਨੂੰ ਵੀ ਕੋਈ ਚਾਨਾ ਸਰਪੰਚ ਬਿਨਾ ਗੱਲਬਾਤ ਤੋਂ ਨਹੀਂ ਕਹਿੰਦਾ, ਸਰਪੰਚ ਆ ਜੀ ਹੁਣ ਪਕਾ ਕੇ ਦਿਖਾਊਗਾ, ਜਿੱਥੇ ਲੱਤਾਂ ਲਾਉਣੀਆਂ ਲਾ ਲਿਓ। ਦੇਖ ਲਾ, ਚੱਲ ਅੱਜ ਹੁਣ ਉਸ ਕੁੜੀ ਨੂੰ ਬੁਲਾ ਫੋਨ ਕਰਕੇ। ਲੈ ਮੈਂ ਹੁਣੇ ਬੁਲਾਉਣਾ, ਬੁਲਾ ਬੁਲਾਉਣਾ ਕੁੜੀ ਨੂੰ, ਇਦਾਂ ਹੱਦ ਹੀ ਪਾਰ ਕਰਤੀ। ਹੱਦ ਪਾਰ ਕਰਤੀ ਨਾਲੇ, ਹੋਰ ਹੱਦ ਪਾਰ ਹੋਣੀ ਹੈ, ਜ਼ਮੀਨਾਂ ਠੇਕੇ ਨੇ ਤੂੰ ਕਿਸੇ ਹੋਰ ਨੂੰ ਦੇਣਾ ਹੈ, ਇਹ ਨਹੀਂ ਦਿਖਦਾ ਰਿਸ਼ਤੇਦਾਰੀ ਸਾਡੀ ਨਿਕਲਦੀ ਆ। ਮੈਨੂੰ ਕਿੰਨਾ 5 ਸਾਲ ਹੋ ਗਏ ਸਰਪੰਚ ਕਰਦੇ ਨੂੰ, ਅੱਜ ਤੱਕ ਮੈਨੂੰ ਕੋਈ ਆਏ ਨਹੀਂ ਬੋਲਿਆ ਸੀਗਾ, ਜਿਹੜਾ ਮੈਂ 10 ਮਿੰਟਾਂ ਦੀ ਗੱਲਾਂ ਸੁਣ ਲਿਆ, ਤਾਂ ਹੀ ਤਾਂ ਚੜ੍ਹਦੇ ਜਾਂਦੇ ਹਾਂ। ਗੱਲਾਂ ਫਿਰ ਕੋੜੀਆਂ ਲੱਗਦੀਆਂ ਹੀ ਨੇ।
मार लगा मिंटी ला ला तेनू असि अंदर ना करवाया मेनू पता मैं की कुछ बोली जानी है कुड़िए असी तेरा की माड़ा करता दस मैं यकीन कर बैठी है तेरे सखे आ माड़ी मोटी का शर्म कर भाभी चुप कर जा शर्म तुसी करो नाले आ गल की करती जिन्ना मेनू रब ते यकीन आना ओने सरपंच साहब ते यकीन आ ओ मेरे बारे माड़ा नहीं सोचदे आहो यकीन ता आपे होना विच दा तू भी मिली फिरदी है सोना रली खानी की सच कोल के पायागा सरपंच सरपंच एक मिनट पुत एक पासे कहे ना तुसी अपने आ तुसी बोली किवें जाने आ इत्थे छोटा पता लग जांदा एक मिनट मेरी गल सुन ले सरपंच तू ते चुप करके बैठा रे कुड़ी गल दस जदों तेरी मां बीमार सी उदों तेरे नाल कौन खड़े आके मैं खड़ी आ नाल आके खा के बहू नु छड्या ते तू लग गई इह इल्जाम लाउण तेरी जमीन देवे ना देवे लड़न आली की गल लड़न आली की गल बना लो तू तो लाई दिती एक गल मेरी हुण तो होर मान ली तेरा रिश्ता अज मैं चन्नी ना करूंगा जमीन दिने तू रिश्ते बारे कहिंदी सी ना लै आ बैठे बैठे ने चन्नी ना करता तेनू अज बे मेरे बोल पकाउणे पैणगे बस तेरी मां नूं मैं मारिया बोल हुण तू अपने अखे तू मारिया मेनू नी पता भी रब लै गया बकवास करन दी लोड़ नी समझ गए ना मुंह शांत के गल कर तेन तो वड्डी है ठीक है रल मिले जमा बस चल ओ जाने जेठ दी धी है कोई गल नी सरपंच ने चक रखी है इन्हे चकी है जिनी चकी है ਜਦੋਂ ਤੇਰੀ ਮਾਂ ਬਿਮਾਰ ਸੀ ਉਦੋਂ ਕੌਣ ਖੜ ਗਿਆ ਸਰਪੰਚ ਖੜ ਗਿਆ ਨਾਲ ਕਦੀ ਨਾ ਲਾਇਆ ਤੂੰ ਇੱਕ ਦਿਨ ਤੂੰ ਨਹੀਂ ਮੇਰੀ ਮਾਂ ਨੂੰ ਮਾਰ ਗਈ ਇੱਕ ਦਿਨ ਮਾਂ ਨੂੰ ਮਾਰ ਗਈ ਲੱਗੀ ਮੱਥੇ ਤੇ ਉਹ ਚੁੱਪ ਰਹਿ ਆ ਤੂੰ ਹੀ ਬਲ ਦੁਆਰੇ ਕਰ ਚੱਲ ਭਾਈ ਚੱਲ
पढ़ी लिखी कुड़ी है बहू आई है पढ़ी लिखी देख लो चंद लाते एहजा सारी जिंदगी मैंने किसी ने बोलिया जरा दो मिनट च बोल के गल की दवाई ले लो बोलियां बोलियां तेन पता अज देख लिया कि हारन ता मार दिंदा पतंदरा ओए हारन मारन की है तू आप दी सैर ते जाके टुर बच्चा बनया टुरदा नाले आ जिहड़ी तू हवा च रहना ना मैं तुहानू दसा हवा कढ देनी है तेरी सारा दिन गलियां च गेड़े दिंदा फिरदा रहना माड़ा मोटा मोटरसाइकिल साइड ते करके तोर लै इहनू तेरिया अखा फुटिया फुटिया देख लै अखा औखा तां मिंट च ही ठीक कर दिंदे ने तुहानू दसा फिरदा तेरे वरगे बाले देखिया मैं देखिया तू नाले मेरी गल सुन ला आ जिहड़ी जमीन जी दे रोह च तू फिरदा ना इह तेरी धौं जी चलन नहीं देनी मैं तुहानू दसा ओ गल सुन ला जमीन दी जमीन मैं पैसिया नाल लैती है कोई फ्री नहीं लैती पैसिया नाल कहिंदी बै लै ली ठेके ते लैती है तू मैं तुहानू दसा ओ समझ ला बै ही है हुण तां मैं ही बाउणी आ सरपंच मेरे ते बड़ा यकीन करदा नाले मैं सरपंच ते आ जकीन जकून जे तां सारे उड जांदे हुंदे मैं तुहानू दसा आ जिहड़ा राह दींदा ना सीधे राह तुरिया कर ते सीधे राह आया कर समझ गया ना आ जिहड़ा तू जकीन जा पाली बैठा ते नाले वहम जा पाली बैठा इह टुटदे नूं तां 2 मिंट ही लगदे हुंदे मैं तुहानू दसा हुण गल सुन ला तू मेरी पहला मेरे बाण चों पानी नंघा भी लैंदा सी हुण नहीं नंघण दिंदा हुण तुपका पानी भी नंघा के दिखाई तू ओए आप लेखे तू पालना छड दे पानी पानी तेरे बाण वी दी नंघू इह तू याद रखी नाले तेनू पता किहदा बाण आ उह नाल दे गवांढियां दा मैं बाण बाउणा इह जैले दा बाण वी जिहड़ा तूं बाही जांदा ना इक दिन मैं बाहूं हिक दे जोर ते ओह पता मैनू ओहदा चाचा ओह नाले ओहदे चाचे दी जमीन आ मैनू पता ओह वी मैनू देणगे इक दिन ते तू ना छड़ाई ना मेरे मुंह ते ना तुक जमीन हां ओह तू बग जा इवें ना परौणा बणदा फिर बग जा लंघ जा तेरे बाद 3600 देखिया जमीन बाहूं चाचे दी ओहदे दी बागे ता देख ना ठूजे लाता तेनू ਵੱਡਾ ਆਇਆ ਸਰਪੰਚ ਬਾਈ ਆ ਗਿਆ ਆ ਗਿਆ ਆ ਗਿਆ ਤੰਨੀ ਬਜਾ ਆ ਗਿਆ ਇੱਕ ਮਿੰਟ ਆਇਆ ਹੋਰ ਬਾਈ ਕਿਵੇਂ ਠੀਕ ਹੈ ਵਧੀਆ ਤੂੰ ਦੱਸ ਕੀ ਰੌਲਾ ਪਾਈ ਬੈਠਾ ਜ਼ਮੀਨ ਪਿੱਛੇ ਉਹ ਰੌਲਾ ਫਾਇਦਾ ਹੈਗਾ ਉਹ ਆ ਗਿਆ ਤਾਂ ਬੋਲਣ ਦੇ ਨਹੀਂ ਪਤਾ ਹੱਦ ਹੋਈ ਪਈ ਅੱਧੇ ਕਲੋਕਣ ਤਾਂ ਦੁਨੀਆਂ 'ਚ ਹੁਣ ਪਤਾ ਲੱਗ ਗਿਆ ਵੀ ਲੜਾਈਆਂ ਕਿਉਂ ਪੈਂਦੇ ਲੋਕਾਂ ਦੇ ਘਰਾਂ 'ਚ ਉਹ ਮੈਨੂੰ ਬੋਲ ਗਿਆ ਸਰਪੰਚ ਨੂੰ ਹੋਰ ਕਿਹਨੂੰ ਬਖਸ਼ਣਗੀਆਂ ਉਹ ਚਲੋ ਤਾਂ ਸਾਡਾ ਉਹ ਮੈਨੂੰ ਵੀ ਮਿਲਿਆ ਸੀ ਕਿ ਨਾਲ ਦੀ ਜ਼ਮੀਨ ਨਹੀਂ ਉਹ ਚਾਚੇ ਦੀ ਠੇਕਾ ਨਹੀਂ ਲੈਂਦਾ ਮੁੰਡਾ ਜੀਵਣਾ ਆਹੋ ਉਹ ਆ ਕੇ ਮੈਨੂੰ ਬੋਲਣ ਜੇ ਲੱਗ ਗਿਆ ਪਤਾ ਮੈਂ ਜ਼ਮੀਨ ਲਊਂਗਾ ਤੂੰ ਕਿ ਉਹਨਾਂ ਨੇ ਬੜਾ ਕੁਛ ਲਾ ਪਾਇਆ ਕਰੇ ਜੀ ਗਿਆ ਜੀ ਮੈਂ ਤੂੰ ਚੁੱਪ ਕਰਕੇ ਬਹਿ ਆ ਤੇਰੇ ਵਰਗੇ 3600 ਮਿਲਦੇ ਆ ਮੈਨੂੰ ਪਤਾ ਨਹੀਂ ਵਾ ਕੀ ਹੋ ਜਾਂਦਾ ਸਾਂਝ ਚੋਂ ਗੱਲ ਬਾਹਰ ਆ ਉਹ ਤਾਂ ਤੂੰ ਸਾਡਾ ਇੱਕ ਨਾ ਮੈਂ ਜਿਹਦਾ ਆਪਾਂ ਬਾਹਰ ਲੈਂਦੇ ਹਾਂ ਠੇਕੇ ਦੀ ਰੀਤ ਦਾ ਉਹ ਕੁੜੀ ਨਾਲ ਰਿਸ਼ਤਾ ਕਰਤਾ ਦੇ ਰਹਾਂ ਸਰਪੰਚ ਇੱਕ ਵਾਰੀ ਪੁੱਛ ਤਾਂ ਲੈਂਦਾ ਜਿਹਨੂੰ ਮੈਨੂੰ ਵੀ ਮੈਂ ਆਪਦੇ ਮਾਂ ਪਿਓ ਨੂੰ ਪੁੱਛੂੰਗਾ ਉਹ ਪੁੱਛਣ ਦੀ ਗੱਲ ਆ ਕੁੜੀ ਸਿਆਣੀ ਆ ਵਧੀਆ ਪੜ੍ਹੀ ਲਿਖੀ ਆ ਤੇਰੇ ਤੇ ਮੇਰਾ ਜ਼ੋਰ ਹੈਗਾ ਇੰਨੀ ਵੀ ਨਹੀਂ ਮੰਨੇਗਾ ਤੂੰ ਮੇਰੀ ਹੁਣ ਸਰਪੰਚ ਆ ਤੇਰੀ ਗੱਲ ਮੰਨੂਗਾ ਪਰ ਘਰ ਵੀ ਰਾਇ ਕਰਨੀ ਹੁੰਦੀ ਆ ਕੋਈ ਨਹੀਂ ਘਰੇ ਰਾਇ ਕਰ ਲਈ ਜੇ ਘਰ ਦਗਾਣ ਲੱਗੇ ਤਾਂ ਮੈਨੂੰ ਦੱਸ ਦੀ ਮੈਂ ਕਿ ਆਉਂ ਘਰੇ ਜਾ ਕੇ ਕੋਈ ਕੱਚੀਆਂ ਗੱਲਾਂ ਕਰੀ ਜਾਣਾਗਾ ਸਰਪੰਚ ਆ ਮੈਂ ਕੱਚੀ ਗੱਲ ਨਹੀਂ ਕਰਦਾ ਕੋਈ ਅੱਜ ਕੱਲ ਤੈਨੂੰ ਪਤਾ ਹੈ ਮਾਂ ਪਿਓ ਨਾ ਜੇ ਮਾੜੀ ਗੱਲ ਤੇ ਉਹਦੀ ਭੜਕ ਉੱਠਣੀ ਮੇਰੀ ਗੱਲ ਸੁਣ ਮੈਂ ਤੈਨੂੰ ਆਇਆ ਕਹਿਣਾਗਾ ਜੇ ਕੁੜੀ ਸਮਝਦਾਰ ਆ ਕੁੜੀ ਸਿਆਣੀ ਆ ਅਜੇ ਗੱਲ ਆ ਜੇ ਕੁੜੀ ਕੋਲ ਜ਼ਮੀਨ ਆਉਂਦੀ ਆ ਇੱਥੋਂ ਤੂੰ ਰੱਬ ਹੋਰ ਇੱਦੋਂ ਕੀ ਮਾਰ ਦਾਂਗਾ ਉਹ ਸਰਪੰਚਾ ਜ਼ਮੀਨ ਨੂੰ ਮੈਂ ਕੀ ਕਰਨਾ ਉਹ ਜ਼ਮੀਨ ਨੂੰ ਮਾਰ ਗੋਲੀ ਯਾਰ ਤੂੰ ਐਂ ਦੇਖ ਅੱਜ ਕੱਲ੍ਹ ਜਿਹੜੀਆਂ ਕੁੜੀਆਂ ਸਿਆਣੀਆਂ ਹੁੰਦੀਆਂ ਗਿਆ
ਸਮਝਦਾਰ ਹੁੰਦੀਆਂ ਗਿਆ ਉਹ ਕੋਈ ਕੋਈ ਕੁੜੀ ਮਿਲਦੀ ਆ ਇਹ ਕੁੜੀ ਨੇ ਆਪਦਾ ਘਰ ਚੱਕਿਆ ਹੈਗਾ ਜੇ ਚਾਹੀਦੇ ਨਾ ਅੱਜ ਨੂੰ ਕਿਤੇ ਮਰਜ਼ੀ ਜਾ ਕੇ ਬਹਿ ਜਾਂਦੀ ਗੱਲਾਂ ਹੀ ਸੋਚਣ ਵਾਲੀਆਂ ਹੁੰਦੀਆਂ ਗਿਆ ਉਹ ਸਰਪੰਚਾ ਜੇ ਘਰੇ ਜਾ ਕੇ ਮੈਂ ਦੱਸੂੰਗਾ ਨਾ ਵੀ ਮੈਂ ਉਹ ਕੁੜੀ ਨਾਲ ਰਿਸ਼ਤਾ ਕਰਦਾ ਉਹਦੀ ਮਾਂ ਪਿਓ ਕਹਿ ਦੇਣਗੇ ਤੂੰ ਲਵ ਮੈਰਿਜ ਕਰਾਈ ਨਾ ਗੱਲ ਜਾ ਕੇ ਤੂੰ ਕਰ ਲਈ ਉਹ ਚੱਲ ਮੈਂ ਕਹਿ ਦੂੰਗਾ ਯਾ ਗੱਲ ਲੱਗਦੀ ਤੇ ਹੋਰ ਉਹਦੀ ਕਹਿਣਗੇ ਤੂੰ ਲਵ ਮੈਰਿਜ ਕਰਾਉਣਾ ਪਿਆ ਸਰਪੰਚ ਵਿਚੋਲਾ ਪਾ ਲਿਆ ਉਲਟ ਪਾਸੇ ਹੋ ਜਾਂਦੇ ਮਾਂ ਪਿਓ ਬਾਅਦ ਫਿਰ ਕਲੇਸ਼ ਰੱਖੀ ਜਾਊ ਮਾਂ ਚੱਲ ਆਪਾਂ ਚੁੰਨੀ ਚੜਾਵਾ ਕਰਾਂਗੇ ਦੋ ਦਿਨ ਉਹਨੂੰ ਲੈ ਕੇ ਆਉਣੀ ਆ ਮੈਂ ਕਦੇ ਆਪੇ ਕਹਿ ਦੂੰ ਤੁਹਾਡੇ ਮੈਂ ਬਾਹਰ ਲੰਮਾ ਚੌੜਾ ਕੰਮ ਨਹੀਂ ਪਾਉਂਦੇ ਹੁਣ ਧਾੜੀ ਵਾਲਾ ਕੰਮ ਹੋਇਆ ਪੈਸੇ ਬਸ ਦੇਖ ਸਰਪੰਚ ਆਪਾਂ ਕਰੀ ਚੁੰਨੀ ਚੜਾਵਾ ਉਹ ਕਰੀ ਵਿਆਹ ਮੈਨੂੰ ਕੋਈ ਫਰਕ ਨਹੀਂ ਪੈਂਦਾ ਗੱਲ ਐ ਆ ਜਾਂਦੀ ਮਾਂ ਪਿਓ ਤੇ ਗੱਲ ਮਾਂ ਪਿਓ ਨਾਲ ਤੂੰ ਕਰਨੀ ਆ ਉਹ ਕੋਈ ਨਹੀਂ ਤੇਰਾ ਮਾਂ ਪਿਓ ਕਿਹੜਾ ਮੇਰੇ ਤੋਂ ਬਾਹਰ ਆ ਸਾਰਾ ਕੰਮ ਤਾਂ ਮੇਰੇ ਪੁੱਛ ਕੇ ਕਰਦੇ ਆ ਉਹ ਤਾਂ ਮੇਰੀ ਜਮੀਨ ਟਾਲਦੇ ਬਸ ਠੀਕ ਆ ਮੈਨੂੰ ਤੇਰੀ ਗੱਲ ਮਨਜ਼ੂਰ ਆ ਬਸ ਫਿਰ ਤੂੰ ਆਪਦੀ ਤਿਆਰੀ ਕਰ ਚੱਲ ਕੇ ਕੋਈ ਗੱਲ ਨਹੀਂ ਇਹਦਾ ਕੰਮ ਹੋ ਗਿਆ ਸਮਝ ਤੂੰ ਬਸ ਠੀਕ ਆ ਸਮਝ ਗਿਆ ਗੱਲ ਜੇ ਹੋਰ ਕੋਈ ਗੱਲਬਾਤ ਐਵੇਂ ਨਾ ਕਿਸੇ ਨਾਲ ਬੋਲੀ ਉਹਨੇ ਮੈਨੂੰ ਐਂ ਕਹਿਤਾ ਉਹਨੇ ਮੈਨੂੰ ਐਂ ਕਹਿਤਾ ਇਹ ਤਾਂ ਬਸ ਸਾਰੇ ਜਣੇ ਖਲਿਆਰ ਨੂੰ ਫਿਰਦੇ ਆ ਐਵੇਂ ਕਿਸੇ ਨਾਲ ਲੜ ਪਏ ਮਾੜੀ ਮੋਟੀ ਗੱਲ ਤੇ ਬਸ ਆ ਚੁੱਪ ਹੀ ਰਹੀ ਉਹ ਤਾਂ ਠੀਕ ਆ ਤੇਰੀ ਗੱਲ ਸਹੀ ਆ ਹਾਂ ਪਹਿਲਾਂ ਮੈਂ ਲੜਨ ਲੱਗਾ ਸੀ ਬਾਅਦ ਚ ਮੈਂ ਸੋਚ ਗਿਆ ਉਹ ਲੜਾਂਗਾ ਕੀ ਆ ਇੱਥੇ ਰਹਿ ਜੂ ਸਾਰਾ ਕੁਝ ਜ਼ਮੀਨਾਂ ਵੀ ਇੱਥੇ ਰਹਿ ਜਾਣਗੀਆਂ ਹੋਰ ਬਾਅਦ ਚ ਮੈਂ ਉਹਦੇ ਵੱਜ ਜਾਂਦੀ ਜਾਂ ਮੇਰੇ ਵੱਜ ਜਾਂਦੀ ਗੱਲ ਉਹ ਠਾਣੋ ਠਾਣੀ ਹੋ ਜਾਂਦੇ ਚਾਰ ਪੈਸੇ ਉਹਦੇ ਲੱਗਦੇ ਚਾਰ ਪੈਸੇ ਮੇਰੇ ਲੱਗਦੇ ਉਹ ਮੈਂ ਲੈਣ ਚੁੱਪ ਕਰ ਗਿਆ ਮੇਰੀ ਗੱਲ ਸੁਣ ਲਾ ਮੈਂ ਲੈਣ ਚ ਨਹੀਂ ਦੇਣ ਚ ਨਹੀਂ ਉਹ ਗਾਹਾਂ ਮੈਂ ਪਤਾ ਮੈਨੂੰ ਕੀ ਬੋਲੀ ਆ ਕਿ ਉੱਥੇ ਘਾਟੇ ਵਾਲੀ ਚੱਕੀ ਲੱਗੀ ਵੀ ਆ ਤੂੰ ਉਹਨਾਂ ਦੇ ਘਰ ਆਟਾ ਚੱਕਣ ਜਾਣਾ ਹੁਣ ਪਾਈ ਪੈੜੀ ਗੇੜੇ ਮਾਤਾ ਉਹ ਲੋਕਾਂ ਦੀ ਹੱਦ ਹੋਈ ਪਈ ਆ ਵੀ ਆਟੇ ਵਾਲੀ ਚੱਕੀ ਤੇ ਜਾਣਾ ਹੁੰਦਾ ਜਿਹੜਾ ਮਾਨ ਹੋ ਕੇ ਤੇ ਜਾ ਹੀ ਨਹੀਂ ਸਕਦਾ ਬੰਦਾ ਦੇ ਸਰਪੰਚ ਆ ਲੋਕਾਂ ਦੀ ਸੋਚਣ ਸ਼ਕਤੀ ਬਾਲੀ ਉਲਟਾ ਜੇ ਭੈਣ ਭਰਾ ਵੀ ਜਾਣਗੇ ਨਾ ਮੋਟਰਸਾਈਕਲ ਤੇ ਤਾਂ ਵੀ ਕਹਿਣਗੇ ਉਹ ਆਪਦੀ ਮਸ਼ੂਕ ਨੂੰ ਲਈ ਜਾਂਦਾ ਦੇਹਰਾ ਦਾਤੀ ਦੇ ਇੱਕ ਪਾਸੇ ਦੰਦੇ ਹੁੰਦੇ ਆ ਤੇ ਦੁਨੀਆ ਦੇ ਦੋ ਪਾਸੇ ਹੁੰਦੇ ਆ ਕਿਸੇ ਪਾਸੇ ਵੀ ਨਹੀਂ ਮਾਨ ਹੁੰਦੇ ਜਿਹੜੇ ਮੇਰੇ ਕੋਲੇ ਆਂਗਾ ਸੀ ਮੈਨੂੰ ਤਾਂ ਚਾਰ ਸਪੇਰੇ ਦੰਦੇ ਲੱਗੇ ਇਹਨਾਂ ਦੇ ਜਿਹੜੇ ਸਾਹਮਣੇ ਬੋਲਦੇ ਆ ਸੀਗੇ ਦੇਖ ਲੈ ਜੇ ਮੰਨ ਲਓ ਕੋਈ ਭੁੱਖਾ ਮਰਦਾ ਆਊਗਾ ਤੇ ਕਹਿਣਗੇ ਕੰਮ ਨਹੀਂ ਕਰਦਾ ਜੇ ਖਾਣ ਲੱਗ ਜੂ ਇਹਨੂੰ ਦੋ ਨੰਬਰ ਦੇ ਪੈਸੇ ਆਉਣ ਲੱਗ ਗਏ ਐ ਕਰਦੇ ਆ ਲੋਕ ਤੇ ਉਹ ਆ ਗੱਲ ਤੇ ਤੇਰੀ ਠੀਕ ਆ ਪੁੱਤ ਗੱਲ ਤਾਂ ਮੈਂ ਇਹ ਕਰਦਾ ਵੇਖੋ ਕੁੜੀ ਕਰਲੀ ਸੀ ਮੇਰੇ ਤੇ ਵਿਸ਼ਵਾਸ ਕਰਦੀ ਸੀ ਅੱਜ ਕੱਲ੍ਹ ਟਾਈਮ ਮਾੜਾ ਇਸ ਲੋਕਾਂ ਨੇ ਕਿੱਡੀ ਗੱਲ ਬਣਾਈ ਲੈ ਲੋੜਾ ਆਇਆ ਪਿਆਗਾ ਹੱਦ ਹੋਈ ਪਈ ਆ ਡੇਡੇ ਰਿਸ਼ਤੇ ਨਾਤੇ ਨੂੰ ਆਹੋ ਕਰਨਾ ਚੱਲ ਠੀਕ ਹੈ ਸਰਪੰਚ ਆ ਮੈਂ ਹੁਣ ਜਾਣਾ ਤੇ ਮੈਂ ਪਾਣੀ ਜਿਹਾ ਲੈਣ ਵਾਰੀ ਆ ਨਾਲੇ ਤੇ ਨਾਲੇ ਤੂੰ ਮੇਰੇ ਘਰੇ ਜਾ ਆਏ ਉਹ ਘਰੇ ਤਾਂ ਮੈਂ ਜਾਇਆ ਹੂੰ ਬਸ ਠੀਕ ਚੰਗਾ ਦੇਖ ਮੁੰਡਾ ਕਿੰਨਾ ਸਿਆਣਾ ਗਾ ਕਿੰਨੀ ਅਗਲਾ ਕਹਿੰਦਾ ਜ਼ਮੀਨ ਆਉਂਦੀ ਹੈ ਰਿਸ਼ਤਾ ਭੱਜ ਕੇ ਲੈ ਲੈਣੇ ਫਿਰ ਵੀ ਕਿਹਾ ਮੇਰੇ ਮਾਂ ਪਿਓ ਨਾਲ ਗੱਲ ਕਰ ਲਾ ਆਹ ਹੁੰਦਾ ਚੰਗੇ ਬੰਦੇ ਦਾ ਤੇ ਚੰਗੇ ਸੰਸਕਾਰਾਂ ਦਾ ਇਹਨੂੰ ਕਹਿੰਦੇ ਚੰਗੇ ਸੰਸਕਾਰ ਆ ਬੈਠਾ ਮੇਰਾ ਪੁੱਤ ਸਤਿ ਸ਼੍ਰੀ ਅਕਾਲ ਸਰਪੰਚ ਸਤਿ ਸ਼੍ਰੀ ਅਕਾਲ ਪੁੱਤ ਚਾਹ ਪਾਣੀ ਹਾਂਜੀ ਮੈਂ ਕਾਹੇ ਲੋਣ ਨਹੀਂ ਮੈਂ ਤੇਰੇ ਕੋਲ ਆਇਆ ਸੀਗਾ ਉਧਰ ਮੈਂ ਗੱਲ ਕਰ ਲਈ ਮੁੰਡਿਆਂ ਨਾਲ ਠੀਕ ਆ ਪਹਿਲਾਂ ਮੁੰਡੇ ਨੂੰ ਘਰੇ ਬੁਲਾਇਆ ਸੀਗਾ ਮੁੰਡਾ ਵੀ ਦੇਖ ਕੇ ਇੰਨਾ ਸਿਆਣਾ ਗਾ ਕਹਿੰਦਾ ਮੇਰੇ ਮਾਂ ਪਿਓ ਨਾਲ ਗੱਲ ਕਰ ਲਾ ਫਿਰ ਮੈਂ ਮਾਂ ਪਿਓ ਨਾਲ ਵੀ ਕਰ ਲਈ ਗੱਲ ਠੀਕ ਆ ਸਾਰਾ ਉਸ ਕਰ ਲਾ ਬਸ ਤੂੰ ਆਦਾ ਕਰ ਲਈ ਤਿਆਰ ਰਹੀ ਤੂੰ ਕੁਛ ਨਹੀਂ ਕਰਨਾ ਹੋਰ ਉਹ ਤਾਂ ਸਰਪੰਚ ਸਾਹਿਬ ਠੀਕ ਹੈ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਆ ਪਰ ਉਸ ਦਿਨ ਤਾਂ ਮੈਂ ਚਾਚੀ ਤੇ ਭਾਬੀ ਸਾਹਮਣੇ ਬੋਲੀ ਨਹੀਂ ਮੇਰੀ ਇੱਕ ਸ਼ਰਤ ਆ ਹਾਂ ਦੱਸ ਪੁੱਤ ਕੀ ਗੱਲ ਆ ਦੱਸ ਮੈਨੂੰ ਤੁਸੀਂ ਮੁੰਡੇ ਨਾਲ ਗੱਲ ਕਰ ਲਓ ਵੀ ਉਹ ਘਰ ਜਵਾਈ ਬਣ ਕੇ ਰਹੇ ਮੈਂ ਘਰ ਛੱਡ ਕੇ ਨਹੀਂ ਜਾ ਸਕਦੀ ਉਹ ਜਿਵੇਂ ਦੀ ਕੋਠੀ ਕਹੂ ਆਪਾਂ ਇੱਥੇ ਹੀ ਪਾ ਲਾਂਗੇ ਪਰ ਮੈਂ ਇੱਥੇ ਹੀ ਰਹਿਣਾ ਮੈਂ ਆਪਣੇ ਮਾਂ ਪਿਓ ਦੀ ਯਾਦਾਂ ਛੱਡ ਕੇ ਨਹੀਂ ਜਾ ਸਕਦੀ ਉਹ ਪਤਾ ਤੇਰੀ ਗੱਲ ਤਾਂ ਠੀਕ ਆ ਪਹਿਲਾਂ ਵੀ ਨਹੀਂ ਤੂੰ ਘਰ ਛੱਡਿਆ ਨਾ ਕਿਤੇ ਰਿਸ਼ਤੇਦਾਰੀ 'ਚ ਗਈ ਆ ਪਰ ਮੈਨੂੰ ਪਤਾ ਤੇਰੇ ਮਨ 'ਚ ਕੀ ਚੱਲੀ ਜਾਂਦਾ ਕੋਈ ਗੱਲ ਨਹੀਂ ਉਹ ਦੋ ਭਰਾ ਆ ਗਏ ਠੀਕ ਆ ਉਹ ਕਹਿ ਕੇ ਆਪਾਂ ਉਹਨੂੰ ਇੱਥੇ ਰੱਖ ਦਿਆਂਗੇ ਇਹ ਕਿੱਡੀ ਗੱਲ ਆ ਗਈ ਲੈ ਇੰਨੀ ਆ ਵੀ ਆਪਾਂ ਤੇਰੀ ਗੱਲ ਪਕਾ ਦਿਆਂਗੇ ਆਪਣੇ ਉਹ ਇੱਕ ਇੰਚ ਨਹੀਂ ਟਾਲਦੇ ਠੀਕ ਆ ਕੋਈ ਗੱਲ ਨਹੀਂ ਮਾਪੀ ਕਹਿ ਦੂੰਗਾ ਤੂੰ ਆਪਦੀ ਤਿਆਰੀ ਕਰ ਇਹ ਗੱਲ ਤੂੰ ਮੇਰੇ ਤੇ ਛੱਡ ਦੇ ਆਪਾਂ ਉਹਨੂੰ ਇੱਥੇ ਰੱਖ ਲਾਂਗੇ ਕਿ ਮੁੰਡਾ ਆਪਾਂ ਤਾਂ ਇੰਚ ਵੀ ਬਾਹਰ ਨਹੀਂਗਾ ਬਸ ਠੀਕ ਹੈ ਸਰਪੰਚ ਸਾਹਿਬ ਬਸ ਠੀਕ ਹੈ ਤੂੰ ਆਪਦੀ ਤਿਆਰੀ ਰੱਖ ਤੇ ਹੋਰ ਸਾਰਾ ਕੁਝ ਮੈਂ ਆਪੇ ਦੇਖ ਲੂੰਗਾ ਠੀਕ ਹੈ ਪੁੱਤਾ ਠੀਕ ਹੈ ਮੈਂ ਤੈਨੂੂੰ ਕਹਿ ਨਹੀਂ ਆਇਆ ਸੀ ਮਾੜਾ ਜਿਹਾ ਮੈਂ ਚੱਲ ਮੈਂ ਭੱਜ ਕੇ ਚਾਹ ਲਿਆ ਮੈਂ ਜੀ ਥੋੜੀ ਨਾ ਨਾ ਕਾਹਦੀ ਲੋੜ ਨਹੀਂ ਚਾਹ ਤਾਂ ਹੁਣ ਆਪਾਂ ਉਹਦੀ ਪੀਵਾਂਗੇ ਬਸ ਤੂੰ ਆਪਦੀ ਤਿਆਰੀ ਕਰ ਮਾੜੀ ਜੀ ਠੀਕ ਹੈ ਤੇਰੀਆਂ ਬਾਹਾਂ 'ਚ ਚੂੜਾ ਕਿੰਨਾ ਸੋਹਣਾ ਲੱਗਦਾ ਹਰੀਤ ਸੱਚੀ ਹਾਂ ਤੇਰੀ ਮਾਮੇ ਦੀ ਪਸੰਦ ਦੇ ਕਿੰਨੀ ਘੈਂਟ ਆ ਚਲੋ ਛੱਡੋ ਪਰਾ ਚੂੜੇ ਨੂੰ ਮਾਰੋ ਗੋਲੀ ਮੈਨੂੰ ਐ ਦੱਸੋ ਤੁਹਾਡਾ ਜੀ ਲੱਗ ਗਿਆ ਇੱਥੇ ਉਹ ਜੀ ਤੇ ਲੱਗ ਗਿਆ ਮੇਰਾ ਮੇਰਾ ਕਿਹੜਾ ਪਿੰਡ ਵਾਲੀ ਦੂਰ ਆਹ ਤੇ ਪਿੰਡ ਰਿਹਾ ਨਾਲ ਖੇਤ ਜਾਣਾ ਹੁਣ ਉਧਰ ਘਰੇ ਜਾ ਆਉਣਾ ਹਾਂ ਇਹ ਵੀ ਹੈਗਾ ਪਰ ਫਿਰ ਵੀ ਇੱਕ ਵਾਰੀ ਘਰ ਛੱਡਣਾ ਤਾਂ ਔਖਾ ਲੱਗਦਾ ਹੀ ਆ ਔਖਾ ਤਾਂ ਲੱਗਦਾ ਹੀ ਰੀਤ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਾਂ ਮੰਮੀ ਹੁਣਾਂ ਨੂੰ ਮਿਲਿਆ ਕਰਾਂਗੇ ਹਾਂ
ਬਾਲੇ ਗਰਮ ਜੇ ਹੋਏ ਬੈਠੇ ਹੋ ਗਰਮ ਤਾਂ ਭਾਈ ਇਸ ਤਰ੍ਹਾਂ ਤੁਹਾਨੂੰ ਵਧਾਈਆਂ ਦੇਣ ਆਏ ਨਾਲੇ ਮੈਂ ਇਹਨੂੰ ਦੱਸ ਕਹਿਣ ਆਈ ਆ ਸ਼ਰੀਕੇ ਚ ਵਧੀਆ ਨੱਕ ਵਧਾਤਾ ਲੱਗ ਕੇ ਰਹੀ ਸਰਪੰਚ ਦੇ ਮਗਰ ਚਾਚੀ ਮੈਂ ਕਿਹੜਾ ਭੱਜ ਕੇ ਵਿਆਹ ਕਰਵਾਇਆ ਕਰਵਾਇਆ ਤਾਂ ਵਿਆਹ ਹੀ ਆ ਨਾ ਸਾਡੇ ਨਾਲ ਤਾਂ ਇਤੂ ਕਸਰ ਨਹੀਂ ਛੱਡੀ ਕੋਈ ਤੇ ਤੁਸੀਂ ਕਿਹੜਾ ਮੇਰੇ ਨਾਲ ਭਤੀਜੀਆਂ ਵਾਲੀ ਕਸਰ ਛੱਡੀ ਆ ਕੋਈ ਦੇਖ ਲਾ ਆਪਣੀ ਸਮਝਦੇ ਨਾ ਆਪਣੇ ਹੱਥੀ ਵੀ ਆਉਂਦੇ ਕੀ ਲੋੜ ਸੀ ਸਰਪੰਚ ਨੂੰ ਮੇਰਾ ਵਿਆਹ ਕਰਨ ਦੀ ਤੁਹਾਨੂੰ ਤਾਂ ਤੂੰ ਸਿੱਟਦਾ ਪਿੱਛੇ ਸਿੱਟਦਾ ਸਾਨੂੰ ਤਾਂ ਰੱਖੇ ਨਹੀਂ ਆਵੇ ਬਣਾ ਕੇ ਆਪਦਾ ਬਣਾ ਕੇ ਨਹੀਂ ਰੱਖਿਆ ਤੂੰ ਸਾਨੂੰ ਚਾਚੀ ਸਰਪੰਚ ਨਾ ਮੇਰੇ ਨਾਲ ਪਿਓ ਮੰਗੋ ਖੜਿਆ ਤੇ ਤੁਸੀਂ ਦੇਖ ਲਓ ਕੀ ਕੁਛ ਬੋਲਦੇ ਸੀ ਉਹਦੇ ਬਾਰੇ ਨਾ ਸਾਨੂੰ ਪਤਾ ਨਹੀਂ ਕੁੜੀਏ ਸਾਡਾ ਮੂੰਹ ਨਾ ਖੁੱਲਵਾ ਠੀਕ ਹੈ ਤੂੰ ਐਂ ਕਰ ਭਾਬੀ ਅੱਜ ਮੂੰਹ ਖੋਲ ਹੀ ਦੇ ਦੇਖੀ ਜਾਊਗੀ ਜਿਹੜਾ ਕੁਛ ਬਣੂਗਾ ਨਾ ਉਹਦੇ ਘੱਟ ਸੁਣੀਆਂ ਨੇ ਜਿਹੜਾ ਅੱਜ ਹੋਰ ਸੁਣਨੇਗੀ ਸਾਡੇ ਤੋਂ ਦੇ ਭਾਬੀ ਆ ਬੋਲਣ ਦੀ ਲੋੜ ਨਹੀਂ ਇਹ ਮੇਰਾ ਘਰ ਹੈ ਤੇਰਾ ਘਰ ਹੈ ਓਹੋ ਹੋ ਤੂੰ ਬੇਦਾ ਬੇਦਾ ਤੂੰ ਵੀ ਬੈਠਾ ਰਹੇ ਤੇਰੀ ਵੀ ਗੱਲ ਸੁਣਾ ਦਿੰਦੇ ਆ ਜੇ ਤੇਰਾ ਘਰ ਹੁੰਦਾ ਨਾ ਇੱਥੇ ਘਰ ਜਵਾਈ ਨਾ ਬਣਦਾ ਤੂੰ ਜੇ ਕੋਈ ਦਾ ਸਹਾਰਾ ਬਣ ਗਿਆ ਇਹ ਕੀ ਗਲਤ ਗੱਲ ਹੈ ਤੁਹਾਡੇ ਵਾਂਗੂ ਜ਼ਮੀਨ ਦਬਦਾ ਨਹੀਂ ਮੈਂ ਸਾਰਾ ਪਤਾ ਮੈਨੂੰ ਚਾਚੀ ਟਕੀਰਾ ਮੈਨੂੰ ਸਾਰਾ ਕੁਛ ਪਤਾ ਸਾਰੀ ਰਿਪੋਰਟਿੰਗ ਆ ਕੈਮਰਾ ਲੱਗਿਆ ਹੋਇਆ ਕਦੋਂ ਦਵਾਈ ਡੋਲਦੀ ਸੀ ਟਕੀਰਾ ਦੇਖ ਲੈ ਭਾਬੀ ਮੈਂ ਸਰਪੰਚ ਨੇ ਲਵਾਇਆ ਸੀ ਕੈਮਰਾ ਉੱਥੇ ਮਾਂ ਤੇਰੇ ਕਰਕੇ ਮਰੀ ਆ ਭਾਈ ਮੇਰੀ ਗੱਲ ਸੁਣੋ ਉਹ ਦਵਾਈ ਤਾਂ ਮਾਂ ਮੈਂ ਤਾਂ ਡੋਲੀ ਸੀ ਐਕਸਪਾਇਰੀ ਡੇਟ ਹੋਈ ਪਈ ਸੀ ਵੀ ਕਿਤੇ ਤਾਈ ਨਾ ਉਈ ਨਾ ਇਹ ਪੜੀ ਲਿਖੀ ਹੈ ਮੇਰੀ ਨੂੰ ਆ ਫੜਾ ਇਲਜ਼ਾਮ ਲਾਤਾ ਤੂੰ ਹਾਂ ਉਹ ਤਾਂ ਦਿਖਦੀ ਹੈ ਚਾਚੀ ਵੀ ਕਿੰਨਾ ਕੁ ਪੜੀ ਲਿਖੀ ਆ ਆ ਥੋੜੇ ਤੂੰ ਵੀ ਬੁਢੇਪੇ ਚ ਆਉਣਾ ਮੜਾ ਜਾ ਬਚ ਕੇ ਰਹੀ ਚਾਚੀ ਟਕੀਰਾ ਤੇਰੀ ਨੂੰ ਸਜ਼ਾ ਆਉਣੀ ਸੀ ਇਹ ਤਾਂ ਰੀਤ ਦੀ ਭਲੀ ਮਾਨਸੀ ਹੈ ਕਿਹੜੀ ਚੁੱਪ ਕਰ ਗਈ ਕਹਿੰਦੇ ਸਾਡੇ ਆਪਣੇ ਆ ਨਹੀਂ ਮੇਰੀ ਭਾਬੀ ਦੀ ਬੇਇੱਜ਼ਤੀ ਹੋਊਗੀ ਹੁਣ ਦੱਸ ਮਾੜਾ ਕੌਣ ਆ ਤੇ ਚੰਗਾ ਕੌਣ ਆ ਦੇਖ ਲਾ ਲੱਡੂ ਖਾਣ ਵਾਲੀ ਸ਼ਕਲ ਵੀ ਹੋਣੀ ਚਾਹੀਦੀ ਆ ਦੇਖ ਲਾ ਪਤਾ ਲੱਗ ਗਿਆ ਕਰਤੂਤ ਦਾ ਇਹਨਾਂ ਦਾ ਹਾਂ ਉਹ ਤਾਂ ਮੈਂ ਹੀ ਸੋਚ ਗਈ ਵੀ ਚੱਲ ਕੋਈ ਨਾ ਭਰਜਾਈ ਆ ਭੈਣਾਂ ਵਰਗੀ ਆ ਵੀ ਕਾਹਨੂੰ ਇਹਦੀ ਬੇਇੱਜ਼ਤੀ ਕਰਾਉਣੀ ਆ ਤੇ ਟਿਕਦੀ ਨੀ ਹੈਗੀ ਜਿੰਨਾ ਚਿਰ ਇਹਨਾਂ ਉੱਤੇ ਨਾ ਹੋਈ ਹੈ ਨਾ ਉਹਨਾਂ ਚਿਰ ਟਿਕਦੇ ਨੀ ਜਿੰਨ ਬੰਦਾ ਨੀਵਾਂ ਹੋ ਜਾਏ ਨਾ ਇਹ ਉੱਤੇ ਚੜ੍ਹਨ ਨੂੰ ਆਉਂਦੇ ਆ ਤੇ ਸੱਚ ਮੇਰੀ ਗੱਲ ਸੁਣੋ ਉਹ ਜਿਹੜਾ ਜੀਵਨ ਜਾ ਉਹ ਤਾਂ ਨਹੀਂ ਕੁਛ ਬੋਲਦਾ ਸੀ ਤੁਹਾਨੂੰ ਉਹ ਮੈਨੂੰ ਕੀ ਬੋਲੂਗਾ ਜੇ ਰਾਹ ਗਲੀ ਚ ਮਿਲ ਵੀ ਜਾਵੇ ਨਾ ਡਰਨ ਦੀ ਲੋੜ ਨਹੀਂ ਮੂੰਹ ਤੇ ਚਪੇੜ ਮਾਰ ਕੇ ਆ ਜੀ ਪਰ ਕੁਛ ਕਹਾ ਕੇ ਨਾ ਜੀ ਨਾ ਨਾ ਇੰਨੀ ਨਾ ਫਿਕਰ ਕਰਿਆ ਕਰ ਚਲੋ ਕਰ ਲਓ ਕੰਮ ਮੈਂ ਵੀ ਰੋਟੀ ਲਾਉਣੀ ਆ